ਖੁਦ ਨੂੰ ਖੁਦ ਦੀ ਖਬਰ ਨਾ ਲੱਗੇ, ਕੋਈ ਚੰਗਾ ਮੈਨੂੰ ਇਸ ਕਦਰ ਨਾ ਲੱਗੇ। ਮੈਂ ਉਸ ਨਜ਼ਰ ਨਾਲ ਵੇਖਾਂ ਆਪਣੇ ਮਹਿਮਾਨਾਂ ਨੂੰ, ਜਿਸ ਨਜ਼ਰ ਨਾਲ ਉਹਨਾਂ ਨੂੰ ਕੋਈ ਨਜ਼ਰ ਨਾ ਲੱਗੇ। ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ। ਮਾਹੀ ਦੀ ਮਹਿਫਲ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਮੇਰੀ ਮਹਿਫਲ ਦਾ ਸ਼ਿੰਗਾਰ ਬਣਨ ਜਾ ਰਹੇ ਨੇ ਮੇਰੇ ਪਸੰਦੀਦਾ ਗਾਇਕ, ਤੁਹਾਡੇ ਸਭ ਦੇ ਪਸੰਦੀਦਾ, ਜਿਨ੍ਹਾਂ ਨੇ ਆਪਣੇ ਸੁਰਾਂ ਨਾਲ ਅਤੇ ਆਪਣੇ ਗੀਤਾਂ ਨਾਲ ਹਰੇਕ ਨੂੰ ਆਪਣਾ ਮੁਰੀਦ ਬਣਾ ਲਿਆ। ਕੰਠ ਕਲੇਰ ਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੀ ਮਹਿਫਲ ਦੇ ਵਿੱਚ, ਮਾਹੀ ਦੀ ਮਹਿਫਲ ਦੇ ਵਿੱਚ। ਤੁਸੀਂ ਆਏ, ਤੁਸੀਂ ਆਪਣਾ ਟਾਈਮ ਦਿੱਤਾ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮੈਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਮਾਹੀ ਦੀ ਮਹਿਫਲ ਦੇ ਵਿੱਚ ਅੱਜ ਅਸੀਂ ਬੈਠੇ, ਮਹਿਫਲ ਆ ਗਏ। ਬਿਲਕੁਲ। ਹੋਰ ਸੁਣਾਓ, ਠੀਕ ਠਾਕ ਹੋ? ਹਾਂ, ਬਿਲਕੁਲ ਵਧੀਆ। ਤੁਹਾਨੂੰ ਦੇਖ ਕੇ ਹੋਰ ਵਧੀਆ ਹੋ ਗਿਆ। ਮੈਨੂੰ ਆਪਣੇ ਉਹ ਪੁਰਾਣੇ ਗਾਣੇ ਦੀ ਯਾਦ ਆ ਗਈ ਨਾ, ਦਿਲ ਕਿਤੇ ਲੱਗਦਾ ਹੀ ਨਹੀਂ। ਦਿਲ ਕਿਤੇ ਲੱਗਦਾ ਹੀ ਨਹੀਂ, ਸਹੀ ਗੱਲ ਹੈ। ਮੈਂ ਮਤਲਬ ਕੱਲ ਹੀ ਦੇਖਿਆ ਇੱਕ ਵਾਰ ਦੁਬਾਰਾ। ਅੱਛਾ, ਤੇ ਮੈਂ ਦੇਖਿਆ, ਮੈਂ ਕਿੰਨਾ ਸੋਹਣਾ ਡਾਂਸ ਕੀਤਾ। ਹਾਂ, ਨਹੀਂ, ਗਾਣਾ ਬਹੁਤ ਵਧੀਆ ਸੀ ਉਹ। ਹਾਂਜੀ, ਗਾਣਾ ਬਹੁਤ ਵਧੀਆ ਸੀ। ਪਰ ਜਮਾਨਾ ਹੋਰ ਸੀ ਨਾ, ਰੀਲਾਂ ਰੂਲਾਂ ਨਹੀਂ ਸੀ ਚੱਲਦੀਆਂ ਹੁੰਦੀਆਂ, ਤਾਂ ਕਰਕੇ ਕੋਈ ਨਹੀਂ, ਆਪਾਂ ਹੁਣ ਦੁਬਾਰਾ ਉਹਦੇ ਬਾਰੇ ਚਰਚਾ ਕਰਦੇ ਹਾਂ ਨਾ, ਲੋਕ ਫਿਰ ਦੇਖਣਗੇ। ਨਾਲੇ ਹੁਣ ਇਹ ਵੀ ਗੱਲ ਦੱਸਦੇ ਨਾ ਵੀ ਉਸ ਗਾਣੇ 'ਚ ਮਾਹੀ ਕਿੰਨੀ ਸੋਹਣੀ ਹੈ, ਪਰ ਅਸੀਂ ਉਸ ਗਾਣੇ 'ਚ ਉਹਨੂੰ ਭੂਤ ਨਹੀਂ ਬਣਾਇਆ ਹੋਇਆ। ਜਾ ਕੇ ਦੇਖ ਲਓ ਤੁਸੀਂ। ਕਲੀਰ ਜੀ, ਤੁਹਾਨੂੰ ਹੁਣ ਮੈਂ ਹਰਵਿੰਦਰ ਜੀ ਕਹਾਂ, ਕੰਠ ਕਲੀਰ ਜੀ ਕਹਾਂ, ਜਾਂ ਕਲੀਰ ਕੰਠ ਜੀ ਕਹਾਂ, ਜੋ ਤੁਹਾਨੂੰ ਅੱਛਾ ਲੱਗਦਾ। ਇਸ ਤੋਂ ਬਾਅਦ ਕੋਈ ਹੋਰ ਨਾਮ ਤਾਂ ਨਹੀਂ ਬਦਲਣਾ ਤੁਸੀਂ? ਨਹੀਂ, ਮੇਰਾ ਜਿਹੜਾ ਹਰਵਿੰਦਰ ਨਾਂ ਨਾ, ਉਹ ਤਾਂ ਵੈਸੇ ਜਿਹਦਾ ਸਕੂਲ ਕਾਲਜ ਦਾ ਨਾਮ ਹਰਵਿੰਦਰ ਕਲੀਰ, ਲੇਕਿਨ ਜਦੋਂ ਇਸ ਲਾਈਨ ਦੇ ਵਿੱਚ ਆਏ ਹਾਂ ਫਿਰ ਸੋਚਦੇ ਸੀ ਕਿ ਥੋੜ੍ਹਾ ਜਿਹਾ ਕੋਈ ਆਰਟਿਸਟਿਕ ਜਿਹਾ ਨਾਮ ਹੋਵੇ। ਕਲੀਰ ਕੰਠ ਹੋ ਗਿਆ, ਫਿਰ ਕੰਠ ਕਲੀਰ ਹੋ ਗਿਆ, ਕਿਉਂਕਿ ਉਹਦੀ ਰਵਾਨਗੀ ਅੱਛੀ ਸੀ। ਹਾਂਜੀ, ਕਲੀਰ ਕੰਠ ਬੋਲਣ 'ਚ ਥੋੜ੍ਹਾ ਜਿਹਾ ਅੜਚਣ ਪਾਉਂਦਾ ਸੀ, ਕੰਠ ਕਲੀਰ ਠੀਕ ਲੱਗਦਾ ਸੀ। ਨਹੀਂ, ਉਹ ਵੀ ਠੀਕ ਸੀ, ਅੜਚਣ ਤਾਂ ਕੋਈ ਨਹੀਂ ਪਾ ਰਿਹਾ, ਉਹ ਅੜਚਣ ਪਾਉਂਦਾ ਸੀ ਕੰਮ ਦੇ ਵਿੱਚ। ਅੱਛਾ, ਪੰਡਤ ਵਾਲਾ ਕੰਮ। ਹਾਂ, ਅੱਛਾ, ਫਿਰ ਮੈਂ, ਠੀਕ ਹੈ, ਸਹੀ ਗੱਲ ਹੈ। ਤੇ ਤੁਸੀਂ ਅੱਜ ਤੋਂ, ਮੈਂ ਕਿੰਨੇ ਟਾਈਮ ਪਹਿਲਾਂ ਤੁਹਾਡੇ ਨਾਲ ਗਾਣਾ ਕਰਿਆ ਸੀ ਤੇ ਤੁਸੀਂ, ਹਾਂ, ਪਹਿਲਾਂ ਤੁਸੀਂ ਗੱਲ ਬੋਲੋ, ਤੁਹਾਡੀ ਤਾਰੀਫ ਕਰਨ ਲੱਗੀ ਆ। ਤੁਸੀਂ ਅੱਜ ਵੀ ਉਵੇਂ ਹੋ ਜਦੋਂ ਪੁਰਾਣੇ ਗਾਣੇ ਦੇਖਦੇ ਸੀ ਉਦੋਂ ਵੀ ਇਦਾਂ ਹੀ, ਤੇ ਕੀ ਮਤਲਬ ਕੀ ਕਰਦੇ ਕੀ ਹੋ ਤੁਸੀਂ? ਬਸ ਤੁਸੀਂ ਇਦਾਂ ਕਹਿੰਦੇ ਰਹੋ ਫਿਰ ਆਪਾਂ ਠੀਕ ਆ। ਨਹੀਂ, ਕਰਦੇ ਕੀ ਹੋ? ਯੋਗਾ ਸੈਸ਼ਨ, ਜਿਮ ਦੇ? ਥੋੜਾ ਬਹੁਤਾ ਸਵੇਰੇ ਜਲਦੀ ਉੱਠ ਕੇ ਯੋਗਾ ਥੋੜਾ ਜਿਹਾ ਕਰ ਲਈਦਾ ਨਾ, ਥੋੜੀ ਜਿਹੀ ਐਕਸਰਸਾਈਜ਼ ਕਰ ਲਈਦੀ ਆ, ਥੋੜਾ ਜਿਹਾ ਖਾਣ ਪੀਣ ਦਾ ਮੈਂ ਚੂਜ਼ ਹੀ ਆ। ਅੱਛਾ, ਕੀ ਕੀ ਪਸੰਦ ਆ ਤੁਹਾਨੂੰ? ਵੈਜੀਟੇਰੀਅਨ ਬੰਦਾ ਮੈਂ। ਅੱਛਾ। ਹਾਂ, ਸਵੇਰੇ ਉੱਠ ਕੇ ਪਾਣੀ ਦੇ 2 ਕੱਪ ਗਰਮ ਪੀਣਾ, ਫਿਰ ਆਵਲਾ ਖਾਣਾ। ਇਹ ਫਿਰ ਕਲਾਕਾਰ ਵਾਲੀ ਲਾਈਫ ਹੋ ਗਈ ਨਾ ਥੋੜੀ ਜੀ, ਗਾਉਣ ਵਜਾਉਣ ਵਾਲੀ। ਹਾਂ, ਨਹੀਂ, ਬਸ ਥੋੜਾ ਜਿਹਾ ਧਿਆਨ ਰੱਖੀਦਾ। ਬਾਕੀ ਦੇਖੋ, ਜਿਹੜੇ ਸਰੋਤੇ ਤੁਹਾਨੂੰ ਪਿਆਰ ਕਰਦੇ ਨਾ, ਮੁਹੱਬਤ ਕਰਦੇ ਆ, ਉਹ ਤੁਹਾਨੂੰ ਜਵਾਨ ਰੱਖਦੇ ਆ, ਲੇਕਿਨ ਸਵੇਰ ਦਾ ਜਿਹੜਾ ਨਾ ਐਕਸਰਸਾਈਜ਼ ਸਵੇਰੇ ਕਰਨੀ ਆ, ਉਹਦਾ ਜ਼ਿਆਦਾ ਲਾਭ ਉਹਦਾ ਜ਼ਿਆਦਾ ਲਾਭ। ਤੁਸੀਂ ਉੱਠਦੇ ਹੀ ਪਾਣੀ ਪੀਓ ਗਰਮ, 1-2 ਗਲਾਸ ਜਿੰਨੇ ਪੀ ਸਕਦੇ ਆ। ਮੈਂ ਵੀ ਬਹੁਤ ਜਲਦੀ ਉੱਠਦੀ ਹਾਂ। ਅੱਛਾ, ਤੁਸੀਂ ਸਮਝੋ ਵੀ ਮੈਂ 10 ਵਜੇ ਮੈਨੂੰ ਬਹੁਤ ਸੋਹਣਾ ਲੱਗਦਾ ਉਹ ਗਾਣਾ, ਬਹੁਤ ਹੀ ਮੇਰੇ ਦਿਲ ਦੇ ਕਰੀਬ ਹੈ। ਇੱਦਾਂ ਨਹੀਂ ਵੀ ਕੋਈ ਗੱਲਬਾਤ ਹੈ, ਉੱਦਾਂ ਹੀ ਮੈਨੂੰ ਸੋਹਣਾ ਲੱਗਦਾ। ਤੁਸੀਂ ਕੋਈ ਗੱਲਬਾਤ ਨਹੀਂ, ਲੋਕੀ ਮੈਨੂੰ ਵੀ ਤਾਂ ਕਹਿੰਦੇ ਆ। ਨਾ 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 ਨਾ, ਮੈਨੂੰ ਗੱਲ ਕੰਪਲੀਟ ਕਰ ਲੈਣਾ। ਤੁਹਾਡਾ ਇੱਕ ਗਾਣਾ ਤੂੰ ਚੇਤੇ ਆਵੇਂ ਜਦ ਕਿਸੇ ਦੀ ਝਾਂਜਰ ਛਣ ਕੇ, ਕਿਹਦੀ ਝਾਂਜਰ ਦੀ ਗੱਲ ਕੀਤੀ ਹੈ ਦੱਸੋ? ਝਾਂਜਰ ਦੀ ਗੱਲ ਜਿਹੜੇ ਮੇਰੇ ਖਾਬਾਂ ਖਿਆਲਾਂ 'ਚ ਕੋਈ ਕੌਣ ਇੰਨਾ ਹੁੰਦਾ ਬੰਦਾ ਦੱਸਦਾ ਥੋੜ੍ਹੀ ਹੈ।
ਤੁਸੀਂ ਹੁਣ ਜਾਣੀ ਮੈਨੂੰ ਫਸਾਉਣਾ ਇੰਟਰਵਿਊ ਦੇ ਵਿੱਚ? ਫਸਾਉਣਾ ਥੋੜੀ, ਇਹ ਤਾਂ ਮਾਈ ਦੀ ਮਹਿਫਿਲ ਹੈ, ਤੁਸੀਂ ਆਪੇ ਕਿਹਾ ਗੱਲਾਂ ਬਾਤਾਂ ਕਰਨੀਆਂ। ਉਹ ਖਾਬਾਂ ਖਿਆਲਾਂ ਚ ਇਹਨਾਂ ਗੱਲਾਂ ਕਰੂੰਗਾ ਜਦੋਂ ਖਾਬ ਜਦੋਂ ਰਾਈਟਰ ਲਿਖਦਾ ਨਾ, ਉਹ ਆਪਣੇ ਖਾਬਾਂ ਖਿਆਲਾਂ ਚ ਕਿਸੇ ਨੂੰ ਸੋਚਦਾ। ਤੁਸੀਂ ਹੁਣ ਸ਼ਿਵ ਕੁਮਾਰ ਬਟਾਲਵੀ ਬਣ ਰਹੇ ਹੋ ਵੀ ਮੈਨੂੰ ਆਪਣੇ ਕਮਰੇ ਨਾਲ ਮੁਹੱਬਤ ਹੈ, ਮੈਨੂੰ ਆਪਣੇ ਕਮਰੇ ਤੇ ਲੱਗੇ ਲੈਂਪ ਨਾਲ ਮੁਹੱਬਤ ਹੈ। ਸੱਚੀ ਗੱਲ ਤਾਂ ਇਹ ਹੈ ਮਾਹੀ ਵੀ ਜਦੋਂ ਅਸੀਂ ਮਾਈਕ ਤੇ ਖੜ ਕੇ ਗਾਉਂਦੇ ਹੁੰਦੇ ਨਾ, ਡਬਿੰਗ ਕਰਦੇ ਆ, ਉਦੋਂ ਜੋ ਸ਼ਾਇਰ ਨੇ ਲਿਖਿਆ ਨਾ ਸੋਚ ਕੇ, ਉਹ ਹੰਢਾਈਦਾ ਥੋੜ੍ਹਾ ਜਿਹਾ ਆਪਣੇ 'ਤੇ ਕਿ ਯਾਰ ਇਹਨੇ ਕਿਸ ਅਵਸਥਾ ਦੇ ਵਿੱਚ ਲਿਖਿਆ, ਫਿਰ ਉਹ ਫੀਲ ਦੇਣੀ ਪੈਂਦੀ ਹੈ, ਚਾਹੇ ਉਹ ਬੀਟ ਗਾਣਾ ਆ, ਚਾਹੇ ਉਹ ਸੈਡ ਆ, ਚਾਹੇ ਰੋਮੈਂਟਿਕ ਆ, ਫਿਰ ਉਹ ਭਾਵ ਦੇਣੇ ਪੈਂਦੇ ਆ। ਜੇ ਭਾਵਨਾ ਦਾ ਆਉਣਾ ਤਾਂ ਗੀਤ ਅਮਰ ਨਹੀਂ ਹੁੰਦਾ, ਲੋਕਾਂ ਦਾ ਨਹੀਂ ਹੁੰਦਾ, ਉਹ ਫਿਰ ਇਕੱਲਾ ਮੇਰਾ ਰਹਿ ਜਾਂਦਾ। ਸੋ ਕੋਸ਼ਿਸ਼ ਕਰੀਦੀ ਆ ਵੀ ਗੀਤ ਜੋ ਰਾਈਟਰ ਨੇ ਚਾਹਿਆ ਉਹ 'ਚ ਦੱਸਣਾ, ਜਿਹੜੀ ਅਵਸਥਾ 'ਚ ਉਹਨੂੰ ਲਿਖਿਆ ਬਹਿ ਕੇ, ਉਹ ਅਵਸਥਾ ਨੂੰ ਥੋੜ੍ਹਾ ਜਿਹਾ ਹੰਢਾਈਏ ਤਾਂ ਫਿਰ ਗਾਈਏ, ਫਿਰ ਲੋਕਾਂ ਦਾ ਗੀਤ ਹੁੰਦਾ। ਨਹੀਂ ਏਡੀ ਨਹੀਂ ਗੱਲ ਕਿ ਝਾਂਜਰ ਝੁੰਜਰ ਵਾਲੀ ਗੱਲਬਾਤ ਤੁਹਾਡੇ ਨਾਲ ਨਾ ਹੋਈ ਹੋਵੇ। ਹੋਊਗੀ ਕਾਲਜ ਟਾਈਮ ਹੋਣੀ ਆ ਯਾਦ, ਇਦਾਂ ਦੀਆਂ ਗੱਲਾਂ ਚੇਤੇ ਭੁਲਾਈਆਂ ਮੈਂ ਹੁਣ ਨਹੀਂ ਕਰਨੀ। ਉਹ ਮੈਂ ਮੰਨ ਗਈ ਤੁਹਾਨੂੰ ਟੈਗ ਲੱਗ ਗਿਆ, ਪਰ ਤੁਸੀਂ ਜ਼ਿਕਰ ਤਾਂ ਕਰ ਸਕਦੇ ਹੋ ਵੀ ਕੋਈ ਕਾਲਜ ਦੀ ਇਦਾਂ ਕੋਈ ਯਾਦ ਵੀ ਹਾਂ ਮੈਂ ਵੀ ਮੁਹੱਬਤ ਕੀਤੀ ਸੀ। ਠੀਕ ਹੈ, ਫਿਰ ਇਦਾਂ ਨਾ ਜਦੋਂ ਮੈਂ ਇੱਕ ਵਾਰੀ ਕਿਤੇ ਦੱਸ ਦਿੱਤਾ ਫਿਰ ਹੋਰ 10 20 100 ਸਵਾਲ ਨਿਕਲ ਆਉਣਾ। ਨਹੀਂ ਨਿਕਲਦਾ, ਤੁਸੀਂ ਕਹਿ ਦਿਓ ਵੀ ਇਹ ਸਿਰਫ ਮਾਹੀ ਲਈ ਸੀਗਾ, ਬਸ ਉਹਨੂੰ ਹੀ ਜਵਾਬ ਦੇ ਸਕਦਾ। ਕਾਲਜ ਹੁੰਦਾ ਬੰਦਾ ਹੁਣ ਵਾਰ ਵਾਰ ਥੋੜੀ ਦੱਸਦਾ ਹੁਣ। ਠੀਕ ਹੈ, ਤੁਸੀਂ ਅੱਗੇ ਦੇ ਸਵਾਲ ਤੇ ਆ ਜਾਓ। ਮਤਲਬ ਇਸ਼ਕ ਮੁਹੱਬਤ ਕਾਲਜ ਕਿਹਨੂੰ ਹੁੰਦਾ, ਤੁਹਾਨੂੰ ਨਹੀਂ ਹੋਇਆ? ਮੈਂ ਤਾਂ ਕਾਲਜ ਗਈ ਨਹੀਂ ਸਰ, ਕਾਲਜ ਵਾਲੀ ਸਿਚੁਏਸ਼ਨ ਚ ਤਾਂ ਮੈਂ ਉਰੇ ਫਿਰਦੀ ਆ। ਨਹੀਂ ਪਰ ਬਹੁਤ ਅੱਛਾ ਕਰ ਰਹੇ ਹੋ ਤੁਸੀਂ, ਹੈ ਨਾ? ਹਾਂ, ਤੁਹਾਡੀ ਮੈਂ ਫਿਲਮ ਦੇਖੀ, ਮੈਨੂੰ ਬੜਾ ਅੱਛਾ ਲੱਗਾ। ਮੈਂ ਕਿਹਾ ਯਾਰ ਮਾਹੀ ਮੇਰੇ ਗਾਣੇ 'ਚ ਆਈ ਸੀ, ਹੁਣ ਫਿਲਮ 'ਚ ਆ ਰਹੀ ਹੈ, ਕੀ ਬਾਤ ਹੈ, ਅੱਜ ਮੇਰੀ ਇੰਟਰਵਿਊ ਕਰ ਰਹੀ ਹੈ, ਕੀ ਬਾਤ ਹੈ, ਕੀ ਕੀ ਕਰਨਾ ਵੀ ਦੱਸੋ, ਕੀ ਕੀ ਕਰੇਗੀ। ਸਹੀ ਗੱਲ, ਸਾਰੇ ਕਲਾਕਾਰ ਸਟਰਗਲ ਕਰਦੇ ਆ। ਜੀ ਜੀ, ਤੁਸੀਂ ਕੀਤਾ ਇਹਦਾ, ਇਹ ਸਟਰਗਲ ਦੀ ਤਾਂ ਚਲੋ ਕੀ ਗੱਲਬਾਤ ਕਰਨੀ, ਪਰ ਮੈਂ ਉਦਾਂ ਇੱਕ ਕੁਐਸਚਨ ਪੁੱਛਣਾ ਚਾਹੁੰਦੀ ਹਾਂ ਤੁਹਾਨੂੰ ਵੀ ਸਟਰਗਲ ਲਾਈਫ ਦੀ ਜ਼ਿੰਦਗੀ 'ਚ ਸਕੂਨ ਸੀ ਜਾਂ ਹੁਣ ਸਟਾਰ ਬਣ ਗਏ ਆ, ਹਰੇਕ ਚੀਜ਼ ਹੈ ਆਪਣੇ ਕੋਲੇ, ਗੱਡੀ ਕਾਰ ਹੈ, ਕਾਰੋਬਾਰ, ਹੁਣ ਸਕੂਨ ਹੈ? ਦੇਖੋ ਕਿਤੇ ਨਾ ਕਿਤੇ ਆ ਕੇ ਨਾ ਜ਼ਿੰਦਗੀ 'ਚ ਠਹਿਰਾ ਆ ਜਾਂਦਾ ਹੈ ਨਾ, ਜਦੋਂ ਮਿਹਨਤ ਕਰਦੇ ਸੀਗੇ ਉਦੋਂ ਔਖਿਆਈਆਂ ਤਾਂ ਬਹੁਤ ਸੀਗੀਆਂ, ਹਾਂਜੀ, ਪਰ ਇੱਕ ਚੈਨ ਜਿਹਾ ਵੀ ਸੀਗਾ, ਚੈਨ ਵੀ ਸੀ ਹੈ ਨਾ, ਇੱਕ ਸਕੂਨ ਜਿਹਾ ਸੀਗਾ, ਕੁਛ ਪਾਉਣ ਦਾ, ਇੱਕ ਹੁੰਦਾ ਨਾ ਬੰਦੇ ਨੂੰ ਕਿਹਾ ਮੰਜ਼ਿਲ ਮੈਂ ਪਾਉਣੀ ਹੈ, ਜਦੋਂ ਤੁਹਾਡੇ ਸਾਰੇ ਰਸਤੇ ਬੰਦ ਹੋਣ ਨਾ ਫਿਰ ਬੰਦਾ ਦੌੜ ਲਾਉਂਦਾ, ਅਤੇ ਮੈਂ ਬਹੁਤ ਖਾਸਾ ਦੌੜ ਲਾਈ ਹੈ ਕਿਉਂਕਿ ਮੇਰੇ ਕੋਲ ਸੋਰਸਿਸ ਕੁਝ ਨਹੀਂ ਸੀਗੇ, ਨਾ ਕੋਈ ਮੇਰੀ ਬਾਂਹ ਫੜਨ ਵਾਲਾ ਸੀ। ਚਲੋ ਇੱਕ ਸੱਜਣ ਇੱਦਾਂ ਦਾ ਮਿਲਿਆ ਜਿਹਨੇ ਮੈਨੂੰ ਇਸ ਰਾਹ ਵੱਲ ਤੋਰਿਆ ਹੈ ਨਾ, ਮਦਨ ਜੰਦਰੀ ਸਾਹਿਬ, ਅਤੇ ਉਹਨਾਂ ਨੇ ਮੇਰੀ ਰਿਕਾਰਡਿੰਗ ਕਰਵਾਈ, ਬੜੇ ਰਾਹ ਖੁੱਲ੍ਹਦੇ ਗਏ, ਲੇਕਿਨ ਪਹਿਲਾਂ ਜਿਹੜੀਆਂ ਔਖਿਆਈਆਂ ਆਈਆਂ ਉਹ ਬਹੁਤ ਜ਼ਿਆਦਾ ਸੀ, ਬਹੁਤ ਤੰਗੀਆਂ ਤੋਰਸ਼ੀਆਂ ਸੀ। ਅੱਜ ਅਸੀਂ ਦੇਖਦੇ ਹਾਂ ਕਿ ਇੱਕ ਗਾਣਾ ਕੋਈ ਪਾਉਂਦਾ ਨਾ ਤਾਂ ਉਹ ਸਟਾਰ ਬਣ ਜਾਂਦਾ, ਬਿਲਕੁਲ, ਤਾਂ ਉਹਨੂੰ ਪੁੱਛ ਕੇ ਦੇਖ ਲਓ ਰੇਟ 5-5 ਲੱਖ, ਆਫ ਕੋਰਸ 7-7 ਲੱਖ ਸਿੰਗਰ ਮੰਗਣ ਲੱਗ ਜਾਂਦੇ ਨਾ, ਪਰ ਸਾਡਾ ਜਿਹੜਾ ਟਾਈਮ ਸੀ ਨਾ ਅਸੀਂ ਹੌਲੀ 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 ਇੱਥੇ ਤੱਕ ਆਏ ਹਾਂ, ਅਸੀਂ ਲੋਕਾਂ ਦੇ ਹਾਂ, ਅਸੀਂ ਲੋਕ ਜਿੱਦਾਂ ਕਹਿੰਦੇ ਲੋਕ ਗੀਤ ਆ, ਲੋਕ ਗਾਇਕ ਆ, ਅਸੀਂ ਬਹੁਤਾ ਪੈਸੇ ਨੂੰ ਤਰਜੀਹ ਨਹੀਂ ਦਿੱਤੀ, ਅਸੀਂ ਲੋਕਾਂ 'ਚ ਵਿਚਰਨਾ ਜ਼ਰੂਰੀ ਸਮਝਿਆ ਕਿ ਯਾਰ ਜਿਹਨਾਂ ਲੋਕਾਂ ਕਰਕੇ ਅਸੀਂ ਆਏ ਹਾਂ ਨਾ। ਅੱਜ ਵੀ ਤੁਸੀਂ ਦੇਖ ਲਓ ਅਸੀਂ ਬਹੁਤੇ ਪੈਸੇ ਨਹੀਂ ਲੈਂਦੇ, ਲੈਂਦੇ ਹਾਂ ਠੀਕ ਠਾਕ, ਪਰ ਬਹੁਤੇ ਨਹੀਂ ਲੈਂਦੇ ਕਿ ਜਿਹੜੇ ਲੋਕਾਂ ਨੂੰ ਲੱਗੇ ਯਾਰ ਯਾਰ ਇਹਨੂੰ ਤਾਂ ਅਫੋਰਡ ਕਰਨਾ ਔਖਾ ਔਖਾ ਹੈ ਨਾ, ਕਿਉਂਕਿ ਇੱਕ ਤਾਂ ਮੈਨੂੰ ਸੰਗੀਤ ਨਾਲ ਮੁਹੱਬਤ ਆ, ਪਿਆਰ ਆ, ਦੂਜਾ ਜਦੋਂ ਮੈਂ ਸਟੇਜ 'ਤੇ ਕੰਮ ਕਰਦਾ ਉਹ ਮੈਂ ਆਨੰਦ ਲੈਂਦਾ, ਬਿਲਕੁਲ, ਮੈਨੂੰ ਇੱਕ ਖੁਸ਼ੀ ਮਿਲਦੀ ਹੈ ਕਿਉਂਕਿ ਜੋ ਮੇਰਾ ਸ਼ੌਕ ਹੈ ਉਹ ਮੇਰਾ ਪ੍ਰੋਫੈਸ਼ਨ ਹੈ, ਇਸ ਕਰਕੇ ਮੈਨੂੰ ਇੱਕ ਖੁਸ਼ੀ ਮਿਲਦੀ ਆ, ਅਤੇ ਖੁਸ਼ੀ ਵਿੱਚ ਮੇਰਾ ਘਰ ਵੀ ਚੱਲ ਰਿਹਾ, ਮੇਰੇ ਨਾਲ 20-25 ਜਿਹੜੇ ਹੋਰ ਕੰਮ ਕਰਦੇ ਉਹਨਾਂ ਦਾ ਵੀ ਘਰ ਚੱਲ ਰਿਹਾ, ਇਸ ਕਰਕੇ ਰੇਟ ਉਹਨਾਂ ਕੁ ਰੱਖਿਆ ਜਿੰਨਾ ਕੁ ਸਹਿੰਦਾ ਸਹਿੰਦਾ। ਅਤੇ ਹੁਣ ਸਕੂਨ ਹੈਗਾ ਲਾਈਫ 'ਚ? ਸਕੂਨ ਹੁਣ ਸ਼ੁਕਰ ਕਰਦੇ ਹਾਂ ਮਾਲਕ ਦਾ, ਹੁਣ ਮੈਨੂੰ ਲੱਗਦਾ ਕਿ ਮਾਲਕ ਨੇ
ਹਰ ਇੱਕ ਖੁਸ਼ੀ ਹਰ ਇੱਕ ਮੇਰੀ ਸਹੂਲੀਅਤ ਸੁੱਖ ਸਾਧਨ ਮੈਨੂੰ ਮਾਲਕ ਨੇ ਹਰ ਇੱਕ ਦਿੱਤਾ ਤੇ ਹੁਣ ਮੈਂ ਬਸ ਸ਼ੁਕਰ ਕਰਦਾ ਉਹਨਾਂ। ਬਿਲਕੁਲ, ਤੁਹਾਡੀ ਇੱਕ ਗੱਲ ਮੈਨੂੰ ਵਧੀਆ ਲੱਗੀ ਕਿ ਅਸੀਂ ਲੋਕ ਗੀਤਾਂ ਜਿੱਦਾਂ ਤੁਸੀਂ ਕਿਹਾ ਕਿ ਅਸੀਂ ਮਿਹਨਤ ਕੀਤੀ ਹੈ ਬਹੁਤ, ਅਸੀਂ ਲੋਕਾਂ 'ਚ ਵਿਚ ਰਹੇ ਹਾਂ। ਇਹੀ ਗੱਲ ਮੈਂ ਵੀ ਮੈਨੂੰ ਬਹੁਤ ਟਾਈਮ ਹੋ ਗਿਆ, ਜਦੋਂ ਮੈਂ ਆਈ ਸੀ ਉਦੋਂ ਇਕੱਲੀ ਮੇਰੇ ਖਿਆਲ ਫੇਸਬੁੱਕ ਹੁੰਦੀ ਸੀ ਵੀ ਮੈਂ, ਮਤਲਬ ਮੈਂ 2017 'ਚ ਇੱਕ ਗੀਤ ਕੀਤਾ ਸੀ, ਆਈ ਥਿੰਕ 16 'ਚ ਹੀ ਕਰ ਲਿਆ ਹੋਣਾ, ਤਾਂ ਮੈਂ ਉਹ ਚੀਜ਼ਾਂ ਹੰਢਾਈਆਂ ਨੇ। ਹੁਣ ਕੋਈ ਇੱਕ ਰੀਲ ਪਾਉਂਦਾ ਜਾਂ ਰੀਲਾਂ ਵੱਧ ਚੱਲਦੀਆਂ ਨੇ, ਹੁਣ ਏਦਾਂ ਕੰਮ ਮਿਲਦਾ, ਅੱਛਾ ਏਦਾਂ ਉਦਾਂ ਫੋਲੋਅਰਸ ਕਿੰਨੇ ਨੇ। ਤੇ ਮੈਨੂੰ ਤੁਹਾਡੀ ਇਹ ਗੱਲ ਬਹੁਤ ਚੰਗੀ ਲੱਗੀ ਕਿ ਜਦੋਂ ਅੱਜ ਕੋਈ ਕਹਿੰਦਾ ਕਿ ਮਾਹੀ ਇੰਨੇ ਪੈਸੇ ਜਾਂ ਇੱਦਾਂ ਯਾਰ ਕਿੱਦਾਂ ਜਾਂ ਇਹਦੀ ਆਪਸ਼ਨ ਇਹ, ਤਾਂ ਮੈਨੂੰ ਇਹਦਾ ਲੱਗਦਾ ਕਿ ਮੈਂ ਉਹ ਚੀਜ਼ ਹੰਢਾਈ ਹੈ। ਤੁਸੀਂ ਹੁਣ ਆਇਓ, ਮੈਂ ਉਹੀ ਗੱਲ, ਇੱਕ ਅੰਮ੍ਰਿਤ ਮਾਨ ਜੀ ਦੀ ਲਾਈਨ ਹੈ ਗਾਣੇ ਦੀ ਕਿ 2-4 ਦਿਨ ਰਹਿਣਾ ਚਰਚਾ 'ਚ ਸੌਖਾ, ਗੁੱਡੀ ਚਾੜ ਕੇ ਰੱਖਣੀ ਹਰ ਸਾਲ ਔਖੀ ਹੈ। ਉਹ ਗੱਲ ਮੈਨੂੰ ਸਾਡੇ ਸਾਡੇ ਕਰੀਅਰ ਨੂੰ ਅੱਜ 20-22 ਸਾਲ ਹੋ ਗਏ ਆ। ਬਿਲਕੁਲ, ਅੱਜ ਵੀ ਉਹਨੇ ਸ਼ੋਅ ਕਰਦੇ ਆ, ਉਹਨੇ ਸ਼ੋਅ ਕਰਦੇ ਆ ਔਰ ਵੱਧ ਕਰਦੇ ਆ। ਬਿਲਕੁਲ, ਜਿਨ੍ਹਾਂ ਨੇ ਵੀ ਉਸਤਾਦਾਂ ਕੋਲ ਬਹਿ ਕੇ, ਚੰਗੇ ਲੋਕਾਂ ਕੋਲ ਬਹਿ ਕੇ ਸਿੱਖਿਆ ਨਾ, ਕਿਉਂ ਲੋਕ ਕਹਿੰਦੇ ਹੁੰਦੇ ਵੀ ਚੰਗੇ ਲੋਕਾਂ ਕੋਲ ਬੈਠੋ, ਚੰਗੀ ਸੰਗਤ ਕਰੋ, ਉਹਦੇ ਵਿੱਚ ਤੁਸੀਂ ਕੁਝ ਨਾ ਕੁਝ ਸਿੱਖਦੇ ਸੀ। ਅੱਜ ਕੱਲ੍ਹ ਕੰਪਿਊਟਰ ਹੀ ਉਸਤਾਦ ਹੈ, ਕੰਪਿਊਟਰ ਹੀ ਤੁਹਾਡੀ ਆਵਾਜ਼ ਸਹੀ ਕਰਦਾ। ਸਹੀ ਗੱਲ ਹੈ, ਉਹ ਬਿੰਡਾ ਜਿਹਾ ਅੱਜ ਕੱਲ੍ਹ ਲਾਉਂਦੇ ਆਵਾਜ਼ ਨੂੰ ਹਨਾ, ਉਹਦੇ ਨਾਲ ਪਤਾ ਨਹੀਂ ਲੱਗਦਾ ਸਿੰਗਰ ਗਾ ਰਿਹਾ ਕੌਣ ਗਾ ਰਿਹਾ, ਟੀ ਟੀ ਦੀ ਆਵਾਜ਼ ਆਉਂਦੀ ਮਗਰ। ਸਹੀ ਗੱਲ ਹੈ, ਬੇਸਿਕਲੀ ਉਹ ਬਿੰਡੇ ਜਿਹਾ ਨੇ ਨਾ ਬਹੁਤ ਸਿੰਗਰ ਬਣਾ ਦਿੱਤੇ। ਪਹਿਲਾਂ ਲੋਕ ਸਿੱਖਦੇ ਸੀ, ਹੁਣ ਜਦੋਂ ਮੈਂ ਗਾਉਣਾ ਸ਼ੁਰੂ ਕੀਤਾ ਨਾ ਮਾਹੀ, ਮੈਂ ਇਹ ਕਰਕੇ ਨਹੀਂ ਸ਼ੁਰੂ ਕੀਤਾ ਸੀ ਕਿ ਮੈਂ ਸਿੰਗਰ ਬਣਨਾ, ਮੈਨੂੰ ਤਾਂ ਵੈਸੇ ਸੰਗੀਤ ਨਾਲ ਮੁਹੱਬਤ ਸੀ, ਪਿਆਰ ਸੀ ਮੇਰਾ ਸੀ, ਯਾਰ ਮੈਂ ਥੋੜ੍ਹਾ ਜਿਹਾ ਜਾਣਾ, ਜਿਹੜਾ ਮੈਨੂੰ ਇੱਕ ਸ਼ੌਕ ਆ ਉਹਨੂੰ ਮੈਂ ਜਾਣਾ ਤਾਂ ਸਹੀ, ਅਤੇ ਮੈਂ ਗੁਰਧਾਰਨਾ ਕੀਤੀ। ਮੈਂ ਅਜੇ ਤੱਕ ਸਿੱਖਦਾ, ਮੈਨੂੰ ਅਜੇ ਵੀ ਲੱਗਦਾ ਕਿ ਸਮੁੰਦਰ 'ਚੋਂ ਮੈਂ ਇੱਕ ਕਤਰਾ ਵੀ ਨਹੀਂ ਸਿੱਖਿਆ। ਸੰਗੀਤ ਵਿਸ਼ਾਲ ਸਮੁੰਦਰ ਆ, ਜਿੰਨਾ ਮਰਜ਼ੀ ਤੁਸੀਂ ਸਿੱਖੀ ਜਾਓ, ਮੈਨੂੰ ਲੱਗਦਾ ਮੈਂ ਅਜੇ ਕਤਰਾ ਇੱਕ ਨਹੀਂ ਸਿੱਖਿਆ। ਅਤੇ ਅੱਜ ਕੱਲ੍ਹ ਕੰਪਿਊਟਰ ਨੇ ਸਾਰੇ ਉਸਤਾਦ ਬਣਾ ਦਿੱਤੇ ਨਾ, ਅਤੇ ਜੇ ਮੈਂ ਕਹਿੰਦਾ ਜੇ ਕੰਪਿਊਟਰ ਨਾ ਹੁੰਦਾ, ਇਹ ਆਟੋ ਟਿਊਨਰ ਨਾ ਹੁੰਦਾ, ਅਤੇ ਬਹੁਤੇ ਸਿੰਗਰ ਨਾ ਹੁੰਦੇ। ਇਹ ਵਰਦਾਨ ਆ ਜਿਨ੍ਹਾਂ ਨੂੰ ਗਾਉਣਾ ਨਹੀਂ ਆਉਂਦਾ ਨਾ, ਉਹਨਾਂ ਲਈ ਵਰਦਾਨ ਹੈ, ਅਤੇ ਜਿਨ੍ਹਾਂ ਨੂੰ ਗਾਉਣਾ ਆਉਂਦਾ ਉਹਨਾਂ ਦੀ ਆਵਾਜ਼ ਨੂੰ ਲੱਗਦਾ ਤਾਂ ਖਰਾਬ ਕਰ ਦਿੰਦਾ, ਖਰਾਬ ਕਰ ਦਿੰਦਾ, ਕਿਉਂਕਿ ਜਿਹੜੇ ਪਹਿਲਾਂ ਹੀ ਮਾਲਕ ਨੇ ਸੁਰ 'ਚ ਕਰਕੇ ਭੇਜੇ ਆ, ਉਹਨਾਂ ਨੂੰ ਕੌਣ ਸੁਰ 'ਚ ਕਰ ਲਊ? ਕੀ ਬਾਤ ਹੈ, ਜਿਹਨੂੰ ਉਸ ਮਾਲਕ ਨੇ ਸੁਰ ਨਾਲ ਨਵਾਜਿਆ ਨਾ, ਕਹਿੰਦੇ ਸੁਰ ਉਹਨੂੰ ਮਿਲਦਾ ਜਿਹਨੇ ਕੋਈ ਚੰਗਾ ਕਰਮ ਕੀਤਾ, ਭਗਤੀ ਕੀਤੀ ਆ, ਮੋਤੀ ਪੁੰਨ ਕੀਤੇ ਆ। ਇਹ ਉਸਤਾਦ ਲੋਕ ਕਹਿੰਦੇ ਹੁੰਦੇ ਸੀ ਕਿ ਯਾਰ ਮੋਤੀ ਪੁੰਨ ਕੀਤੇ, ਇਹਨੂੰ ਸੁਰ ਮਿਲਿਆ, ਇਹਦੀ ਆਵਾਜ਼ 'ਚ ਅਸਰ ਆ। ਅਤੇ ਅਸਰਦਾਰ ਆਵਾਜ਼ ਤਾਂ ਬਹੁਤ ਘੱਟ ਹੈ, ਆਮ ਆਵਾਜ਼ਾਂ ਤੁਸੀਂ ਜਿੰਨੀਆਂ ਮਰਜ਼ੀ ਸੁਣ ਲਓ ਨਾ, ਤੁਹਾਨੂੰ ਚੀਕਾਂ ਪੈਂਦੀਆਂ ਨਜ਼ਰ ਆਉਣਗੀਆਂ, ਆਵਾਜ਼ ਫਟ ਗਈ ਆ, ਜਾਂ ਬੰਦਾ ਗਾ ਰਿਹਾ ਲੇਕਿਨ ਅਸਰ ਨਹੀਂ, ਤੁਹਾਨੂੰ ਟੱਚ ਨਹੀਂ ਕਰੂਗਾ। ਇੱਕ ਬੰਦਾ ਇੱਕ ਸੁਰ ਲਾਉਂਦਾ, ਤੁਸੀਂ ਕਹਿੰਦੇ ਆਹ ਯਾਰ ਆਹ ਲੱਗਦਾ, ਰੂਹ ਨਾਲ ਗਾਇਆ, ਕਿਉਂਕਿ ਉਹਨੇ ਰੂਹ ਨਾਲ ਰਿਆਜ਼ ਕੀਤਾ ਆ, ਉਹਨੇ ਭਗਤੀ ਕੀਤੀ ਆ, ਤਪੱਸਿਆ ਕੀਤੀ ਆ, ਅਤੇ ਜਿਹਨੇ ਤਪੱਸਿਆ ਕੀਤੀ ਆ ਅਸਰ ਤਾਂ ਉਹਦਾ ਹੀ ਹੋਣਾ। ਜਿੱਦਾਂ ਤੁਸੀਂ ਸਾਰੇ ਲੈਜੈਂਡ ਹੋ ਹੈ ਨਾ, ਜਿੰਨੇ ਵੀ ਪੁਰਾਣੇ, ਮੈਂ ਸਾਰੇ ਇੱਦਾਂ ਹੀ ਸੁਣਦੀ ਹਾਂ, ਸਾਰੇ ਪੁਰਾਣੇ ਸੈਡ ਸੌਂਗ ਸੁਣਦੀ ਹਾਂ। ਮੈਂ ਅੱਜ ਦੇ ਟਾਈਮ ਦੇ ਗਾਣੇ ਬਹੁਤ ਘੱਟ ਸੁਣਦੀ ਹਾਂ, ਬਹੁਤ ਜ਼ਿਆਦਾ ਘੱਟ। ਆਪਣੇ ਹੁਣ ਉਹ ਤਾਂ ਚੱਲ ਸੁਣਨਾ ਹੀ ਹੈ, ਕਿਉਂਕਿ ਉਹ ਮੇਰੀ ਰੋਜ਼ੀ ਰੋਟੀ ਹੈ, ਮੇਰੀ ਕਮਾਈ ਹੈ, ਮੇਰਾ ਕੰਮ ਹੈ। ਅਤੇ ਉਹ ਸੱਚੀ ਅੱਜ ਵੀ ਇੱਦਾਂ ਹੀ ਫੀਲ ਹੁੰਦਾ ਕਿ ਯਾਰ ਇਹ ਪਤਾ ਨਹੀਂ ਕੀ ਗਾਤ ਹੈ ਅੱਜ ਵੀ, ਭਾਵੇਂ ਇੰਨੀ ਵਾਰ ਮੈਂ ਇੱਕ ਗੀਤ ਡੇਲੀ ਸੁਣਨਾ ਹੁੰਦਾ, ਡੇਲੀ ਜੋ ਮੈਂ ਮੇਰੀ ਪਲੇਲਿਸਟ ਹੈ, ਪਰ ਮੈਂ ਕਦੇ ਬੋਰ ਹੀ ਨਹੀਂ ਹੁੰਦੀ। ਅੱਜ ਦਾ ਕੋਈ ਵੀ ਗੀਤ ਹੋਏ ਆਪਾਂ ਬੋਰ ਹੋ ਜਾਂਦੇ, ਹਾਂ ਬੋਰ ਹੋ ਜਾਂਦਾ, ਛੇਤੀ ਬੋਰ ਹੋ ਜਾਂਦਾ ਬਸ। ਉਹ ਲੋਕਾਂ ਨੂੰ ਅੱਜ ਕੱਲ ਇਹੀ ਗਾਣੇ ਪਸੰਦ ਨੇ ਜਿਹੜੇ ਅੱਜ ਕੱਲ ਚੱਲ ਰਹੇ ਆ। ਅਸਲ 'ਚ ਨਾ ਜਨਰੇਸ਼ਨ ਟਾਈਮ ਚੇਂਜ ਹੋ ਗਿਆ ਨਾ, ਜਨਰੇਸ਼ਨ ਚੇਂਜ ਹੋ ਗਈ ਆ, ਉਹਨਾਂ ਨੂੰ ਪਰੋਸਿਆ ਹੀ ਉਦਾਂ ਦਾ ਜਾਂਦਾ ਜੀ। ਦੇਖੋ ਮੈਂ ਹੁਣ ਮੈਂ ਆਪੇ ਮੈਂ ਆਪਣੀ ਵੀ ਗਲਤੀ ਮੰਨਦਾ ਕਿ ਲੋਕ ਸੁਣਨਾ ਚਾਹੁੰਦੇ ਆ, ਲੇਕਿਨ ਮੈਂ ਘੱਟ ਕਰਤਾ,
ਮੈਂ 6 ਮਹੀਨੇ ਬਾਅਦ ਸਾਲ ਬਾਅਦ ਮੈਂ ਗਾਣਾ ਕਰਦਾ, ਜੇ ਮੈਂ ਉਹੀ ਗਾਣਾ ਮਹੀਨੇ ਮਹੀਨੇ ਬਾਅਦ ਕਰਾਂ, ਜਿਹੜੇ ਨਵੇਂ ਆ ਗਏ ਨੇ ਸਿੰਗਰ ਉਹ ਕੀ ਕਰਦੇ ਆ, ਕਈ ਵਾਰੀ ਮਹੀਨੇ 'ਚ 2 ਗਾਣੇ ਵੀ ਦਿੰਦੇ ਆ, ਫਿਰ ਉਹ ਜਿਹੜੇ ਬੱਚਿਆਂ ਨੂੰ ਨਾ ਆਦਤ ਪੈ ਗਈ ਉਹ ਆਟੋ ਟਿਊਨਰ ਸੁਣਨ ਦੀ, ਉਹਨਾਂ ਨੂੰ ਲੱਗਦਾ ਯਾਰ ਜਿਹੜਾ ਆਟੋ ਟਿਊਨਰ ਵਾਲਾ ਬੰਦਾ ਨਾ ਉਹ ਸਟਾਰ ਹੈ, ਜਾਂ ਜਦੋਂ ਵਿਊਜ਼ ਬਹੁਤ ਹੋ ਗਏ ਤੇ ਵਿਊ ਵੀ ਆਪਾਂ ਤੁਹਾਨੂੰ ਪਤਾ ਅੱਜ ਕੱਲ੍ਹ ਕਿੱਦਾਂ ਹੁੰਦੇ ਆ, ਸਭ ਨੂੰ ਪਤਾ ਨਾ, ਸੋ ਉਹਦੇ ਕਰਕੇ ਨਾ ਥੋੜਾ ਜਿਹਾ ਨਿਗਰ ਤਾਂ ਆਈ ਆ ਸੰਗੀਤ ਵਿੱਚ, ਪਰ ਸੰਗੀਤ ਕਿਤੇ ਖਤਮ ਹੋਣ ਵਾਲੀ ਚੀਜ਼ ਨਹੀਂ ਹੈਗੀ, ਜੇ ਅੱਛੇ ਸੁਣਨ ਵਾਲੇ ਆ ਅੱਛੇ ਗਾਉਣ ਵਾਲੇ ਵੀ ਆ, ਅੱਜ ਕੱਲ ਏਦਾਂ ਦੀ ਫੈਮਿਲੀਜ਼ ਹੈਗੀਆਂ ਜਿਹੜੀਆਂ ਇਹੀ ਪ੍ਰੈਫਰ ਕਰਦੀਆਂ ਕਿ ਨਹੀਂ ਯਾਰ ਅੱਛਾ ਸੁਣ, ਅਸੀਂ ਉਹਨਾਂ ਨੂੰ ਹੀ ਸੱਦੀਏ ਜਿਹੜੇ ਪੁਰਾਣੇ ਨੇ, ਨਹੀਂ ਤਾਂ ਅਸੀਂ ਕਾਦੇ ਵਿਹਲੇ ਹੋ ਕੇ ਬਹਿ ਜਾਂਦੇ, ਜੇ ਸੰਗੀਤ ਜਿੰਦਾ ਤੇ ਅਸੀਂ ਜਿੰਦਾ ਹੈਗੇ ਹਨਾ, ਸੋ ਇਸ ਕਰਕੇ ਸੰਗੀਤ ਕਦੇ ਖਤਮ ਨਹੀਂ ਹੋ ਸਕਦਾ, ਉਹ ਚੱਲੇ ਜਾਣਾ, ਬਾਕੀ ਹੁੰਦਾ ਕਿ ਦੇਖੋ ਦੌਰ ਆ, ਕਦੇ ਅਮਿਤਾਭ ਬੱਚਨ ਦਾ ਦੌਰ ਸੀ, ਕਦੇ ਸਨੀ ਦਿਓਲ ਦਾ ਦੌਰ ਸੀ, ਹੁਣ ਨਵੇਂ ਐਕਟਰਸ ਆ ਗਏ ਨੇ, ਇੱਦਾਂ ਹੀ ਕਦੇ ਗੁਰਦਾਸ ਭਾਅ ਜੀ, ਚਲੋ ਗੁਰਦਾਸ ਭਾਅ ਜੀ ਤਾਂ ਅਜੇ ਵੀ ਚੱਲੀ ਜਾਂਦੇ ਨਾ, ਅਮਿਤਾਬ ਬੱਚਨ ਦਾ ਵੀ ਦੌਰ ਖਤਮ ਨਹੀਂ ਹੋਇਆ, ਉਹ ਤਾਂ ਉਹ ਵੀ ਚੱਲੀ ਜਾਂ ਇੱਕ ਸ਼ਾਟ ਹੀ ਦੇ ਦੇਣਾ, ਉਹ ਚੱਲੀ ਜਾ ਰਹੇ ਨਾ, ਜਿੱਦਾਂ ਇੱਕ ਦੌਰ ਹੁੰਦਾ ਨਾ ਵੀ ਜਿੱਦਾਂ ਗਾਇਕੀ ਦਾ ਦੌਰ ਹੁੰਦਾ, ਉਹ ਚੇਂਜ ਹੋ ਜਾਂਦਾ, ਜਿੱਦਾਂ 20 ਕੋਹ ਤੇ ਕਹਿੰਦੇ ਚੱਲ ਜਾਓ ਸਿਆਣੇ ਕਹਿੰਦੇ ਹੋਏ ਨਾ, ਤੇ ਭਾਸ਼ਾ ਚੇਂਜ ਹੋ ਜਾਂਦੀ ਹੈ, ਹਾਂਜੀ ਇੱਦਾਂ ਹੀ ਜਦੋਂ 20 ਸਾਲ ਬਾਅਦ ਨਾ ਗਾਇਕੀ ਦਾ ਦੌਰ ਚੇਂਜ ਹੋ, ਕਈ ਵਾਰੀ ਡਿਊਟ ਬਹੁਤ ਚੱਲ ਜਾਂਦੇ ਆ, ਕਈ ਵਾਰੀ ਸਿੰਗਲ ਬਹੁਤ ਗਾਣੇ ਚੱਲਦੇ ਆ, ਹੁਣ ਫਿਰ ਡਿਊਟ ਦਾ ਦੌਰ ਆ ਗਿਆ, ਅੱਗੇ ਉਹ ਘੱਟ ਜਾਏਗਾ ਫਿਰ ਕੁਛ ਹੋਰ ਆ ਜਾਏਗਾ, ਸੋ ਇੱਦਾਂ ਇਹ ਚੇਂਜਸ ਹੁੰਦੀਆਂ ਰਹਿੰਦੀਆਂ ਲਾਈਫ ਦੇ ਵਿੱਚ, ਨਹੀਂ ਡਿਊਟ ਦਾ ਦੌਰ ਘਟਣਾ ਨਹੀਂ ਚਾਹੀਦਾ, ਅੱਛਾ ਤੁਹਾਨੂੰ ਕੰਮ ਬਹੁਤ ਮਿਲ ਰਿਹਾ ਹੈਨਾ, ਤੇ ਸਿੰਗਲ ਵੀ ਚੱਲਦੇ ਰਹਿਣੇ ਚਾਹੀਦੇ, ਕੋਈ ਨਹੀਂ ਅਸੀਂ ਹੁਣ ਥੋੜਾ ਜਿਹਾ ਜਿਹੜਾ ਮੈਂ ਕਹਿੰਦਾ 6 ਮਹੀਨੇ ਬਾਅਦ ਗਾਣਾ ਦਿੰਦੇ ਆ, ਤੁਸੀਂ ਸੈਡ ਸੌਂਗ ਆਉਣ ਦਿਓ, ਲੱਗਦਾ ਸੀ 2 ਮਹੀਨੇ ਇੱਕ ਕਾਸਟ ਉਹ ਆ ਰਿਹਾ ਸਾਡਾ ਨਾਮਾਂ ਗੀਤ, ਹਾਂਜੀ ਕਾਸਟ ਗਾਣਾ ਤੁਸੀਂ ਪਹਿਲਾਂ ਸਾਡਾ ਸੁਣਿਆ ਬਹੁਤ ਹਿੱਟ ਆ, ਤੇ ਹੁਣ ਉਹਦਾ ਵੀਡੀਓ ਬਣ ਕੇ ਤਿਆਰ ਹੋਇਆ, ਉਹ ਵੀ ਜਲਦੀ ਅਸੀਂ ਮਾਰਕੀਟ ਵਿੱਚ ਦੇਵਾਂਗੇ, ਤੇ 3-4 ਵੀਡੀਓ ਪਲਾਨ ਆ ਉਹ ਵੀ ਕਰਾਂਗੇ, ਹੁਣ ਜਲਦੀ ਹੁਣ ਦੇਰ ਨਹੀਂ ਕਰਿਆ ਕਰ, ਨਹੀਂ ਬਿਲਕੁਲ ਕਰ ਰਿਹਾ ਕਰੋ, ਏਦਾਂ ਦੇਰ ਕਾਹਨੂੰ ਕਰਨੀ ਹੈ। ਅੱਛਾ ਤੁਸੀਂ ਕਿਸੇ ਸਾਈਨ ਵੀ ਰਹੇ ਸੀ ਪਹਿਲਾਂ ਆਪਣੇ ਪਿਛਲੇ ਟਾਈਮ 'ਚ? ਹਾਂ ਹਾਂ ਸਾਈਨ ਤਾਂ ਹੋਣਾ ਹੀ ਪੈਂਦਾ, ਤੇ ਜਦੋਂ ਤੁਹਾਨੂੰ ਹੈਨਾ ਆਪਣਾ ਨਹੀਂ ਪਤਾ ਹੁੰਦਾ ਕੁਝ ਵੀ ਕਿ ਮੈਂ ਕਰਨਾ ਕੀ ਆ, ਤੇ ਉਦੋਂ ਕਈ ਵਾਰੀ ਤੁਹਾਡੇ ਨਾਲ ਧੋਖੇ ਨਾਲ ਵੀ ਹੋ ਜਾਂਦਾ ਹੈ, ਤੁਹਾਨੂੰ ਤੁਸੀਂ ਨਹੀਂ ਸਾਈਨ ਹੋਣਾ ਚਾਹੁੰਦੇ ਹੁੰਦੇ, ਤੁਸੀਂ ਅਨਭੋਲ ਹੁੰਦੇ ਆ, ਬਿਲਕੁਲ ਉਦੋਂ ਇਦਾਂ ਹੁੰਦਾ ਕਿ ਯਾਰ ਕੁਝ ਕਰ ਲਈਏ ਹੈਨਾ ਨਵੇਂ ਨਵੇਂ 'ਚ, ਨਾਲੇ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਵੀ ਮੈਂ ਕਰਨਾ ਕੀ ਆ, ਮੈਨੂੰ ਕੋਈ ਦੀਦਾ ਹੀ ਕੁਛ ਨਹੀਂ, ਬਿਲਕੁਲ ਹੁਣ ਤੁਸੀਂ ਤੁਹਾਨੂੰ ਕੋਈ ਕਹੇ ਵੀ ਮੈਂ ਤੇਰੀ ਰਿਕਾਰਡਿੰਗ ਕਰ ਰਿਹਾ ਜਾਂ ਮੈਂ ਤੁਹਾਡੀ ਕੋਈ ਫਿਲਮ ਕਰ ਰਿਹਾ, ਹੁਣ ਤੁਹਾਨੂੰ ਤਾਂ ਜਾਂ ਮੈਨੂੰ ਮੌਕਾ ਚਾਹੀਦਾ ਹੈਨਾ, ਹੁਣ ਮੌਕੇ ਦੇ ਵਿੱਚ ਤੁਹਾਨੂੰ ਕੋਈ ਦੱਸਿਆ ਕੁਛ ਹੋਰ ਜਾਵੇ, ਬਾਅਦ 'ਚ ਉੱਤੇ ਲਿਖਿਆ ਕੁਛ ਹੋਰ ਜਾਵੇ, ਚਲੋ ਉਹਦੀ ਆਪਾਂ ਬਹੁਤੀ ਚਰਚਾ ਨਹੀਂ ਕਰਨੀ, ਲੇਕਿਨ ਉਹ ਸਾਈਨ ਹੋਣਾ ਪੈਂਦਾ। ਬਿਲਕੁਲ ਸਾਈਨ ਵਾਲੀ ਗੱਲ ਮੈਂ ਤਾਂ ਕੀਤੀ ਸੀ ਕਿ ਮੈਂ ਇੱਦਾਂ ਪੁੱਛਣਾ ਸੀ ਤੁਹਾਨੂੰ ਕਿ ਕਦੇ ਕੋਈ ਇੱਦਾਂ ਦਾ ਗੀਤ ਤੁਸੀਂ ਕੀਤਾ ਹੋਵੇ ਜਿਹੜਾ ਤੁਸੀਂ ਸੋਚੋ ਯਾਰ ਇਹ ਪਸੰਦ ਨਹੀਂ ਹੈਗਾ ਮੈਨੂੰ, ਪਰ ਫਿਰ ਵੀ ਮਜਬੂਰੀ 'ਚ ਤੁਹਾਨੂੰ ਕਰਨਾ ਪਿਆ ਕਿ ਚੱਲ ਕੋਈ ਨਾ ਪੈਸੇ ਕਰਕੇ ਕਰ ਲੈਂਦੇ ਹਾਂ ਜਾਂ ਇਹ ਕੰਪਨੀ ਵਾਲੇ ਕਹਿ ਰਹੇ ਚੱਲ ਕਰ ਲੈਂਦੇ? ਪਹਿਲਾਂ ਸ਼ੁਰੂ 'ਚ ਨਹੀਂ, ਉਦੋਂ ਪੈਸਿਆਂ ਕਰਕੇ ਨਹੀਂ ਸੀ, ਕਿਉਂਕਿ ਪੈਸੇ ਮੈਨੂੰ ਮਿਲਦੇ ਨਹੀਂ ਸੀ ਪਹਿਲਾਂ, ਪੈਸਿਆਂ ਦਾ ਰੌਲਾ ਥੋੜ੍ਹਾ ਬਾਅਦ 'ਚ ਸ਼ੁਰੂ ਹੋਇਆ, ਪਹਿਲਾਂ ਤਾਂ ਬਸ ਇੱਦਾਂ ਹੁੰਦਾ ਵੀ ਖਰਚਾ ਪਾਣੀ ਮਿਲ ਗਿਆ ਬਸ ਠੀਕ ਆ ਗਾਇਆਂ ਦਾ ਹੈ ਨਾ, ਅਤੇ ਉਦੋਂ ਹੁੰਦਾ ਸੀ ਵੀ ਮੰਨ ਲਓ ਤੁਹਾਡੇ ਤੁਹਾਨੂੰ ਕੋਈ ਕਮਾਂਡ ਕਰ ਰਿਹਾ ਬੰਦਾ, ਉਹਨੂੰ ਲੱਗਾ ਇਹ ਗੀਤ ਵਧੀਆ, ਮੈਨੂੰ ਲੱਗਾ ਯਾਰ ਨਹੀਂ ਵਧੀਆ, ਹੈ ਨਾ ਇੱਕ ਮਨ ਨੂੰ ਹੁੰਦਾ ਨਾ, ਅਤੇ ਉਹ ਕਹਿੰਦੇ ਨਹੀਂ ਨਹੀਂ ਯਾਰ ਇਹ ਕਰਨਾ ਆਪਾਂ, ਹੁਣ ਉਹ ਕਿਉਂ ਕਰਨਾ, ਉਹ ਪਿੱਛੇ ਉਹਨਾਂ ਨੂੰ ਰਾਜ ਪਤਾ ਹੁੰਦਾ ਸੀ ਜਾਂ ਲਿਖਿਆ ਸੀ ਜਾਂ ਕੋਈ ਕਿਸੇ ਨੇ ਹੈਲਪ ਕੀਤੀ ਹੋਊਗੀ ਨਾ, ਅਤੇ ਉਹ ਕਈ ਵਾਰੀ ਇਸ ਤਰ੍ਹਾਂ ਕਰਨਾ ਪੈਂਦਾ ਸੀ, ਉਦੋਂ ਮੇਰਾ ਮਨ ਕਿਤੇ ਕਿਤੇ ਦੁਖਦਾ ਵੀ ਹੁੰਦਾ ਸੀ, ਉਹ ਗੀਤ ਫਿਰ ਬਹੁਤਾ ਕਮਾਲ ਵੀ ਨਹੀਂ ਕਰਦਾ ਸੀ, ਬਿਲਕੁਲ ਕਿਉਂਕਿ ਆਰਟਿਸਟ ਨੂੰ ਪਤਾ ਹੁੰਦਾ ਵੀ ਮੇਰੀ ਕਿਹੜੀ ਚੀਜ਼ ਚੱਲਣੀ ਹੈ, ਨਾਲੇ ਫਿਰ ਬੰਦਾ ਰੋ ਨਾ ਗਾ ਨਹੀਂ ਸਕਦਾ ਜਿਹੜਾ, ਔਰ ਮੋਸਟਲੀ ਮੈਂ ਕੰਪੋਜ਼ ਕੀਤੇ ਆਪਣੇ ਹੁਣ ਤੱਕ ਗਾਣੇ, ਹਾਂਜੀ 99% ਗਾਣੇ, ਤੇ ਜਦੋਂ ਮੈਨੂੰ ਇਦਾਂ ਦਾ ਕੋਈ ਗੀਤ ਮਿਲ ਗਿਆ ਜਿਹੜੇ 'ਚ ਮੇਰੀ ਰੂਹ ਨਹੀਂ ਭਿੱਜ ਰਹੀ, ਉਹ ਫਿਰ ਕੰਪੋਜ਼ ਵੀ ਉਦਾਂ ਦਾ ਹੀ ਹੋਣਾ ਠੀਕ ਠਾਕ ਜਿਹਾ,
ਫਿਰ ਗਾ ਵੀ ਨਹੀਂ ਰੂਹ ਨਾ ਆਉਣਾ ਅਤੇ ਗੱਲ ਤਾਂ ਫਿਰ ਰੂਹ ਦੀ ਹੈ ਨਾ, ਜਿਹੜਾ ਰੂਹ 'ਚੋਂ ਨਿਕਲੇਗਾ ਉਹ ਹੀ ਲੋਕਾਂ ਨੂੰ ਚੰਗਾ ਲੱਗੇਗਾ। ਸੋ ਪਹਿਲਾਂ ਪਹਿਲਾਂ ਇੱਦਾਂ ਕਰਦੇ ਰਹੇ ਹਾਂ। ਹੁਣ ਕਈ ਵਾਰੀ ਇੱਦਾਂ ਹੋ ਜਾਂਦਾ ਵੀ ਕੋਈ ਬੰਦਾ ਚੰਗਾ ਸ਼ਾਇਰ ਹੈ ਲੇਕਿਨ ਉਹਦਾ ਗੀਤ ਕੋਈ ਰਿਕਾਰਡ ਨਹੀਂ ਹੋਇਆ, ਉਹ ਕਹਿੰਦਾ ਜੀ ਮੈਂ ਪੈਸੇ ਵੀ ਦੇ ਦੂੰਗਾ ਜੀ, ਮੈਂ ਪੈਸੇ ਵੀ ਲਾ ਦੂੰਗਾ, ਅਤੇ ਕਈ ਵਾਰੀ ਥੋੜ੍ਹਾ ਜਿਹਾ ਫਿਰ ਲਾਲਚ ਜਿਹਾ ਹੋ ਜਾਂਦਾ ਪਰ ਉਹਨੂੰ ਉਹਨੂੰ ਇੱਦਾਂ ਕਹੀਦਾ ਇੱਦਾਂ ਕਰਦੇ ਹਾਂ ਵੀਰ ਮੇਰਿਆਂ ਵੀ ਤੂੰ ਗਾਣੇ 10-12 ਭੇਜ, ਇੱਕ ਗਾਣਾ ਨਹੀਂ, ਤੂੰ 10-12 ਗਾਣੇ ਭੇਜ, ਉਹ 'ਚੋਂ ਜਿਹੜਾ ਮੈਨੂੰ ਚੰਗਾ ਲੱਗਾ। ਹੁਣ ਹੁਣ ਇਸ ਕਾਬਲ ਵੀ ਹੋ ਗਏ ਹਾਂ, ਇੰਨੀ ਕੁ ਹੈਸੀਅਤ ਵੀ ਬਣ ਗਈ ਹੈ ਕਿ ਯਾਰ ਆਪਣਾ ਫੈਸਲਾ ਹੁਣ ਆਪ ਕਰ ਸਕਦੇ, ਫਿਰ ਉਹ 10-12 ਗੀਤਾਂ 'ਚੋਂ ਜਿਹੜਾ ਚੰਗਾ ਲੱਗਦਾ ਉਹਦੀ ਕੰਪੋਜੀਸ਼ਨ ਫਿਰ ਵਧੀਆ ਬਣਦੀ ਆ, ਫਿਰ ਵਧੀਆ ਤਰੀਕੇ ਨਾਲ ਗਾਈਦਾ, ਵਧੀਆ ਤਰੀਕੇ ਨਾਲ ਵੀਡੀਓ ਵੀ ਸ਼ੂਟ ਕਰੀਦਾ, ਤਾਂ ਉਹ ਲੋਕਾਂ ਨੂੰ ਚੰਗਾ ਵੀ ਲੱਗਦਾ। ਤੇ ਹੁਣ ਤੁਹਾਡਾ ਆਪਦਾ ਚੈਨਲ ਹੈ? ਹਾਂ ਮੇਰਾ ਆਪਣਾ ਚੈਨਲ ਵੀ ਹੈਗਾ। ਅੱਛਾ, ਉਹਦੇ ਤੇ ਵੀ ਬਾਹਰ ਵੀ ਕਰਦੇ ਹੋ? ਹਾਂ ਬਾਹਰ ਵੀ ਕਰ ਲਈਦਾ। ਓਕੇ, ਮੋਸਟਲੀ ਪਹਿਲਾਂ ਤਾਂ ਮੈਂ ਬਾਹਰ ਹੀ ਕੀਤਾ ਪਰ ਹੁਣ ਆ ਕਿ ਕੁਝ ਗਾਣੇ ਆਪਣੇ ਚੈਨਲ ਤੇ ਪਾ ਲਈਦੇ ਆ ਤੇ ਕੁਝ ਬਾਹਰ ਵੀ ਦੇ ਦਈਦੇ ਆ। ਬਿਲਕੁਲ। ਚਲੋ ਹੁਣ ਸਵਾਲ ਜਵਾਬ ਬਹੁਤ ਹੋ ਗਏ, ਹੁਣ ਸਾਡਾ ਥੋੜਾ ਫਨ ਪਾਰਟ ਗੇਮ ਵਾਲਾ ਪਾਰਟ ਹੈ। ਇਹਦਾ ਨਾਮ ਹੈ ਜੀਬ ਮਰੋੜ ਰਾਉਂਡ, ਜਿਹਨੂੰ ਕਹਿੰਦੇ ਆ ਟੰਗ ਟਵਿਸਟਰ। ਅਸੀਂ ਥੋੜਾ ਪੰਜਾਬੀ ਚ ਬੋਲਿਆ, ਮੈਨੂੰ ਇੰਨਾ ਨਹੀਂ ਆਉਂਦਾ ਨਾ ਜੀਬ ਮਰੋੜ ਵਾਲਾ ਕੰਮ ਔਖਾ ਹੁੰਦਾ। ਚਲੋ ਕੋਈ ਨਹੀਂ, ਉਹ ਤੁਸੀਂ ਬੋਲ ਲੈਣਾ ਬਹੁਤ ਈਜ਼ੀ ਹੈ। ਅੱਛਾ ਫੇਰ ਦੇਖ। ਹਾਂਜੀ, ਇਹ ਇਦਾਂ ਹੈ ਲਾਈਨ, ਡਾਕਟਰ ਜੀ ਮੈਨੂੰ ਦੇ ਦਿਓ ਦਾਦੀ ਦੇ ਦੰਦਾਂ ਦੀ ਦਵਾਈ। ਇਹ ਤੁਸੀਂ 10 ਵਾਰ ਬੋਲਣਾ, ਡਾਕਟਰ ਜੀ ਮੈਨੂੰ ਦੇ ਦਿਓ ਦਾਦੀ ਦੇ ਦੰਦਾਂ ਦੀ ਦਵਾਈ, ਦਾਦੀ ਦੇ ਦੰਦਾਂ ਦੀ ਦਵਾਈ, ਡਾਕਟਰ ਜੀ ਮੈਨੂੰ ਦੇ ਦਿਓ ਦਾਦੀ ਦੇ ਦੰਦਾਂ ਦੀ ਦਵਾਈ। ਐਡਾ ਪੌਜ਼ ਨਹੀਂ ਲੈਣਾ। ਅੱਛਾ ਅੱਛਾ, ਕਾਲੀ ਕਾਲੀ ਫਸਟ ਪਾਸ, ਡਾਕਟਰ ਜੀ ਮੈਨੂੰ ਦੇ ਦਿਓ, ਬੋਲੋ 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 ਬੋਲੋ, ਡਾਕਟਰ ਜੀ ਮੈਨੂੰ ਦੇ ਦਿਓ ਦੰਦਾਂ ਦੀ ਦਵਾਈ, ਡਾਕਟਰ ਜੀ ਮੈਨੂੰ ਦੇ ਦਿਓ ਦਵਾਈ ਦਾਦੀ ਦੇ ਦੰਦਾਂ, ਦਾਦੀ ਦੇ ਦੰਦਾਂ ਦੀ ਦਵਾਈ। ਮੈਂ ਜੇ ਇੰਨਾ ਵਧੀਆ ਬੋਲ ਲੈਂਦਾ ਤਾਂ ਮੈਂ ਫਿਲਮਾਂ ਨਾ ਕਰ ਲੈਂਦਾ ਚਾਹ। ਨਹੀਂ ਨਹੀਂ ਨਹੀਂ, ਬੋਲੋ ਦੋ ਵਾਰ ਬੋਲੋ, ਇੰਨਾ ਕਿ ਠੀਕ ਹੈ ਜੀ, ਦੋ ਵਾਰ ਬੋਲੋ। ਚਲੋ ਕੀ ਸੀ ਉਹ, ਤੁਸੀਂ ਕਿਊਟ ਲੱਗਣਾ ਕੁੜੀਆਂ ਨੂੰ, ਚੇਤਾ ਭੁੱਲ ਗਿਆ। ਅੱਛਾ ਫਿਰ ਮੈਂ ਬੋਲ ਦਿੰਦਾ ਕਿਊਟ ਲੱਗਣਾ, ਡਾਕਟਰ ਜੀ ਮੈਨੂੰ ਦੇ ਦਿਓ ਦਾਦੀ ਦੇ ਦੰਦਾਂ ਦੀ ਦਵਾਈ, ਡਾਕਟਰ ਜੀ ਮੈਨੂੰ ਦੇ ਦਿਓ ਦਾਦੀ ਦੇ ਦੰਦਾਂ ਦੀ ਦਵਾਈ, ਡਾਕਟਰ ਜੀ ਮੈਨੂੰ ਦੇ ਦਿਓ ਦਾਦੀ ਦੇ ਦੰਦਾਂ ਦੀ ਦਵਾਈ, ਡਾਕਟਰ ਜੀ ਮੈਨੂੰ ਦੇ ਦਿਓ। ਚਲੋ ਹੁਣ ਤੁਸੀਂ ਸਾਡੇ ਹਰਮਨ ਪਿਆਰੇ ਹੋ, ਅਸੀਂ ਤੁਹਾਨੂੰ ਛੱਡ ਰਹੇ ਹਾਂ, ਕੋਈ ਗੱਲ ਨਹੀਂ। ਬਹੁਤ ਧੰਨਵਾਦ ਜੀ, ਕਿਉਂਕਿ ਇਦਾਂ ਦੀ ਗੱਲਾਂ 'ਚ ਬੰਦਾ ਫਸਦਾ ਜਿੰਨਾ ਮਰਜ਼ੀ ਤੇਜ਼ ਬੋਲਦਾ ਹੋਵੇ, ਹੈ ਨਾ। ਮੈਨੂੰ ਕਹਿੰਦਾ ਲੱਗਦਾ ਕੁੜੀਆਂ ਵਧੀਆ ਬੋਲੇ ਨਹੀਂ ਆ, ਤੇਜ਼ ਬੋਲਣਾ ਹੋਵੇ ਕੁਝ। ਅੱਛਾ, ਜੀ ਮਰੋੜ ਵਾਲਾ ਕੰਮ ਕੀ ਕਹਿਣ ਦਾ ਮਤਲਬ ਹੈ ਕਿ ਕੁੜੀਆਂ ਲੜਾਕੀਆਂ ਹੁੰਦੀਆਂ? ਲੜਾਕੀਆਂ ਨਹੀਂ, ਵੈਸੇ ਉਹ ਥੋੜਾ ਮਤਲਬ ਲੜਾਕੀਆਂ ਹੁੰਦੀਆਂ ਥੋੜੀਆਂ ਜਿਹਾ, ਵੀ ਗਿੱਜੀਆਂ ਹੁੰਦੀਆਂ, ਗਿੱਜੀਆਂ ਹੁੰਦੀਆਂ, ਹੈ ਨਾ, ਬਕਵਾਸ ਕਰਨ ਨੂੰ। ਨਹੀਂ ਨਹੀਂ ਨਹੀਂ, ਮੈਂ ਕਹਿੰਦਾ ਮਤਲਬ ਫਾਸਟ ਬੋਲਣ 'ਚ, ਫਾਸਟ ਬੋਲਣ 'ਚ ਉਹੀ ਲੜਾਈ। ਮੈਂ ਉਦਾਂ ਥੋੜਾ, ਤੁਹਾਨੂੰ ਪਤਾ ਮੈਂ ਸਹਿਜਤਾ ਵਾਲਾ ਬੰਦਾ, ਥੋੜਾ ਜਿਹਾ ਠਹਿਰਾ ਵਾਲਾ। ਹਾਂ, ਤੁਸੀਂ ਦੇਖੋ ਮੇਰੇ ਬਹੁਤ ਤੇਜ਼ ਤੇਜ਼ ਵਾਲੇ ਗਾਣੇ ਹੋਣਗੇ, ਠਹਿਰਾ ਵਾਲੇ ਆ, ਕਿਉਂਕਿ ਮੇਰੇ ਅੰਦਰ ਥੋੜਾ ਠਹਿਰਾ ਭਰਿਆ ਹੋਇਆ, ਇਹ ਤਾਂ ਮਾਲਕ ਦੀ ਬਖਸ਼ਿਸ਼ ਹੀ ਹੈ। ਅਤੇ ਤੇਜ਼ ਵਾਲਾ ਕੰਮ ਜਿਹੜਾ ਮੇਰੇ ਕੋਲ ਹੁੰਦਾ ਨਹੀਂ, ਚਾਹੇ ਗਾਣਾ ਤੇਜ਼ ਹੋਵੇ ਚਾਹੇ ਬੋਲਣਾ ਤੇਜ਼ ਹੋਵੇ। ਇਹ ਵੀ ਹੈ। ਹਾਂ, ਹੁਣ ਅਗਲਾ ਸਵਾਲ ਸਾਡਾ ਤੁਹਾਡੇ ਤੋਂ ਇਹ ਹੈ, ਠੀਕ ਹੈ ਜੀ, ਕਿ ਜਦੋਂ ਤੁਸੀਂ ਪਹਿਲਾਂ ਸੈਡ ਸੌਂਗ ਵੀ ਆਉਂਦੇ ਸੀ ਲੋਕਾਂ ਦੇ, ਬੀਟ ਸੌਂਗ ਵੀ ਆਉਂਦੇ ਸੀ, ਉਹਨਾਂ ਗੀਤਾਂ ਦੇ ਵਿੱਚ ਤੁਸੀਂ ਇੱਕ ਗੀਤ ਕੀਤਾ ਜਿਹੜਾ ਮੇਰੇ ਪਿੰਡ ਦੀਆਂ ਕੁੜੀਆਂ, ਹਾਂ, ਮਤਲਬ ਇਹ ਕਿੱਦਾਂ ਦਿਮਾਗ 'ਚ ਆਇਆ ਵੀ ਮੈਨੂੰ ਆਪਣੇ ਪਿੰਡ ਦੀਆਂ ਕੁੜੀਆਂ ਦਾ ਇੱਦਾਂ ਕਰਨਾ ਚਾਹੀਦਾ, ਇੱਦਾਂ ਦੀ ਚੀਜ਼ ਤਾਂ ਕਦੇ ਵੀ ਨਹੀਂ ਕੀਤੀ। ਵੈਸੇ ਮੈਂ ਜਿੱਦਾਂ ਤੁਹਾਨੂੰ ਦੱਸਦਾ ਮੈਂ ਥੋੜ੍ਹਾ ਭਾਵੁਕ ਹੈਗਾ, ਆਰਟਿਸਟ ਵੈਸੇ ਸਾਰੇ ਭਾਵੁਕ ਹੁੰਦੇ ਆ, ਪਰ ਮੈਂ ਹੋ ਸਕਦਾ ਲੋਕਾਂ ਨਾਲੋਂ ਥੋੜ੍ਹਾ ਜ਼ਿਆਦਾ ਹੋਵਾਂ ਜਾਂ ਜਿੱਦਾਂ ਦੇ ਲੋਕ ਉੱਦਾਂ ਦੇ ਹੋਵਾਂ, ਪਰ ਮੈਨੂੰ ਪਤਾ ਕਿ ਮੈਂ ਥੋੜ੍ਹਾ ਭਾਵੁਕ ਹਾਂ। ਮੈਂ ਕਦੇ ਵੇਖਦਾ ਸੀ ਨਾ ਗੱਡੀ 'ਚ ਜਾ ਰਿਹਾ ਤਾਂ ਕੋਈ ਲੜਕੀ ਹੈ, ਉਹ ਪਾਥੀਆਂ ਪੱਥਣ ਡਈ ਹੈ ਰੋਡ 'ਤੇ, ਬੜੀ ਖੂਬਸੂਰਤ ਵੀ ਹੈ
ਪਿੰਡ ਵਿੱਚ ਉਹਨੂੰ ਜੱਗ ਪੁੱਛਣਾ ਕਿਸੇ ਨੂੰ ਯਾਰ ਇਹ ਲੜਕੀ ਸਕੂਲ ਜਾਂਦੀ, ਕਹਿੰਦੇ ਨਹੀਂ ਕਿਉਂ ਨਹੀਂ ਜਾਂਦੀ, ਇਹਦੇ ਘਰਦਿਆਂ ਨੇ ਪੜ੍ਹ ਦਿੱਤਾ। ਅੱਛਾ ਕਈ ਵਾਰ ਅਸੀਂ ਕਿਸੇ ਵਿਆਹ 'ਚ ਜਾਂਦੇ ਹਾਂ ਨਾ, ਬੜੀ ਖੂਬਸੂਰਤ ਕੁੜੀ ਹੁੰਦੀ ਹੈ ਉਹ 23-24 ਸਾਲ ਦੀ, ਜਿਹੜਾ ਘਰ ਵਾਲਾ ਹੁੰਦਾ 40-50 ਸਾਲ ਦਾ, ਅਸੀਂ ਭੰਗੜੇ ਵੀ ਪਾਉਂਦੇ ਹਾਂ, ਸਾਨੂੰ ਪੈਸੇ ਮਿਲੇ, ਇਹ ਤਾਂ ਗਾਣਾ ਉਸ ਪ੍ਰੋਗਰਾਮ 'ਚ ਗਾ ਰਹੇ ਹਾਂ, ਅਤੇ ਫਿਰ ਕਹਿਣਾ ਯਾਰ ਇਹ ਇਹ ਇਹਨਾਂ ਦਾ ਤਾਲਮੇਲ ਲੱਗਾ ਨਹੀਂ। ਕਹਿੰਦੇ ਮੁੰਡਾ ਅਮਰੀਕਾ ਤੋਂ ਆਇਆ, ਕੀ ਹੋਇਆ ਇਹ ਘਰਦਿਆਂ ਨੇ ਵਿਆਹ ਕਰਤਾ ਜੀ। ਉੱਥੋਂ ਮੈਨੂੰ ਲੱਗਾ ਯਾਰ ਇਹ ਕਿੱਡਾ ਵੱਡਾ ਜਿਗਰਾ ਕੁੜੀਆਂ ਦਾ, ਹੈ ਨਾ, ਉਹ ਪੜ੍ਹਨਾ ਚਾਹੁੰਦੀ ਆ, ਉਹਨੂੰ ਪੁੱਛਿਆ ਗਿਆ ਵੀ ਮੈਂ ਪੜ੍ਹਨਾ ਚਾਹੁੰਦੀ, ਮੇਰੇ ਘਰ ਕਹਿੰਦੇ ਆ ਵੀ ਨਹੀਂ ਤੂੰ ਕਾਲਜ ਨਹੀਂ ਜਾਣਾ, ਸਕੂਲ 'ਚ ਪੜ੍ਹ ਲਿਆ ਬਸ ਠੀਕ ਹੈ। ਅੱਛਾ ਤੇਰਾ ਵਿਆਹ ਕਿੱਦਾਂ ਹੋ ਗਿਆ? ਇਹ ਜੀ ਘਰਦਿਆਂ ਨੇ ਕਰਤਾ। ਮੇਰੇ ਇਹ ਅੱਖੀਂ ਦੇਖਣ ਦੀਆਂ ਗੱਲਾਂ ਸੁਣੀਆਂ ਸੁਣਾਈਆਂ ਨੇ, ਉਹ ਮੇਰੇ ਦਿਲ 'ਚ ਬੜੀ ਚੀਜ਼ ਜੀ ਉੱਠੀ। ਮੈਂ ਕਿਹਾ ਯਾਰ ਆਪਣਾ ਕੋਈ ਰੁਤਬਾ ਹੀ ਨਹੀਂ, ਆਪਣੀ ਕੋਈ ਖੁਆਇਸ਼ ਹੀ ਨਹੀਂ, ਮੈਂ ਜੋ ਕਿਸੇ ਨੇ ਕਿਹਾ ਤਾਂ ਉਹ ਕਬੂਲ ਕਰ ਲਿਆ। ਫਿਰ ਮੈਂ ਉਹ ਮਿੰਟ, ਜਿਹਨੇ ਮੇਰਾ ਗੀਤ ਲਿਖਿਆ ਇੱਕ ਮੇਰਾ ਦਿਲ ਹੈ ਨਾ, ਉਹ ਮੈਂ ਟੂ ਹੇਅਰ ਨੇ ਇਹ ਗੀਤ ਦੀ ਉਪਜ ਹੋਈ। ਉਹਨੂੰ ਇੱਕ ਸਟੋਰੀ ਇੱਦਾਂ ਦੱਸੀ ਸੀ ਵੀ ਇੱਦਾਂ, ਫਿਰ ਵਿਜੇ ਧੰਮੀ ਸਾਹਿਬ ਨੇ, ਦੋਨੋਂ ਉਸਤਾਦ ਸ਼ੀਰਦ ਨੇ, ਦੋਨਾਂ ਨੇ ਇਕੱਠਿਆਂ ਨੇ ਗਾਣਾ ਬਣਾਇਆ ਅਤੇ ਅਸੀਂ ਰੂਹ ਨਾਲ ਗਾਇਆ ਅਤੇ ਲੋਕਾਂ ਨੇ ਉਹ ਬੜਾ ਪਸੰਦ ਕੀਤਾ। ਸੋ ਕਈ ਵਾਰੀ ਇੱਦਾਂ ਵੀ ਗਾਣੇ ਬਣਦੇ ਆ। ਕਈ ਵਾਰੀ ਵੈਸੇ ਤੁਹਾਡੇ ਦਿਲ 'ਚ ਕੋਈ ਵਿਚਾਰ ਆ ਜਾਂਦਾ ਵੀ ਆਪਾਂ ਯਾਰ ਇੱਦਾਂ ਕੁਛ ਕਰੀਏ, ਉਹ ਵੀ ਮੈਂ ਲਿਖ ਨਹੀਂ ਸਕਦਾ, ਮੈਂ ਕਿਸੇ ਸ਼ਾਇਰ ਨੂੰ ਦੱਸਦਾ ਕਿ ਯਾਰ ਇੱਦਾਂ ਦਾ ਕੁਛ ਬਣਾ। ਤੁਸੀਂ ਆਪ ਕਦੇ ਨਹੀਂ ਲਿਖਿਆ? ਨਹੀਂ, ਮੈਂ ਇੱਕ ਦੋ ਗਾਣੇ ਸ਼ੁਰੂ ਕੀਤੇ, ਮੁੜ ਕੇ ਮੈਂ ਪੂਰੇ ਨਹੀਂ ਕੀਤੇ ਕਿਸੇ ਕੋਲ ਲਿਖਵਾਏ, ਕਿਉਂਕਿ ਬੰਦਾ ਉਲਝ ਜਾਂਦਾ, ਕਿਉਂਕਿ ਮੈਂ ਸ਼ਾਇਰ ਨਹੀਂ, ਮੇਰੇ ਦਿਮਾਗ 'ਚ ਕੋਈ ਆਈਡੀਆ ਤਾਂ ਆ ਸਕਦਾ, ਸਾਰੀਆਂ ਭੁੱਲ ਗਈਆਂ ਹੁਣ, ਬਹੁਤ 15-20 ਸਾਲ ਹੋ ਗਏ। ਮੈਂ ਉਦੋਂ ਜਦੋਂ ਬੰਦਾ ਕਾਲਜ ਹੁੰਦਾ ਨਾ, ਉਦੋਂ ਬੜਾ ਕੁਛ ਤੁਹਾਡੇ ਉਮੰਗਾਂ ਤਰੰਗਾਂ ਨਵੀਆਂ ਹਨਾ ਆਉਂਦੀਆਂ, ਉਦੋਂ ਸੀ ਕਿ ਗਾਇਕੀ ਦੇ ਨਾਲ ਨਾਲ ਕੁਝ ਲਿਖ ਲੈਣਾ। ਮੈਂ ਪ੍ਰੋਫੈਸਰ ਸਾਹਿਬ ਨੂੰ ਕਿਤੇ ਦਿਖਾਉਣਾ, ਸਰ ਮੈਂ ਕੀ ਲਿਖਿਆ? ਉਹਨਾਂ ਨੇ ਕਹਿਣਾ ਕਾਕਾ ਨਾ ਤਾਂ ਗੀਤ ਆ ਨਾ ਗਜ਼ਲ ਆ। ਮੈਂ ਕਿਹਾ ਜੀ ਫਿਰ ਬੜਾ ਕੀ ਦਿੱਤਾ ਮੈਂ? ਕਹਿੰਦੇ ਇਹਨੂੰ ਖੁੱਲ੍ਹੀ ਕਵਿਤਾ ਜੀ ਕਹਿ ਦਿੰਦੇ ਵੀ ਤੂੰ ਆਪਣੇ ਦਿਲ ਦੇ ਭਾਵ ਜਾ। ਜਦੋਂ ਨਾ ਉਦੋਂ ਸ਼ਾਇਰਾਂ ਨੂੰ ਪੜ੍ਹਨਾ, ਉਲਫਤ ਪਾਜਬਾ ਜੀ, ਗੁਰਦਿਆਲ ਰੋਸ਼ਨ ਜੀ, ਹੈ ਨਾ, ਜਾਂ ਸ਼ਿਵ ਕੁਮਾਰ ਬਟਾਲਵੀ, ਉਹ ਬੰਦਾ ਕਿਤੇ ਨਾ ਕਿਤੇ ਪ੍ਰਭਾਵ ਹੇਠ ਆ ਜਾਂਦਾ ਨਾ, ਯਾਰ ਮੈਂ ਵੀ ਲਿਖ ਕੇ ਦੇਖਾਂ, ਪਰ ਆਪ ਉਹਨੇ ਜੋਗਾ ਹੁੰਦਾ ਤਾਂ ਹੈ ਨਹੀਂ, ਲੇਕਿਨ ਉਹ ਦਿਲ ਦੇ ਬਲਬ ਲੈ ਆਉਂਦੇ ਆ। ਮੈਂ ਵੀ ਇਦਾਂ ਹੀ ਆ ਵੀ ਮਤਲਬ ਲਿਖਣਾ ਚਾਹੁੰਦੀ ਹਾਂ, ਮੈਂ ਵੀ ਕਿਤਾਬਾਂ ਪੜ੍ਹਦੀ ਹਾਂ ਅਤੇ ਆਪਣੀ ਡਾਇਰੀ 'ਚ ਲਿਖ ਲੈਂਦੀ ਹਾਂ, ਦਿਖਾਉਂਦੀ ਕਿਸੇ ਨੂੰ ਵੀ ਨਹੀਂ, ਨਾ ਪੜ੍ਹਾਉਂਦੀ ਹਾਂ, ਕਿਉਂਕਿ ਉਹ ਮੈਨੂੰ ਵੀ ਪਤਾ ਹੁੰਦਾ ਮੈਂ ਕੀ ਲਿਖਿਆ। ਮੈਂ ਲੱਗਦਾ ਪਾਗਲ ਪ੍ਰੇਮੀ ਕਲੇਰ ਥੱਲੇ ਲਾਈਨਾਂ ਲਿਖ ਕੇ, ਉਹ ਅੱਜ ਵੀ ਕਿਤੇ ਮੈਂ ਆਪਣੀ ਡਾਇਰੀ ਪਿੱਛੇ ਪੜ੍ਹਦਾ ਨਾ ਪੁਰਾਣੀ, ਤੇ ਮੈਂ ਘਰਦਿਆਂ ਦੇ ਹੱਥ ਤਾਂ ਲੱਗੀ ਕਿਤੇ ਨਹੀਂ, ਉਹ 'ਚ ਇੱਦਾਂ ਹੀ ਆ ਬਲਬ ਲੈ ਜਾਈ ਆ, ਲੱਗ ਵੀ ਜਾਵੇ ਤਾਂ ਕੋਈ ਚੱਕਰ ਨਹੀਂ, ਪਰ ਇਹ ਮੈਂ ਪਾਗਲ ਪ੍ਰੇਮੀ ਕਲੇਰ ਥੱਲੇ ਲਿਖਣਾ ਸ਼ਾਇਰ, ਇਹ ਪਹਿਲਾਂ ਚੱਲਦਾ ਹੁੰਦਾ ਸੀ ਨਾ। ਹਾਂ ਮਤਲਬ ਉਹ ਬਲਬ ਲੈ ਆ ਤੁਹਾਡੇ ਮਨ ਦੇ, ਉਹ ਉਮਰ ਇੱਦਾਂ ਦੀ ਹੁੰਦੀ ਨਾ, ਉਮਰ ਇੱਦਾਂ ਦੀ ਹੁੰਦੀ ਜੋ ਤੁਹਾਡੇ ਮਨ 'ਚ ਫੁੱਟਦਾ ਤੁਸੀਂ ਲਿਖਣ ਦੀ ਕੋਸ਼ਿਸ਼ ਕਰਦੇ ਆ, ਪਰ ਜੋ ਫੁੱਟਦਾ ਨਾ ਉਹ ਲਿਖਣਾ ਚਾਹੀਦਾ। ਅੱਜ ਵੀ ਉਦਾਂ ਦੀ ਹੈ। ਬਹੁਤ ਧੰਨਵਾਦ ਜੀ, ਇਦਾਂ ਦੇ ਰਹਿਣਾ ਚਾਹੀਦਾ, ਬਸ ਪਿਆਰ ਸਤਿਕਾਰ ਮਿਲਣਾ ਚਾਹੀਦਾ। ਅੱਛਾ, ਪਹਿਲਾਂ ਡਿਜੀਟਲ ਪਲੇਟਫਾਰਮ ਨਹੀਂ ਸੀ ਹੁੰਦੇ, ਹੈ ਨਾ, ਗਾਣਾ ਆਉਂਦਾ ਸੀ, ਲੋਕਾਂ ਨੂੰ ਪਤਾ ਹੁੰਦਾ ਸੀ ਵੀ ਆਹ ਗਾਣਾ ਕਿਹਨੇ ਗਾਇਆ। ਅੱਜ ਕੱਲ੍ਹ ਗਾਣਾ ਆਉਂਦਾ ਵੀ ਹੈ, ਡਿਜੀਟਲ ਪਲੇਟਫਾਰਮ ਵੀ ਬਹੁਤ ਜ਼ਿਆਦਾ ਹੈ, ਸੋਸ਼ਲ ਮੀਡੀਆ ਵੀ ਇੰਨਾ ਸਟਰੋਂਗ ਹੈ, ਫਿਰ ਵੀ ਲੋਕਾਂ ਨੂੰ ਨਾ ਗਾਣਾ ਦੇ ਅੱਛਾ ਇਹਦਾ ਗਾਣਾ ਗਾਣਾ ਪਤਾ ਹੁੰਦਾ, ਕਲਾਕਾਰ ਦਾ ਨਾਮ ਪਹਿਚਾਣ ਨਹੀਂ ਬਣਦੇ, ਫਿਰ ਉਹਦਾ ਕੀ ਰੀਜ਼ਨ ਹੈ? ਦੇਖੋ ਜੀ, ਜਦੋਂ ਸਾਡੇ ਗਾਣੇ ਆਉਂਦੇ ਸੀ ਨਾ, ਅੱਜ ਵੀ ਚਲੋ ਕਰਦੇ ਨਹੀਂ, ਸਾਡੇ ਨਹੀਂ ਆਉਂਦੇ, ਉਦੋਂ ਖਲਾਰਾ ਬਹੁਤ ਘੱਟ ਸੀ, ਇੱਕੋ ਇੱਕ ਚੈਨਲ ਹੁੰਦਾ ਸੀ ਦੂਰਦਰਸ਼ਨ ਜਲੰਧਰ, ਅਤੇ ਜਾਂ ਦਿੱਲੀ ਦਾ ਜਿਹੜਾ ਇੱਕ ਚੈਨਲ ਚੱਲਦਾ ਹੁੰਦਾ ਸੀ, ਲਿਸ਼ਕਾਰੇ 'ਚ ਇੱਕ ਗਾਣਾ ਆਉਣਾ ਅਤੇ ਰਾਤੋਂ ਰਾਤ ਬੰਦਾ ਸਟਾਰ। ਹੁਣ ਖਲਾਰਾ ਹੀ ਇੰਨਾ ਪੈ ਗਿਆ, ਚੈਨਲਸ ਹੀ ਇੰਨੇ ਨੇ, ਬੰਦਾ ਕੀ ਦੇਖੇ ਅਤੇ ਕੀ ਛੱਡੇ, ਠੀਕ ਨਹੀਂ? ਇੱਕ ਜਿਹੜਾ ਹੁਣ ਟੀ ਵੀ ਤੁਹਾਡੇ ਹੱਥ 'ਚ ਹੀ ਆ,
ਫੋਨ ਜਿਹੜਾ ਉਹ ਤੁਹਾਡੇ ਹੱਥ 'ਚ ਹੈ ਟੀ ਵੀ, ਤੁਸੀਂ ਤੁਸੀਂ ਬੋਰ ਹੀ ਨਹੀਂ ਹੁੰਦੇ, ਭਾਵੇਂ ਬੰਦਾ ਇੱਕ ਵਾਰੀ ਫੋਨ ਖੋਲ੍ਹਦਾ ਕੋਈ ਰੀਲ ਦੇਖਦਾ ਉਹ ਐਂ ਕਰਦਾ ਕਰਦਾ ਉਹਦੇ ਪਤਾ ਲੱਗਦਾ ਫਿੱਟੇ ਮੂੰਹ, ਮੈਨੂੰ ਤਾਂ 2 ਘੰਟੇ ਹੋ ਗਏ, ਮਤਲਬ ਸਮਾਂ ਵਿਅਰਥ। ਸਹੀ ਗੱਲ ਹੈ, ਬੰਦੇ ਦਾ ਸਮਾਂ ਵਿਅਰਥ, ਸਮਾਂ ਵਿਅਰਥ। ਇਸ ਕਰਕੇ ਨਾ ਲੋਕਾਂ ਦਾ ਨਾ ਮਾਇੰਡ ਇੱਦਾਂ ਦਾ ਹੋ ਗਿਆ, ਉਹ ਕੋਈ ਸਕੂਨ ਜਿਹਾ ਨਹੀਂ ਕਿਸੇ ਕੰਮ 'ਚ, ਉਹਨੂੰ ਸਕੂਨ ਜਿਹਾ ਰਿਹਾ। ਅੱਛਾ ਚੰਗਾ, ਉਹ ਠੀਕ ਆ ਆ ਗਿਆ, ਅੱਛਾ 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 ਠੀਕ ਆ, ਦੇਖਣਾ ਨਹੀਂ ਕੌਣ ਹੈ। ਜਿਹੜੇ ਤੁਸੀਂ ਹੁਣ ਵੀ ਕਿਹਾ ਕਿ ਜਿਹੜੇ ਪੁਰਾਣੇ ਮੁੰਡੇ ਸੀ ਗਾਉਂਦੇ ਜਾਂ ਕਿੱਦਾਂ, ਉਹ ਅੱਜ ਵੀ ਤੁਹਾਨੂੰ ਨਾਂ ਪਤਾ ਹਰ ਇੱਕ ਸਿੰਗਰ ਦਾ, ਇਹ ਯਾਰ ਉਹਦਾ ਗਾਣਾ ਹੈ ਨਾ, ਇਹ ਆਹ ਉਹਦੀ ਆਵਾਜ਼ ਆ। ਅੱਜ ਵੀ ਮੈਂ ਗਾਵਾਂ ਨਾ, ਲੋਕਾਂ ਨੂੰ ਪਤਾ ਯਾਰ ਕਲੇਰ ਦਾ ਗਾਣਾ ਹੈ ਨਾ, ਕੁਝ ਹੋਰ ਵੀ ਜਿਹੜੇ ਵਧੀਆ ਸਿੰਗਰ ਗਾਉਂਦੇ ਉਹ ਗਾਣਗੇ, ਫਟਾਫਟ ਪਤਾ ਲੱਗ ਜਾਊ ਇਹ ਉਹਦਾ ਗਾਣਾ। ਅੱਜ ਉਹ ਆਟੋ ਟਿਊਨਰ ਦੀ ਗੱਲ ਫਿਰ ਆ ਗਈ, ਆਟੋ ਟਿਊਨਰ ਨੇ ਇੱਕੋ ਜਿਹਾ ਕਰਤਾ। ਉਹ ਉਦੋਂ ਕੀ ਸੀ, ਅਸੀਂ ਸਾਰਾ ਕੁਛ ਨਾ ਮਜੀਸ਼ੀਅਨ ਬੈਠਦੇ ਸੀ, ਮਜੀਸ਼ੀਅਨ ਬੈਠ ਕੇ ਸਾਰੀ ਲਾਈਵ ਰਿਕਾਰਡਿੰਗ ਹੁੰਦੀ, ਉਹਨਾਂ ਨੇ ਸਾਰਿਆਂ ਨੇ ਰਿਹਰਸਲ ਕਰਨੀ, ਇੱਕ ਬੰਦਾ ਆਪਣਾ ਪੀਸ ਵਰਕ ਵਜਾ ਰਿਹਾ ਹੈ ਨਾ, ਇੱਕ ਤਸੀਰ ਹੁੰਦੀ ਸੀ, ਇੱਕ ਗਾਣੇ ਦੀ ਇੱਕ ਤਸੀਰ ਹੁੰਦੀ ਸੀ, ਉਹ ਤਸੀਰ ਖਤਮ ਹੋ ਗਈ। ਹੁਣ ਦੇਖੋ ਗਾ ਬੰਦਾ ਕਿਤੇ ਰਿਹਾ, ਢੋਲਕ ਕਿਤੋਂ ਚੱਕ ਰਿਹਾ, ਬਾਜਾ ਕਿਤੋਂ ਚੱਕ ਰਿਹਾ, ਮੈਂਡੋਲੀਨ ਕਿਤੋਂ ਚੱਕ ਰਿਹਾ, ਫਿਰ ਉਹ ਸੁਰ 'ਚ ਨਹੀਂ। ਦੇਖੋ ਇੱਕ ਰਾਗ ਹੈ ਨਾ, ਹਰ ਗਾਣਾ ਇੱਕ ਰਾਗ 'ਚ ਆ, ਉਹ ਹੁਣ ਵੱਜਿਆ ਕਿਸੇ ਹੋਰ ਰਾਗ 'ਚ ਆ, ਲੇਕਿਨ ਕੰਪਿਊਟਰ ਨੂੰ ਉਸ ਰਾਗ 'ਚ ਲਿਆਉਂਦਾ ਜ਼ਬਰਦਸਤੀ, ਜ਼ਬਰਦਸਤੀ ਉਹ ਨਾ ਹੋ ਰਿਹਾ, ਉਹ ਜ਼ਬਰਦਸਤੀ ਫਿਰ ਕਿੰਨੀ ਕੁ ਤਸੀਰ ਆਏਗੀ। ਸਹੀ ਗੱਲ, ਠੀਕ ਹੈ ਨਾ, ਕੋਈ ਚੀਜ਼ ਆ ਉਸੇ ਰਾਗ 'ਚ ਉਸੇ ਬਹਾਅ 'ਚ ਵੱਜਣੀ, ਉਹ ਫਿਰ ਤੁਹਾਨੂੰ ਸਕੂਨ ਦਿੰਦੀ ਆ, ਅਤੇ ਉਹੀ ਗੱਲ ਜਿਹੜੀ ਸਕੂਨ ਦੇਵੇਗੀ ਉਹ ਯਾਦ ਰਹੇਗੀ, ਅਤੇ ਜਿਹੜੇ ਸਕੂਨ ਨਹੀਂ ਫਿਰ ਆਈ ਚਲਾਈ ਆ। ਸੋ ਇੱਦਾਂ ਦੀਆਂ ਅੱਜ ਕੱਲ੍ਹ ਆਵਾਜ਼ਾਂ ਹੋ ਗਈਆਂ, ਹੁਣ ਜਿਹੜਾ ਬੰਦਾ ਗਾਉਂਦਾ ਉਹਨੂੰ ਲੱਗਦਾ ਕੰਪਿਊਟਰ ਨੇ ਅੱਧਾ ਕੰਮ ਕਰ ਦੇਣਾ, ਉਹ ਗਾ ਕੇ ਚੱਲ ਜਾਂਦਾ, ਉਹ ਕਹਿੰਦਾ ਯਾਰ ਬਾਕੀ ਤੂੰ ਕਰ ਲਈ, ਬਾਕੀ ਕਰ ਲਈ, ਬਾਕੀ ਤੂੰ ਆਪੇ ਨਾ ਵਿੱਚੋਂ ਇਹਦਾ ਕਰ ਪੁਰ ਲਈ। ਇਸ ਕਰਕੇ ਮੈਨੂੰ ਲੱਗਦਾ ਕਿ ਲਫ਼ਜ਼ ਵੀ ਅੱਜ ਕੱਲ੍ਹ ਦਾ ਬਹੁਤ ਘੱਟ ਲੋਕ ਹੈ ਜਿਹਨਾਂ ਦਾ ਨਾਂ ਅਤੇ ਗੀਤ ਪਤਾ ਲੱਗਦਾ, ਬਿਲਕੁਲ, ਜਿਹਨਾਂ ਨੂੰ ਥੋੜ੍ਹਾ ਆਉਂਦਾ, ਜਿਹਨਾਂ ਨੂੰ ਨਹੀਂ ਆਉਂਦਾ ਉਹਨਾਂ ਦਾ ਫਿਰ ਨਾਂ ਨੂੰ ਲੋਕਾਂ ਨੂੰ ਘੱਟ ਹੀ ਪਤਾ ਹੁੰਦਾ, ਗਾਣੇ ਚੱਲ ਚੁੱਲ ਜਾਂਦੇ, ਮੈਨੂੰ ਲੱਗਦਾ ਇਹ ਕਾਰਨ। ਹਾਂਜੀ, ਅਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਬੜਾ ਭੂਤ ਸਵਾਰ ਹੈ ਲੋਕਾਂ ਨੂੰ, ਅੱਛਾ ਨਹੀਂ ਨਹੀਂ ਪੋਸਟਾਂ ਪਾਓ, ਯੇ ਕਰੋ, ਰੀਲਾਂ ਪਾਓ, ਤੁਹਾਨੂੰ ਇੱਦਾਂ ਲੱਗਦਾ ਤੁਸੀਂ ਇਸ ਰੇਸ 'ਚ ਦੌੜ ਰਹੇ ਹੋ ਨਾਲ ਨਾਲ? ਤੁਸੀਂ ਮੇਰਾ ਮੇਰੇ ਇੰਸਟਾਗ੍ਰਾਮ ਖੋਲ੍ਹ ਕੇ ਦੇਖ ਲਿਓ ਤਾਂ ਮੇਰਾ ਫੇਸਬੁੱਕ ਦੇਖ ਲਿਓ, ਸਭ ਤੋਂ ਘੱਟ ਮੇਰੇ ਫੋਲੋਅਰ ਹੋਣਗੇ, ਕਿਉਂਕਿ ਮੈਂ ਨਹੀਂ ਚਿੰਤਾ ਚਿੰਤਾ ਕਰਦਾ ਇਹਦੀ, ਮੈਂ ਸੋਚਦਾ ਯਾਰ ਮੈਨੂੰ ਇਹਨਾਂ ਨੇ ਬਣਾਇਆ, ਮੇਰੀ ਕੋਈ ਫੇਸਬੁੱਕ ਚਲਾਉਣ ਡਿਆ ਸੀ ਕੈਨੇਡਾ ਮੇਰੇ ਨਾਂ 'ਤੇ, ਤਾਂ ਮੈਨੂੰ ਉੱਥੇ ਅੱਜ ਤੋਂ ਇਹ 15 ਸਾਲ ਪਹਿਲਾਂ ਦੀ ਗੱਲ, ਕਹਿੰਦੇ ਤੁਸੀਂ ਫੇਸਬੁੱਕ 'ਤੇ ਆ, ਮੈਂ ਕਿਹਾ ਯਾਰ ਉਹ ਕੀ ਹੁੰਦਾ ਬਲਾ, ਮੈਨੂੰ ਪਤਾ ਹੀ ਨਹੀਂ ਸੀ, ਮੈਂ ਮਤਲਬ ਇੰਨਾ ਸਿੱਧਾ ਬੰਦਾ। ਉਹ ਕਹਿੰਦੇ ਅਸੀਂ ਤੁਹਾਡਾ ਫੇਸਬੁੱਕ ਬਣਾਇਆ ਅਤੇ ਅਸੀਂ ਕਰਿਆ ਕਰਾਂਗੇ ਇੱਦਾਂ ਤੱਕ ਹੁੰਦਾ, ਬਾਅਦ 'ਚ ਪਤਾ ਲੱਗਾ ਕਿ ਉਹ ਲੋਕਾਂ ਨਾਲ ਕੋਈ ਗਲਤ ਟੋਕ ਕਰਨ ਲੱਗ ਗਿਆ ਸੀ, ਵੀ ਅਸੀਂ ਉਹਦੇ ਕੋਲ ਆਪਣਾ ਪਾਸਵਰਡ ਲਿਆ। ਇੰਸਟਾਗ੍ਰਾਮ ਵੀ ਮੈਂ ਥੋੜ੍ਹੀ ਦੇਰ ਹੋਈ ਹੁਣ ਚਲਾਇਆ, ਕਿਉਂਕਿ ਮੈਨੂੰ ਲੱਗ ਮੈਂ ਸਿਰਫ ਪੋਸਟ ਪਾਉਣਾ, ਮੈਂ ਉੱਤੇ ਵਿਅਰਥ ਟਾਈਮ ਨਹੀਂ ਗਵਾਉਂਦਾ, ਮੈਨੂੰ ਲੱਗਦਾ ਜਿੰਨੀਆਂ ਇਹ 'ਚ ਰੀਲਾਂ ਬਣਾ ਜਾਂ ਦੇਖਣ 'ਚ ਟਾਈਮ, ਉਹ ਹਾਰਮੋਨੀਅਮ 'ਤੇ ਬੈਠੋ ਕੁਛ, ਯਾਰ ਕੁਛ ਕ੍ਰੀਏਟ ਕਰੋ, ਕੋਈ ਨਵੀਂ ਕੰਪੋਜੀਸ਼ਨ ਬਣਾਓ, ਇਹ 'ਤੇ ਤੁਸੀਂ ਕੀ ਕਰੀ ਜਾਓਗੇ? ਉਹ ਇੱਕ ਨਾ ਦੌੜ ਲੱਗੀ ਹੋਈ ਹੈ ਕਿ ਪਤਾ ਨਹੀਂ ਜ਼ਿਆਦਾ ਫੋਲੋਵਰ ਆ ਗਿਆ, ਇਹ ਆ ਗਿਆ, ਤੁਹਾਨੂੰ ਕਿੰਨਾ ਕੁ ਕੰਮ ਆਉਂਦਾ ਫੋਲੋਵਰ ਤੋਂ, ਕਿੰਨੇ ਕੁ ਫੋਲੋਵਰ ਆ, ਕਿੰਨਾ ਕੁ ਕੰਮ ਹੋ, ਕੰਮ ਤੁਹਾਡਾ ਉਹ ਨਾ ਜਿਹੜਾ ਤੁਸੀਂ ਕੀਤਾ ਹੋਇਆ। ਮੰਨ ਲਓ ਤੁਸੀਂ ਇੱਕ ਫਿਲਮ ਕੀਤੀ ਹੈ, ਤੁਹਾਡਾ ਕੰਮ ਉਹ ਫਿਲਮ ਦੇਖ ਕੇ, ਤੁਹਾਡੀ ਐਕਟਿੰਗ ਦੇਖ ਕੇ ਆਉਣਾ, ਮੈਨੂੰ ਕੰਮ ਮੇਰਾ ਗਾਣਾ ਦੇਖ ਕੇ ਆਉਣਾ ਕਿ ਯਾਰ ਕੈਸਾ ਬੰਦੇ ਨੇ ਗਾਣਾ ਗਾਇਆ। ਪਰ ਨਹੀਂ ਸਰ, ਅੱਜ ਕੱਲ੍ਹ ਉਲਟਾ ਹੈ, ਕੰਮ ਵੀ ਅੱਜ ਕੱਲ੍ਹ ਇਹ ਵਹਿਮ ਹੀ ਹੈ। ਮੈਂ ਇੱਦਾਂ ਗੱਲ ਕਰਨ ਲੱਗੀ ਸੀ ਵੀ ਆਪਾਂ ਨੂੰ ਨਾ ਪਿੱਛੇ ਇੱਕ ਕਾਲ ਆਈ, ਮੈਂ ਗੱਲ ਵੈਸੇ ਸ਼ੇਅਰ ਕਰਨ ਲੱਗੀ ਹਾਂ, ਮੈਂ ਆਰਟਿਸਟ ਦਾ ਨਾਂ ਨਹੀਂ ਲੈਣਾ। ਮੇਰੇ ਮੈਨੇਜਰ ਨੇ ਗੱਲ ਕੀਤੀ ਅਤੇ ਕਹਿੰਦੇ ਵੀ ਕਿੰਨੀ ਮਤਲਬ ਤੁਹਾਡੀ ਅਮਾਊਂਟ ਆ, ਸੀ ਆਪਣੀ ਅਮਾਊਂਟ ਦੱਸਤੀ ਵੀ ਕੀ ਹੈ, ਅਤੇ ਕਹਿੰਦੇ ਤੁਸੀਂ ਕਿੰਨੀਆਂ ਰੀਲਾਂ ਪਾਓਗੇ? ਸਵਾਲ ਦੇਖੋ, ਇਹ ਨਹੀਂ ਗੱਲ ਕੀਤੀ ਵੀ ਕਦੋਂ ਵਿਹਲੇ ਹੋ ਜਾਂ ਕਦੋਂ ਕੀ ਕਰੋਗੇ, ਕਿੱਦਾਂ ਕਰੋਗੇ, ਹੈ ਨਾ, ਕਿੰਨੀਆਂ ਰੀਲਾਂ ਪਾਓਗੇ।
ਜਿੰਨੀਆਂ ਅਸੀਂ ਪਾਉਂਦੇ ਹਾਂ ਅਸੀਂ ਉਨੀਆਂ ਦੱਸਦੇ ਹਾਂ ਵੀ ਅਸੀਂ ਦੋ ਰੀਲਾਂ ਜਾਂ ਤਿੰਨ ਰੀਲਾਂ ਜਾਂ ਚਾਰ ਰੀਲਾਂ ਪਾਵਾਂਗੇ, ਗਾਣਾ ਚੱਲ ਗਿਆ ਫਿਰ ਅਸੀਂ ਜ਼ੋਰ ਲਾਵਾਂਗੇ। ਪਰ ਇੱਦਾਂ ਨਹੀਂ, ਜੇ ਤੁਸੀਂ ਕਹੋਗੇ ਵੀ ਵਾਰੀ ਵਾਰੀ ਸਿਰ ਰੀਲਾਂ ਪਾਈ ਜਾਓ ਪਾਈ ਜਾਓ, ਅਸੀਂ ਉੱਦਾਂ ਨਹੀਂ ਪਾਉਣੀਆਂ। ਅਸੀਂ ਟਾਈਮ ਦੇਣਾ, ਅਸੀਂ ਦੋ ਤਿੰਨ ਦਿਨ ਬਾਅਦ ਇੱਕ ਰੀਲ ਪਾਵਾਂਗੇ, ਟਾਈਮ ਦਿੱਤਾ। ਜਿੰਨੇ ਤੁਸੀਂ ਕਹਿੰਦੇ ਪੈਸੇ ਕਹਿੰਦੇ ਹੋ ਇਸ ਹਿਸਾਬ ਨਾਲ ਤਾਂ ਕਹਿੰਦੇ ਚਾਰ ਰੀਲਾਂ ਬਹੁਤ ਘੱਟ ਹੈ, ਤੁਹਾਡੇ ਪੈਸਿਆਂ ਦੇ ਹਿਸਾਬ ਨਾਲ 15 ਰੀਲਾਂ ਬਣਦੀਆਂ। ਮੈਨੂੰ ਬੜੀ ਹੈਰਾਨਗੀ ਹੋਈ, ਮੈਨੂੰ ਇਸ ਟਾਈਮ ਇੰਨਾ ਗੁੱਸਾ ਆ ਰਿਹਾ ਮੇਰਾ, ਮੈਂ ਆਪਣੇ ਆਪ ਨੂੰ ਕੰਟਰੋਲ ਕਰ ਰਹੀ ਕਿ ਉਹਦਾ ਨਾਮ ਨਾ ਲਿੱਤਾ ਜਾਵੇ। ਮੈਂ ਇੰਨੀ ਹੈਰਾਨ ਹੋਈ ਵੀ ਮੈਂ ਇੰਨੇ ਸਾਲਾਂ ਦੀ ਮਿਹਨਤ ਕੀਤੀ ਹੈ, ਮੇਰੀ ਰੀਲਾਂ ਦੇ ਨਾਲ ਗੱਲਬਾਤ ਹੈ, ਜਦੋਂ ਮੇਰਾ ਗਾਣਾ ਪਹਿਲਾਂ ਹਿੱਟ ਹੋਇਆ ਨਾ, ਮੈਨੂੰ ਦਿਖਾਇਆ ਵੀ ਨੀ ਸੀ ਵੀਡੀਓ ਚ, ਕਹਿੰਦੇ ਸੀ ਇਹਨੂੰ ਕੀ ਦਿਖਾਉਣਾ ਯਾਰ, ਛੱਡੋ ਪਰੇ ਇਹਨੂੰ, ਉਹਨਾਂ ਨੇ ਹੋਰ ਹੀ ਕੋਈ ਕੁੜੀ ਮੁੰਡਾ ਲੈ ਕੇ ਗਾਣਾ ਸ਼ੂਟ ਕਰਤਾ। ਮੇਰਾ ਗਾਣਾ ਕਿਤੇ ਸ਼ੂਟ ਹੋਣ ਡਿਆ, ਮੈਂ ਘਰ ਮੂੰਗਫਲੀ ਖਾਣ ਡਿਆ, ਉਹ ਮੈਨੂੰ ਕਹਿੰਦੇ ਤੇਰਾ ਮੇਰਾ ਕਹਿੰਦੇ ਤੇਰਾ ਯਾਰ ਗਾਣਾ ਸ਼ੂਟ ਹੁੰਦਾ ਉੱਧਰ ਪਤਾ ਨਹੀਂ ਕਿੱਥੇ। ਮੈਂ ਕਿਹਾ ਅੱਛਾ ਯਾਰ ਮੇਰਾ ਗਾਣਾ ਸ਼ੂਟ ਹੋ ਰਿਹਾ, ਅਤੇ ਕਹਿੰਦੇ ਤੇਰਾ ਗਾਣਾ ਸ਼ੂਟ ਹੋ ਰਿਹਾ, ਤੂੰ ਉਹ ਮੁੰਡਾ ਕੁੜੀ ਲੈ ਕੇ ਗਾਣਾ ਕੰਪਨੀ ਵਾਲੇ ਕਰਨ ਡਿਆ, ਤਾਂ ਮੈਨੂੰ ਦੱਸਿਆ ਹੀ ਨਹੀਂ। ਮੈਨੂੰ ਕਿਹਾ ਤੈਨੂੰ ਕੀ ਦਿਖਾਉਣਾ, ਤੂੰ ਯਾਰ ਕਿਹੜਾ ਦੇਖਣ ਵਾਲਾ ਬੰਦਾ, ਮੈਂ ਪਤਲਾ ਜਿਹਾ, ਤੁਸੀਂ ਮੇਰਾ ਕਿਤੇ ਦੇਖੋ ਪਹਿਲਾਂ, ਮੈਂ ਸਾਰੇ ਦੇਖੇ ਸਰ, ਮੈਂ ਸੁੱਕਾ ਸੜਿਆ ਜਿਹਾ ਪਤਲਾ ਜਿਹਾ ਸੀਗਾ, ਸੋਚੀਦਾ ਕਿ ਕੰਮ ਚੰਗਾ ਕਰੋ ਯਾਰ, ਜੇ ਚੱਲਣਾ ਚੱਲ ਹੀ ਜਾਣਾ, ਉਹਦੇ ਤੇ ਭਰੋਸਾ ਰੱਖੋ ਬਸ। ਇਹ ਰੀਲਾਂ ਰੂਲਾਂ ਨਾ ਕਿ ਉਹ ਆਪਣੇ ਆਪ ਨੂੰ ਇੱਕ ਤਸੱਲੀ ਦੇਣਾ, ਜੇ ਨਹੀਂ ਚੱਲਣਾ ਤਾਂ ਭਾਵੇਂ ਮਾਹੀ ਤੂੰ 20 ਰੀਲਾਂ ਪਾ ਦੇ, ਨਹੀਂ ਚੱਲਣਾ, ਤੇ ਜੇ ਗਾਣਾ ਚੰਗਾ ਨਾ ਮਾਹੀ ਇੱਕ ਰੀਲ ਵੀ ਪਾ ਦੇਵੇ ਨਾ, ਚੱਲ ਜਾਣਾ, ਸਹੀ ਗੱਲ ਹੈ, ਚੱਲ ਜਾਣਾ। ਸੋ ਇਹਨਾਂ ਕਿ ਸਰ ਫਿਰ ਇੱਕ ਗਾਣਾ ਤੁਸੀਂ ਆਉਣ ਦਿਓ, ਆਉਣ ਦਿਓ, ਅਸੀਂ ਕਿਹੜਾ ਤੇਰੇ ਬਿਨਾ ਮਾਰ ਚੱਲੇ, ਇੱਕ ਫਿਰ ਰੀਲ ਫੇਰ ਬਣਾਉਣੀ ਹੈ, ਮੈਂ ਬਣਾ ਲੂੰਗੀ। ਠੀਕ ਹੈ, ਚਲੋ। ਇਹ ਗਾਣਾ ਵੈਸੇ ਮੇਰੇ ਵੀ ਦਿਲ ਦੇ ਬੜਾ ਕਰੀਬ ਹੈ, ਹੈਨਾ। ਆਏ ਤੇਰੇ ਸੱਜਰੇ ਸਹੇੜਿਆਂ ਦੀ ਹੋਵੇ ਸਦਾ ਖੈਰ, ਤੇਰੇ ਸ਼ਹਿਰ ਨੂੰ ਸਲਾਮ ਅਸੀਂ ਕਰ ਚੱਲੇ ਆਂ, ਜੇ ਤੂੰ ਜ਼ਿੰਦਗੀ ਗੁਜ਼ਾਰ ਲਏਂਗੀ ਸਾਡੇ ਤੂੰ ਬਗੈਰ, ਨੀ ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮਰ ਚੱਲੇ ਆਂ, ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮਰ ਚੱਲੇ ਆਂ, ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮਰ ਚੱਲਿਆ। ਕੀ ਬਾਤ ਹੈ, ਏਦਾਂ ਲੱਗ ਰਿਹਾ ਵੀ ਮੈਂ ਗੱਡੀ 'ਚ ਹੀ ਸੁਣ ਰਹੀ ਹਾਂ। ਥੈਂਕ ਯੂ, ਹੈ ਨਾ। ਹੁਣ ਅਸੀਂ ਫਿਰ ਸਵਾਲ ਜਵਾਬ ਕਰ ਲਏ, ਹੁਣ ਸਾਡੀ ਇੱਕ ਹੋਰ ਛੋਟੀ ਜਿਹੀ ਗੇਮ, ਠੀਕ ਹੈ, ਗੇਮਾਂ ਖੇਡਦੇ ਹਾਂ ਆਪਾਂ, ਹੈ ਨਾ, ਗੇਮ ਜ਼ਰੂਰੀ ਹੈ, ਬੰਦਾ ਬੋਰ ਹੋ ਜਾਂਦਾ ਨਹੀਂ ਤਾਂ। ਹੁਣ ਸਾਡੀ ਵਾਰੀ ਹੈ ਫਟਾਫਟ ਰਾਉਂਡ ਦੀ, ਜਿਸ ਵਿੱਚ ਤੁਸੀਂ ਬਿਨਾਂ ਸੋਚੇ ਸਮਝੇ ਜਵਾਬ ਦੇਣੇ ਆ, ਠੀਕ ਹੈ ਜੀ। ਟਾਈਮ ਨਹੀਂ ਲੈਣਾ, ਮਤਲਬ ਕਿ ਥੋੜਾ ਜਿਹਾ ਟਾਈਮ ਤਾਂ ਚਾਹੀਦਾ ਨਾ, ਪਤਾ ਇਦਾਂ ਥੋੜਾ ਜਿਹਾ ਤਾਂ ਸੋਚਣਾ ਪਏਗਾ, ਨਹੀਂ ਇਹੀ ਸੋਚਣਾ ਹੀ ਨਹੀਂ, ਇਹੀ ਤਾਂ ਫਿਰ ਗੇਮ ਹੈ, ਜੋ ਜ਼ੁਬਾਨ ਤੇ ਆ ਗਿਆ। ਚਲੋ ਫਿਰ ਦੇਖਦੇ ਆ, ਹੈ ਨਾ, ਸਵਾਲ ਬੜੇ ਨਾਰਮਲ ਹੈ, ਤੁਹਾਨੂੰ ਫਸਾਉਣ ਵਾਲੇ ਨਹੀਂ ਹੈਗੇ। ਠੀਕ ਹੈ, ਫਿਰ ਬਹੁਤ ਧੰਨਵਾਦ ਇੱਕ ਵਾਰੀ ਫਿਰ ਤੋਂ। ਹਾਂ, ਯੋਗਾ ਜਾਂ ਜਿਮ? ਦੋਨੋਂ। ਜਿਮ। ਓਕੇ। ਸਟੂਡੀਓ ਰਿਕਾਰਡਿੰਗ ਜਾਂ ਲਾਈਵ ਸ਼ੋ? ਲਾਈਵ ਸ਼ੋ। ਓਕੇ। ਜੀਨਸ ਸ਼ਰਟ ਜਾਂ ਕੁਰਤਾ ਪਜਾਮਾ?
ਜੀਨ ਸ਼ਰਟ ਕੁਰਤਾ ਪਜਾਮਾ ਕਦੇ ਨਹੀਂ ਪਾਇਆ ਕਦੇ ਬਸ ਜ਼ਿਆਦਾ ਜੀਨ ਮੈਨੂੰ ਕੰਫਰਟ ਲੱਗਦਾ ਕੰਫਰਟ ਨਹੀਂ ਤੁਸੀਂ ਸੋਚਦੇ ਵੀ ਮੈਂ ਮੁੰਡਾ ਖੁੰਡਾ ਲੈ ਮੈਂ ਜੀਨਾਂ ਵਾਲੀ ਸ਼ਰਟਾਂ ਹੀ ਪਾਵਾਂ ਚਲੋ ਇੱਦਾਂ ਹੀ ਲਾ ਲਓ ਇਹ ਵੀ ਠੀਕ ਹੈ ਪੀਜ਼ਾ ਬਰਗਰ ਜਾਂ ਘਰ ਦੀ ਰੋਟੀ ਘਰ ਦੀ ਰੋਟੀ ਤੁਸੀਂ ਪੀਜ਼ਾ ਬਰਗਰ ਕਦੇ ਨਹੀਂ ਖਾਂਦੇ ਆਵੇ ਵੀ ਤਾਂ ਬਸ ਜੇ ਚੱਕਣਾ ਤਾਂ ਥੋੜ੍ਹਾ ਜਿਹਾ ਦਿਲ ਰੱਖਣ ਲਈ ਕਿਸੇ ਦਾ ਇਹੀ ਤਰੀਕਾ ਹਾਂ ਨੋਟ ਕਰ ਲਿਆ ਚਲੋ ਇੰਡਸਟਰੀ 'ਚ ਕੋਈ ਐਸੇ ਤਿੰਨ ਫਰੈਂਡ ਜਿਹਦੇ ਨਾਲ ਤੁਸੀਂ ਸਾਰੀ ਗੱਲ ਕਰ ਸਕਦੇ ਹੋ ਹਾਂ ਮਦਰ ਜਾਂਦੀ ਸਾਹਿਬ ਮੇਰਾ ਬ੍ਰਦਰ ਮਿਊਜ਼ਿਕ ਡਾਇਰੈਕਟਰ ਇੱਕ ਮੇਰਾ ਦੋਸਤ ਆ ਸਮਰਾ ਉਹਦੇ ਨਾਲ ਸਮਰਾ ਹਾਂ ਓਕੇ ਰਾਈਟਰ ਨੇ ਉਹ ਬਸ ਮੇਰੇ ਸਕੂਲ ਫਰੈਂਡ ਦਾ ਫਰੈਂਡ ਹੈ ਪਰ ਇੰਡਸਟਰੀ 'ਚ ਚਾਹੀਦੇ ਇੰਡਸਟਰੀ 'ਚ ਵੀ ਆ ਉਹ ਗਾਉਂਦਾ ਵੀ ਰਿਹਾ ਪਰ ਹੁਣ ਚਲੋ ਛੱਡ ਗਿਆ ਹੋਰ ਕੋਈ ਨਹੀਂ ਹਾਂ ਕਲਾਕਾਰਾਂ 'ਚੋਂ ਕਲਾਕਾਰਾਂ 'ਚੋਂ ਉਦੋਂ ਤਾਂ ਸਾਰੇ ਚਲੋ ਫਰੈਂਡਲੀ ਆ ਪਰ ਉਹ ਉਦਾਂ ਦੀ ਗੱਲਬਾਤ ਨਹੀਂ ਗੱਲਾਂ ਬਾਤਾਂ ਵਾਲੀ ਬਸ ਉਹ ਬਹੁਤੀ ਨਹੀਂ ਕਰੀਦੀ ਪਰ ਠੀਕ ਆ ਖਾਈ ਪੀ ਦਾ ਇਕੱਠੇ ਸ਼ੁਗਲ ਕਰ ਲਈਦਾ ਪਰ ਦਿਲ ਦੀ ਗੱਲ ਤਾਂ ਉਹਨਾਂ ਨਾਲ ਆਉਂਦੀ ਨਾ ਜਿਹੜਾ ਤੁਹਾਡੇ ਨਾਲ ਪੜਿਆ ਹੋਵੇ ਬਿਲਕੁਲ ਤੇ ਜਾਂ ਤੁਹਾਡੇ ਬਿਲਕੁਲ ਬਹੁਤ ਕਰੀਬ ਹੋਵੇ ਹੁਣ ਜਿੱਦਾਂ ਮੇਰਾ ਕੁਛ ਲੁਕਿਆ ਨਹੀਂ ਆਪਣੇ ਛੋਟੇ ਭਰਾ ਤੋਂ ਅਤੇ ਮਦਨ ਜਲੰਦੀ ਸਾਹਿਬ ਤੋਂ ਜਿਹਨਾਂ ਨੇ ਮੈਨੂੰ ਪੇਸ਼ ਕੀਤਾ ਤਾਂ ਦੋਸਤ ਜਿਹੜਾ ਸਕੂਲ ਟਾਈਮ ਦਾ ਦੋਸਤ ਹੋਵੇ ਨਾ ਉਹ ਤਾਂ ਮੈਂ ਕੈਨੇਡਾ ਇੱਕ ਵਾਰੀ ਉਦਾਸ ਹੋਇਆ ਹਾਂ ਨਾ ਫਿਰ ਉਹਨੂੰ ਫੋਨ ਕਿੱਦਾਂ ਬਈ ਕਿਹੜਾ ਕਲੇਰਾ ਉਹ ਮੈਨੂੰ ਹੋਰ ਨਹੀਂ ਕੋਈ ਕਹਿ ਸਕਦਾ ਹੈਨਾ ਮਤਲਬ ਕੰਠ ਕਲੇਰ ਸਾਰ ਕਹਿਣਗੇ ਇੱਜ਼ਤ ਕਰਨਗੇ ਉਹਦਾ ਸਟਾਈਲ ਆ ਹੁੰਦਾ ਉਹ ਬੜਾ ਮਜ਼ਾ ਆਉਂਦਾ ਉਹਦੀ ਟੋਨ ਜੀ ਸੁਣ ਕੇ ਜਿੰਨਾ ਮਰਜ਼ੀ ਮੈਂ ਉਦਾਸ ਹੋਵਾਂ ਤਾਂ ਜਦੋਂ ਹੱਸਦਾ ਨਾ ਮੇਰੇ ਦੁੱਖ ਟੁੱਟ ਜਾਂਦੇ ਕੀ ਬਾਤ ਹੈ ਅਗਲਾ ਤਿੰਨ ਸੁਪਰ ਪਾਵਰਸ ਤੁਹਾਨੂੰ ਅਗਰ ਮਿਲਣ ਤਾਂ ਉਹ ਕਿਹੜੀਆਂ ਪਾਵਰਸ ਹੋਣਗੀਆਂ ਸੁਪਰ ਪਾਵਰ ਮਿਲ ਜਾਣ ਮੈਨੂੰ ਤੇ ਸਾਰੀ ਗਰੀਬੀ ਦੂਰ ਕਰ ਦਿਆਂ ਆਏ ਕੋਈ ਗਰੀਬ ਨਾ ਰਹੇ ਹੈ ਨਾ ਹਾਂ ਤੇ ਹੋਰ ਕੀ ਹੈ ਟਿਕ ਟਿਕ ਵਾਨ ਆਪਣੇ ਆਪ ਨੂੰ ਫਿਰ ਉੱਥੇ ਲੈ ਆਵਾਂ ਜਿੱਦਾਂ ਮਤਲਬ 20 ਸਾਲ ਦਾ ਬਣ ਜਾਵਾਂ ਨਾ ਫਿਰ ਪਿੱਛੇ ਚੱਲ ਜਾਈਏ ਹੋਰ ਕਿੰਨੇ ਕੁ ਪਿੱਛੇ ਜਾਣਾ ਤੁਸੀਂ ਨਹੀਂ ਇੰਨਾ ਕੁ ਪਿੱਛੇ ਜਾਣਾ ਬਣਦਾ ਪਤਾ ਕਿਉਂ ਮੈਂ ਨਾ ਜਦੋਂ 20 ਤੋਂ 30 ਸਾਲ ਦਾ ਸੀ ਇਹ ਜਿਹੜਾ ਦਰਮਿਆਨ ਹੁਣ ਮੈਂ ਚੁੱਪ ਕੀਤਾ ਫਿਰ ਤਾਂ ਮੈਂ ਗਲਤ ਗੱਲ ਕਰ ਦਿੱਤੀ ਤੁਹਾਨੂੰ ਪਤਾ ਲੱਗ ਜਾਣੀ ਹੁਣ ਮੇਰਾ ਸਵਾਲ ਤਿੰਨ ਪਾਵਰ ਮੈਂ ਦੱਸਦਾ ਕਿਉਂ ਕਿਉਂਕਿ ਮੈਂ ਉਹ 10 ਸਾਲ ਜਿਹੜਾ ਨਾ ਉਹ ਬੜਾ ਔਖੇ ਗੁਜ਼ਾਰਿਆ ਮੈਨੂੰ ਪਤਾ ਲੱਗਾ ਕਦੋਂ ਲੰਘ ਗਿਆ ਮੈਂ ਦੌੜ ਹੀ ਨਹੀਂ ਲਾਈ ਉਦੋਂ ਹੀ ਪਤਾ ਲੱਗਾ ਮੈਂ 30 ਸਾਲ ਦਾ ਹੋ ਗਿਆ ਅਤੇ ਮੈਂ ਲਾਦਾ ਮੇਰੇ ਯਾਰ ਉਹ ਜਿਹੜੇ ਕਹਿੰਦੇ ਨਾ ਲੋਕ ਯਾਰ ਜਵਾਨੀ ਮੈਂ ਕਿਹਾ ਯਾਰ ਅੱਛਾ ਮੈਂ ਤਾਂ ਦੌੜ ਭੱਜ ਜੀ ਨਿਕਾਲੀ ਅਤੇ ਮੈਂ ਕਹਿੰਦਾ 10 ਸਾਲ ਲੱਭ ਪਿੱਛੇ ਕਰ ਦੇ ਮੈਨੂੰ ਥੋੜ੍ਹਾ ਜਿਹਾ ਅੱਛਾ ਫਿਰ ਤੁਸੀਂ ਦੋ ਹੋ ਗਏ ਹਾਂ ਤੀਸਰੀ ਪਾਵਰ ਤੁਸੀਂ ਵੈਸੇ ਇੰਨਾ ਟਾਈਮ ਲੈ ਰਹੇ ਹੋ ਅਸੀਂ ਇੰਨਾ ਟਾਈਮ ਦਿੰਦੇ ਨਹੀਂ ਪਰ ਹੁਣ ਮੈਂ ਸੋਚ ਕੇ ਤਾਂ ਬੋਲਣਾ ਕੁਛ ਨਹੀਂ 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 ਇਹ ਗੇਮ ਹੀ ਇੱਦਾਂ ਦੀ ਹੈ ਅੱਛਾ ਗੇਮ ਫਿਰ ਮੈਂ ਲਤਾ ਜੀ ਕਿਤੇ ਵਾਪਸ ਆ ਜਾਣਾ ਨਾ ਉਹਨਾਂ ਦੇ ਦਰਸ਼ਨ ਮਿਲੇ ਹੋ ਜਾਣ ਉਹ ਮੇਰੀ ਜ਼ਿੰਦਗੀ ਦੀ ਖੁਆਇਸ਼ ਰਹਿ ਗਈ ਉਦਾਂ ਠੀਕ ਹੈ ਸੌਂਗ ਪਸੰਦ ਕਰਨ ਲਈ ਤੁਸੀਂ ਕਿਸ ਦੇ ਸੁਣਦੇ ਹੋ ਦਿਲ ਜਾਂ ਦਿਮਾਗ ਹਮੇਸ਼ਾ ਤਾਂ ਦਿਲ ਦੀ ਕਦੇ ਕਦੇ ਦਿਮਾਗ ਦੀ ਕੋਈ ਇੱਕ ਚੀਜ਼ ਫਿਰ ਦਿਲ ਦੀ ਨਾ ਠੀਕ ਹੈ ਪਹਿਲਾਂ ਦੇ ਗੀਤਾਂ 'ਚ ਅਤੇ ਅੱਜ ਕੱਲ੍ਹ ਦੇ ਗੀਤਾਂ 'ਚ ਕੀ ਫਰਕ ਮਹਿਸੂਸ ਕਰਦੇ ਹੋ ਉਹੀ ਸਕੂਨ ਆਰਾਮ ਜਿਹੜਾ ਉਹ ਘੱਟ ਗਿਆ ਥੋੜ੍ਹਾ ਜਿਹਾ ਹੈ ਨਾ ਸਕੂਨ ਬਹੁਤ ਘੱਟ ਗਿਆ ਠੀਕ ਹੈ ਸਿੰਗਰ ਦੇ ਨਾਲ ਨਾਲ ਤੁਸੀਂ ਆਰਟਿਸਟ ਵੀ ਬਹੁਤ ਵਧੀਆ ਹੋ ਕਦੇ ਫਿਲਮਾਂ ਬਾਰੇ ਨਹੀਂ ਸੋਚਿਆ ਫਿਲਮਾਂ ਬਾਰੇ ਵੀ ਇੱਦਾਂ ਹੈ ਕਿ ਤੁਹਾਨੂੰ ਪਤਾ ਗਰੁੱਪਿਜ਼ਮ ਆ ਸਾਰਾ ਕੁਛ ਹੈ ਨਾ ਅਤੇ ਜੇ ਤੁਹਾਡੇ ਕੋਈ ਤੁਹਾਨੂੰ ਕੋਈ ਚੰਗਾ ਕੁਛ ਔਫਰ ਹੁੰਦਾ ਤਾਂ ਬੰਦਾ ਕਰਦਾ ਵੀ ਹੈ ਅਤੇ ਕਈ ਵਾਰੀ ਇਹ ਹੁੰਦਾ ਕਿ ਕਰਦਾ ਹੈ ਅਤੇ ਕੁਛ ਹੋਰ ਪੰਗੇ ਹੁੰਦੇ ਆ ਉਹ ਕਈ ਵਾਰ ਤੁਹਾਨੂੰ ਨਹੀਂ ਜੱਚਦੇ ਜਿੱਦਣ ਕੋਈ ਜੱਚ ਗਿਆ ਕਰ ਵੀ ਲਵਾਂਗੇ ਪਹਿਲਾਂ ਸ਼ੋਅ ਬੁੱਕ ਕਰਨ 'ਚ ਨਾ ਇੱਦਾਂ ਦੇਖਦੇ ਸੀ ਵੀ ਯਾਰ ਸਿੰਗਰ ਗਾਉਂਦਾ ਬਹੁਤ ਸੋਹਣਾ
ਇਹਨੂੰ ਕਰ ਲਈਏ, ਅੱਜ ਕੱਲ ਇਦਾਂ ਫਾਲੋਅਰਸ ਵੀ ਦੇਖਦੇ ਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਤਾਂ ਬਿਲਕੁਲ ਸੱਚੀ ਗੱਲ ਹੈ ਕਿ ਅੱਜ ਕੱਲ ਲੋਕ ਖਾਸ ਕਰਕੇ ਜਿਹੜੇ ਅੱਜ ਕੱਲ, ਤੁਹਾਨੂੰ ਇਦਾਂ ਹੁੰਦਾ ਵੀ ਯਾਰ ਮੈਂ ਅੱਜ ਸ਼ੋਅ ਲਾਇਆ, ਮੈਂ ਵੀਡੀਓ ਪਾ ਦਾਂ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ ਮੈਂ ਸ਼ੋਅ ਕਰ ਰਿਹਾ, ਜਾਂ ਮੈਂ ਇੰਡੀਆ 'ਚ ਆਈ ਹਾਂ, ਲੋਕਾਂ ਨੂੰ ਪਤਾ ਲੱਗ ਜਾਏ? ਨਹੀਂ, ਹੁਣ ਤਾਂ ਦੇਖੋ ਇਹ ਕਰਨਾ ਹੀ ਪੈਂਦਾ, ਕਰਨਾ ਪੈਂਦਾ, ਹੁਣ ਕਰਨਾ ਪੈਂਦਾ। ਹੁਣ ਅਸੀਂ ਵੀ ਕਰਦੇ ਹਾਂ ਕਿ ਚਲੋ ਜੇ ਸ਼ੋਅ ਲਾਇਆ ਉਹਦੀ ਪੋਸਟ ਪਾ ਦਿਓ, ਹੈ ਨਾ, ਉਹੀ ਵੀ ਕਰਨਾ ਹੀ ਪੈਂਦਾ। ਇੱਕ ਗੱਲ ਹੋਰ ਹੈ, ਜਦੋਂ ਤੁਸੀਂ ਕਿਹਾ ਵੀ ਸੋਸ਼ਲ ਮੀਡੀਆ ਦਾ ਯੁੱਗ ਆ, ਜਾਂ ਪਰ ਮੈਂ ਇੱਕ ਗੱਲ ਦੇਖੀ ਹੈ, ਜੋ ਮਰਜ਼ੀ ਸੋਸ਼ਲ ਮੀਡੀਆ ਦਾ ਯੁੱਗ ਹੈ ਜਾਂ ਨਹੀਂ ਹੈ ਜਾਂ ਚੱਲਦਾ ਬਹੁਤ, ਜਿਹੜਾ ਬੰਦਾ ਸਟੇਜ 'ਤੇ ਪਰਫੋਰਮ ਕਰਦਾ ਨਾ, ਜਦੋਂ 2.5-3 ਘੰਟੇ ਗਾਉਣਾ ਪੈਂਦਾ ਨਾ, ਉਹ ਦੇਖ ਕੇ ਲੋਕ ਕੰਮ ਦਿੰਦੇ ਨੇ। ਹੁਣ ਅਸੀਂ ਬਹੁਤ ਘੱਟ ਹਾਂ ਸੋਸ਼ਲ ਮੀਡੀਆ 'ਤੇ, ਲੇਕਿਨ ਕੰਮ ਸਾਡੇ ਕੋਲ ਜੇ ਅੱਜ ਵੀ ਮਾਲਕ ਦੀ ਕਿਰਪਾ ਨਾਲ ਹੈਗਾ, ਤਾਂ ਉਹ ਕਾਰਨ ਇਹ ਕਿ 2.5-3 ਘੰਟੇ ਜਦੋਂ ਅਸੀਂ ਗਾਉਂਦੇ ਹਾਂ ਨਾ, ਤਾਂ ਲੋਕਾਂ ਨੂੰ ਪਤਾ ਆ, ਕਈ ਵਾਰੀ 2-2 ਸ਼ੋਅ ਹੁੰਦੇ ਆ, ਕਈ ਵਾਰੀ ਇੱਕ ਦਿਨ ਦੇ 3 ਸ਼ੋਅ ਵੀ ਲਾਏ ਆ, 3 ਸ਼ੋਅ ਵੀ ਲਾਏ, ਤੇ 9 ਘੰਟੇ ਤੁਸੀਂ ਗਾਉਣਾ ਨਾਲੇ ਸਫ਼ਰ ਕਰਨਾ, ਉਹੀ ਗਾ ਸਕਦਾ ਜਿਹੜਾ ਰਿਆਜ਼ੀ ਸਿੰਗਰ ਹੈ। ਰਿਆਜ਼ੀ ਸਿੰਗਰ ਸਮਝਦੇ ਹੋ ਨਾ, ਇੱਕ ਤਾਂ ਚਲੋ ਆ ਗਿਆ ਕੋਈ ਬੰਦੇ ਨੇ ਕਦੇ ਵਾਜਿਆ ਨਹੀਂ ਫੜਿਆ, ਬਿਲਕੁਲ, ਉਹ 2 ਗਾਣੇ ਗਾਊਗਾ ਨਾ, ਉਹਦੀ ਆਵਾਜ਼ ਬਹਿਣੀ ਸ਼ੁਰੂ ਹੋ ਜਾਊਗੀ। ਸਾਡਾ ਕੁਦਰਤੀ ਮਾਲਕ ਨੇ ਐਸਾ ਬਣਾਇਆ, 2 ਗਾਣਿਆਂ ਤੋਂ ਬਾਅਦ ਗਲਾ ਸਟਾਰਟ ਹੁੰਦਾ, ਸਾਡਾ ਟਰੈਕਟਰ ਸਟਾਰਟ ਹੁੰਦਾ, ਫਿਰ 2.5-3 ਘੰਟੇ ਗਾਈ ਜਾਓ। ਕਈ ਵਾਰੀ ਮੇਰੇ ਨਾਲ ਦੇ ਕੋਰਸ ਦੇ ਕੋਰਸ ਵਾਲੇ ਬੋਲਦੇ ਨਾ, ਜਦੋਂ 2 ਪ੍ਰੋਗਰਾਮ ਦਿਆ 3, ਅਤੇ ਮੇਰਾ ਕੀ ਹੁੰਦਾ, ਜਦੋਂ ਮੈਂ 1 ਪ੍ਰੋਗਰਾਮ ਕਰਦਾ, ਮੈਨੂੰ ਪਤਾ ਮੈਂ 2.5 ਘੰਟੇ ਗਾ ਲਿਆ, ਹੁਣ 2 ਘੰਟੇ ਦਾ ਸਫ਼ਰ ਕਰਕੇ ਅੱਗੇ 1 ਪ੍ਰੋਗਰਾਮ ਕਰਨਾ, ਅਤੇ ਮੈਂ ਮੌਨ ਹੋ ਜਾਂਦਾ। ਜੇ ਮੈਂ ਨਾ ਮੌਨ ਹੋਵਾਂ, ਤਾਂ ਮੇਰਾ ਭਰਾ ਕਮਲ ਨਾ, ਉਹ ਕਹਿੰਦਾ ਭਾਜੀ ਤੁਸੀਂ 2-2.5 ਘੰਟੇ ਬਾਅਦ ਫਿਰ ਗਾਉਣਾ, ਮੈਨੂੰ ਯਾਦ ਕਰਾਉਂਦਾ, ਅਤੇ ਮੈਂ ਗੱਡੀ 'ਚ ਬਿਲਕੁਲ ਕੁਛ ਨਹੀਂ ਬੋਲਣਾ, ਸੂਪ ਪੀਣਾ ਜਾਂ ਕਦੇ ਇੱਕ ਅੱਧਾ ਫੁਲਕਾ ਖਾ ਲਿਆ, ਫਿਰ ਗਾਉਣਾ ਜਾ ਕੇ, ਫਿਰ ਅਗਲੇ ਪ੍ਰੋਗਰਾਮ 'ਤੇ ਜਾਣਾ, ਫਿਰ ਮੌਨ ਹੋ ਜਾਣਾ। ਉਹ ਜਿਹੜੀ 2.5-3 ਘੰਟੇ ਦੀ ਤੁਹਾਡੀ ਐਨਰਜੀ ਸੇਵ ਹੋ ਜਾਂਦੀ ਹੈ। ਅਤੇ ਕਈ ਵਾਰੀ ਮੇਰੇ ਕੋਰਸ ਵਾਲੇ ਵੀ ਹੁੰਦੇ ਆ, ਉਹਨਾਂ ਦੇ ਸਾਰਿਆਂ ਦੇ ਗਲੇ ਬਹਿ ਜਾਂਦੇ ਆ ਕੋਰਸ ਬੋਲਣਾ, ਅਤੇ ਮੈਂ ਫਿਰ ਗਾ ਰਿਹਾ ਹੁੰਦਾ। ਇਹ ਇੱਕ ਇੱਕ ਬੜੱਪਣ ਵੀ ਨਹੀਂ ਹੈਗਾ, ਇਹ ਮਾਲਕ ਦੀ ਬਖਸ਼ਿਸ਼ ਕਹਿ ਲਓ, ਜਾਂ ਥੋੜ੍ਹਾ ਜਿਹਾ ਇੱਕ ਚੰਗੇ ਵੇਵ ਨਾਲ ਤੁਰੀ ਚੱਲੋ ਕਿ ਉਹਨੂੰ ਚਲਾਉਣਾ ਚਲਾਉਣਾ ਕਿੱਦਾਂ, ਅਤੇ ਉਹ ਜਦੋਂ ਤੁਸੀਂ, ਤੁਹਾਨੂੰ ਪਤਾ ਮੈਂ ਆਹ ਕੰਮ ਕਰਨਾ ਨਾ, ਅਤੇ ਉਹ ਤੁਹਾਨੂੰ ਸ਼ਕਤੀ ਵੀ ਮਾਲਕ ਦੇ ਦਿੰਦਾ। ਤੁਸੀਂ ਰਿਆਜ਼ ਵੀ ਕਰਦੇ ਹੋ ਨਾ ਡੇਲੀ? ਰਿਆਜ਼ ਡੇਲੀ ਮਾਰਨਿੰਗ, ਕਰਨਾ ਹੀ ਚਾਹੀਦਾ, ਕਰਨਾ ਹੀ ਚਾਹੀਦਾ। ਹੁਣ ਵੈਸੇ ਮੇਰੇ ਤੋਂ ਵੀ ਘੱਟ ਹੁੰਦਾ, ਕਿਉਂਕਿ ਰੁਝੇਵੇਂ ਵੱਧ ਗਏ। ਪਹਿਲਾਂ ਰੁਝੇਵੇਂ ਘੱਟ ਹੁੰਦੇ ਸੀ, ਉਦੋਂ ਸੀਗਾ ਕਿ ਯਾਰ ਰਿਆਜ਼ ਤਾਂ ਕਰਨਾ ਹੀ ਕਰਨਾ, ਪਰ ਹੁਣ ਵੀ ਜਦੋਂ ਵਕਤ ਮਿਲਦਾ, ਹੁਣ ਇੱਦਾਂ ਨਹੀਂ ਵੀ 2-2.5 ਘੰਟੇ ਬਹਿ ਹੁੰਦਾ, ਹੁਣ ਇਹ 1 ਘੰਟਾ ਬਹਿ ਗਿਆ, 1/2 ਘੰਟਾ ਬਹਿ ਗਿਆ, ਪਰ ਕਰੀਦਾ, ਰਿਆਜ਼ ਕਰਨਾ ਜ਼ਰੂਰੀ ਆ, ਤਾਂ ਹੀ ਇਹ ਕਹਿਣਾ ਮੰਨਦਾ ਗਲਾ। ਜੇ ਤੁਸੀਂ ਰਿਆਜ਼ ਨਹੀਂ ਕਰਦੇ, ਫਿਰ ਕਹਿਣਾ ਮੰਨੋ ਹਟ ਜਾਂਦਾ, ਕੁਛ ਤੁਸੀਂ ਲਾਉਣਾ ਕੁਛ ਹੋਰ ਚਾਹੁੰਦੇ ਆ, ਲੱਗ ਕੁਛ ਹੋਰ ਜਾਂਦਾ। ਸਹੀ ਗੱਲ, ਸੋ ਇਹ ਕਰਤ ਵਿਦਿਆ ਨੂੰ ਕਹਿੰਦੇ। ਫੈਮਿਲੀ 'ਚ ਕੌਣ ਕੌਣ ਹੈ ਤੁਹਾਡੇ? ਅਸੀਂ 3 ਬ੍ਰਦਰ ਆ, ਸਿਸਟਰ ਆ, ਚਾਰੇ ਅਸੀਂ ਵਿਆਹੇ ਹੋਏ ਆ, ਮੋਮ ਡੈਡ ਮੇਰੇ ਨਾਲ ਹੀ ਰਹਿੰਦੇ ਆ। ਓਕੇ, ਇੱਕ ਸਾਡਾ ਘਰ ਆ, ਇੱਕ ਛੱਤ ਦੇ ਥੱਲੇ ਅਸੀਂ ਸਾਰੇ ਭਰਾ, ਸਾਰਾ ਜੁਆਇੰਟ ਫੈਮਿਲੀ। ਵਾਹ, ਇੱਕੋ ਰਸੋਈ ਆ ਸਾਡੀ, ਇਹ ਮਾਲਕ ਦੀ ਬੜੀ ਬਖਸ਼ਿਸ਼ ਆ। ਕੀ ਬਾਤ ਹੈ, ਇੱਕ ਰਸੋਈ 'ਚ ਰੋਟੀ ਬਣਨੀ ਆ। ਓਕੇ, ਉਸੇ ਘਰ 'ਚ ਅਸੀਂ ਰਹਿ ਰਹੇ ਹਾਂ। ਠੀਕ ਹੈ, ਕਿਡਸ ਕਿੰਨੇ ਤੁਹਾਡੇ? ਮੇਰਾ ਇੱਕ ਬੇਟਾ। ਇੱਕ ਬੇਟਾ ਤੁਹਾਡਾ, ਠੀਕ ਹੈ। ਉਹ ਯੂ ਆਪਣੇ ਕੈਨੇਡਾ ਦੇ ਵਿੱਚ ਪੜਦਾ। ਓਕੇ, ਸਕੂਲ 'ਚ ਪੜਦਾ ਹਜੇ। ਉਹਦਾ ਹੈਗਾ ਧਿਆਨ ਥੋੜਾ ਗਾਣੇ ਵਜਾਉਣੇ ਵੱਲ? ਉਹ ਪਹਿਲਾਂ ਤਾਂ ਗਿਟਾਰ ਜੀ ਚੱਕ ਕੇ ਵਜਾਉਣ ਲੱਗ ਪੈਂਦਾ ਹੁੰਦਾ ਸੀ, ਮੈਨੂੰ ਲੱਗਦਾ ਵੀ ਸਿੰਗਰ ਆ ਗਿਆ ਕੋਈ ਮੇਰੇ ਘਰ, ਆ ਗਿਆ। ਪਰ ਜਿੱਦਾਂ ਜਿੱਦਾਂ ਵੱਡਾ ਹੋ ਗਿਆ, ਹੁਣ ਗਿਟਾਰ ਰੱਖ ਕੇ ਤਾਂ ਗੱਡੀਆਂ ਚੱਕ ਲਈਆਂ ਹੁਣ। ਹੁਣ ਅੱਜਕੱਲ ਪਤਾ ਨਹੀਂ ਸ਼ੌਕ ਬਦਲ ਗਿਆ। ਅਸਲ 'ਚ ਪਤਾ ਨਹੀਂ, ਮੈਂ ਕਦੇ ਨਾ ਜ਼ੋਰ ਨਹੀਂ ਪਾਇਆ। ਦੇਖੋ ਮੇਰੇ ਪਾਪਾ ਨੇ ਮੈਨੂੰ ਕਦੇ ਜ਼ੋਰ ਨਾਲ ਨਹੀਂ ਕਿਹਾ ਕਿ ਤੂੰ ਬੇਟਾ ਆਹ ਕੰਮ ਕਰ, ਤੇ ਮੈਂ ਉਹਨੂੰ ਕਹਾਂ ਨਹੀਂ ਪੁੱਤ ਤੂੰ ਸਿੰਗਰ ਹੀ ਬਣ ਜ਼ਬਰਦਸਤੀ, ਤੇ ਜ਼ਬਰਦਸਤੀ ਕਰਾਂਗੇ ਤਾਂ ਕੁਛ ਨਹੀਂ ਬਣੇਗਾ। ਉਹਦਾ ਕੁਛ ਹੋਰ ਖਿਆਲ ਆ, ਤੇ ਕੱਲ੍ਹ ਨੂੰ ਹੋ ਸਕਦਾ ਕਿ ਉਹਦਾ ਦਿਲ ਕਰੇ ਮਿਊਜ਼ਿਕ ਵੱਲ ਜਾਣਾ, ਤੇ ਸ਼ੌਕ ਨਾਲ ਆ ਜਾਏ, ਪਰ ਮੈਂ ਉਹਨਾਂ ਧੱਕਾ ਨਹੀਂ ਕਰਨਾ, ਧੱਕਾ ਨਹੀਂ ਕਰਨਾ। ਹਾਂ, ਓਕੇ। ਤੁਹਾਡੀ ਲਵ ਮੈਰਿਜ ਹੈ ਜਾਂ ਅਰੇਂਜ? ਨਹੀਂ, ਮੇਰੀ ਅਰੇਂਜ ਮੈਰਿਜ ਆ। ਫਿਰ ਲਵ ਨਹੀਂ, ਮੇਰੀ ਅਰੇਂਜ ਮੈਰਿਜ। ਹਾਂ, ਆ ਕੀ ਮਤਲਬ? ਨਹੀਂ ਨਹੀਂ, ਮੈਂ ਦੱਸਦਾ ਕਿ ਮੈਂ ਝੂਠ ਨਹੀਂ ਬੋਲਿਆ,
ਮੈਂ ਸੱਚ ਕਿਹਾ ਪਰ ਪਿਆਰ ਹੋ ਜਾਂਦਾ ਨਾ 6 ਮਹੀਨੇ ਜਦੋਂ 6 ਮਹੀਨੇ ਤੁਹਾਡਾ ਰੋਕਾ ਸ਼ੋਕਾ ਹੋ ਜਾਏ ਨਾ ਸਾਥੀ ਵੀ ਚੰਗੇ ਨਾ ਮੁਕਦਰਾਂ ਨਾਲ ਮਿਲਦੇ ਆ ਚੰਗੇ ਸਾਥੀ ਤੁਹਾਡੀ ਲਾਈਫ ਚ ਆ ਜਾਏ ਨਾ ਤੇ ਵਿਖਰਦਾ ਨੀ ਕੁਛ ਜੇ ਅੱਜ ਕੁਛ ਸਾਰਾ ਜੁਆਇੰਟ ਹੈ ਨਾ ਉਹਦਾ ਕਾਰਨ ਹੈ ਚੰਗੇ ਜੀ ਘਰ ਆ ਗਏ ਸਹੀ ਗੱਲ ਹੈ ਫਿਰ ਵਿਖਰਦਾ ਨਹੀਂ ਨੂੰ ਤੇ ਬੜਾ ਡਿਪੈਂਡ ਕਰਦਾ ਹਾਂ ਬਿਲਕੁਲ ਤੁਹਾਡੇ ਪਾਰਟਨਰ ਤੇ ਡਿਪੈਂਡ ਕਰਦਾ ਫਿਰ ਤੁਸੀਂ ਮਨਾਉਣੇ ਕਿਵੇਂ ਹੁੰਦੇ ਹੋ ਜਦੋਂ ਰੁੱਸ ਜਾਂਦੇ ਗਾਣਾ ਗੁਣਾ ਗਾ ਕੇ ਮਨਾਉਣੇ ਹੁੰਦੇ ਹੋ ਹਾਂ ਇਹ ਤਾਂ ਦੇਖੋ ਜੀ ਇਹ ਤਾਂ ਮੇਰੇ ਕੋਲ ਹਥਿਆਰ ਹੈਗਾ ਹੈਗਾ ਹਥਿਆਰ ਫਿਰ ਵੈਸੇ ਤਾਂ ਅਸੀਂ ਬਹੁਤ ਘੱਟ ਰੁੱਸਦੇ ਹਾਂ ਇੱਕ ਦੂਜੇ ਨਾਲ ਪਰ ਜੇ ਰੁੱਸਦੇ ਹਾਂ ਤੇ ਫਿਰ ਵਾਈਫ ਹੀ ਮਨਾਉਂਦੀ ਉਦਾਂ ਮੈਂ ਜ਼ਿਆਦਾ ਥੋੜ੍ਹਾ ਜਿਹਾ ਜਿੱਦੀ ਹਾਂ ਤੇਰੇ ਬਿਨ ਜ਼ਿੰਦਗੀ ਇੱਕ ਪਾਸੇ ਤੇਰੇ ਬਿਨ ਜ਼ਿੰਦਗੀ ਇੱਕ ਪਾਸੇ ਤੇਰੇ ਬਿਨ ਪਲ ਵੀ ਕੱਟਿਆ ਨਹੀਂ ਤੈਥੋਂ ਦੂਰ ਜਾਣ ਦਾ ਸੁਪਨਾ ਮੈਂ ਉਹ ਕਦੇ ਸੁਪਨੇ ਵਿੱਚ ਵੀ ਤੱਕਿਆ ਨਹੀਂ ਤੈਥੋਂ ਦੂਰ ਜਾਣ ਦਾ ਸੁਪਨਾ ਮੈਂ ਕਦੇ ਸੁਪਨੇ ਵਿੱਚ ਵੀ ਤੱਕਿਆ ਨਹੀਂ ਤੇਰੇ ਬਿਨ ਜ਼ਿੰਦਗੀ ਇੱਕ ਪਾਸੇ ਇਹ ਗਾਣਾ ਗਾ ਲਈਦਾ ਫਿਰ ਕਿਆ ਗੁੱਸੇ ਗਿਲੇ ਦੂਰ ਹੋ ਜਾਂਦੇ ਫਿਰ ਮੰਨ ਜਾਂਦੇ ਹਾਂ ਏਦਾਂ ਕਦੇ ਹੋਇਆ ਵੀ ਯਾਰ ਨਹੀਂ ਗਾਣੇ ਨਾਲ ਵੀ ਗੱਲਬਾਤ ਨਹੀਂ ਬਣੀ ਗਿਫਟ ਹੀ ਦੇਣਾ ਪੈਣਾ ਉਹ ਤਾਂ ਚੱਲਦੇ ਰਹਿੰਦੇ ਉਹ ਤਾਂ ਨਾਰਮਲ ਹੈ ਨਾ ਹੈ ਨਾ ਇਹ ਡਿਮਾਂਡਾਂ ਨਹੀਂ ਖਤਮ ਹੁੰਦੀਆਂ ਜਨਾਨੀਆਂ ਨਹੀਂ ਜੀ ਤੁਹਾਨੂੰ ਖਾਸ ਕਰਕੇ ਪਤਾ ਹੈ ਉਹ ਨਹੀਂ ਵੈਲੈਂਟਾਈਨ ਡੇ ਆ ਰਿਹਾ ਹੁਣ ਤੁਸੀਂ ਫੁੱਲ ਕਿੱਥਾ ਕੈਨੇਡਾ ਕਿਵੇਂ ਭੇਜੋਗੇ ਨਹੀਂ ਹੁਣ ਤਾਂ ਜਦੋਂ ਜਾਵਾਂਗਾ ਨਾ ਹਾਂ ਫਿਰ ਗਿਫਟ ਲੈ ਕੇ ਜਾਵਾਂਗੇ ਫਿਰ ਕੁਝ ਨਾ ਕੁਝ ਦੇਖੋ ਪੰਜਾਬ ਤੋਂ ਕੁਝ ਨਾ ਕੁਝ ਤਾਂ ਲਿਜਾਣਾ ਹੀ ਪੈਂਦਾ ਪੰਜਾਬੀ ਜੁੱਤੀ ਉਹ ਹਰ ਵਾਰੀ ਕੁਝ ਨਾ ਕੁਝ ਇਦਾਂ ਥੋੜੀ ਨਾ ਕੱਲ ਹੀ ਹੱਥ ਨਹੀਂ ਇੱਕ ਵਾਰੀ ਤਾਂ ਹਾਂ ਜੇ ਤੁਸੀਂ ਘਰ ਚ ਐਂਟਰ ਹੋਣਾ ਚਾਹੁੰਦੇ ਹੋ ਨਾ ਤੇ ਕੁਛ ਨਾ ਕੁਛ ਲੈ ਕੇ ਜਾਓ ਅੱਜ ਕੱਲ ਤਾਂ ਬੱਚੇ ਨਹੀਂ ਅੰਦਰ ਬਣ ਦਿੰਦੇ ਘਰ ਦੇ ਸਹੀ ਗੱਲ ਹੈ ਨੈਕਸਟ ਰਾਉਂਡ ਸਾਡਾ ਹੈਗਾ ਠੀਕ ਹੈ ਜੀ ਇਹਦਾ ਨਾਮ ਹੈ ਮਾਹੀ ਦਾ ਜਾਲ ਮਾਹੀ ਦਾ ਜਾਲ ਯੈਸ ਚਲੋ ਕੋਈ ਫਸਣ ਵਾਲੀ ਗੱਲ ਨਹੀਂ ਇਹਦੇ ਚ ਡਰੋ ਨਾ ਇਹ ਜਸਟ ਇਹਦੇ ਚ ਇੱਕ ਬੁਝਾਰਤ ਜੀ ਹੈ ਉਹ ਤੁਸੀਂ ਬੁਝਣੀ ਹੈ ਉਹ ਫਸਣ ਤੋਂ ਡਰਦੇ ਆਪਾਂ ਬਾਕੀ ਕੋਈ ਚੱਕਰ ਨਹੀਂ ਸਭ ਤੋਂ ਪਹਿਲਾਂ ਮੈਂ ਜੰਮਿਆ ਫਿਰ ਮੇਰਾ ਭਾਈ ਖਿੱਚ ਧੂ ਕੇ ਬਾਪੂ ਜੰਮਿਆ ਪਿੱਛੋਂ ਸਾਡੀ ਮਾਈ ਸਭ ਤੋਂ ਪਹਿਲਾਂ ਮੈਂ ਜੰਮਿਆ ਇਹ ਬਾਜ਼ਾਰ ਤੇ ਆ ਨਾ ਹਾਂਜੀ ਇਹ ਬਾਜ਼ਾਰ ਤਾਂ ਮੈਨੂੰ ਕਦੇ ਨਹੀਂ ਆਈ ਹਾਂ ਕਰੋ ਤਾਂ ਸਹੀ ਥੋੜਾ ਜਿਹਾ ਸਭ ਤੋਂ ਪਹਿਲਾਂ ਮੈਂ ਜੰਮਿਆ ਫਿਰ ਸੀ ਕਿਸੇ ਅੱਗੇ ਫਿਰ ਮੇਰਾ ਭਾਈ ਖਿੱਚ ਧੂ ਕੇ ਬਾਪੂ ਜੰਮਿਆ ਪਿੱਛੋਂ ਸਾਡੀ ਮਾਈ ਠੰਡ ਆ ਗਈ ਅਸੀਂ ਲੈ ਲਈ ਉੱਤੇ ਰਜਾਈ ਨਹੀਂ ਪਤਾ ਲੱਗਦਾ ਸੌ ਖਾਓ ਨਹੀਂ ਸੱਚੀ ਤੇ ਮੈਂ ਪਤਾ ਆਪਣੇ ਰਾਈਟਰ ਸਾਹਿਬ ਨੂੰ ਕੀ ਕਹਿ ਰਹੀ ਸੀ ਮੈਂ ਕਿਹਾ ਸਰ ਇਹ ਤਾਂ ਜਲਦੀ ਪੁੱਜ ਲੈਣੀ ਉਹਨਾਂ ਨੇ ਮੈਂ ਬੁਝਾਰਤਾ ਸਮਝੌਤਾ ਚ ਬਹੁਤ ਮੈਂ ਕਿਹਾ ਇਹ ਤਾਂ ਬਹੁਤ ਸਿੰਪਲ ਹੈ ਬਹੁਤ ਮੈਂ ਕੱਚਾ ਮੈਂ ਬਹੁਤ ਕੱਚਾ ਇਸ ਕਰ ਫਿਰ ਵੀ ਲਾਓ ਥੋੜਾ ਜਿਹਾ ਮੈਨੂੰ ਪਤਾ ਨਹੀਂ ਲੱਗਾ ਕੁਝ ਹਿੰਟ ਦਿਓ ਕੁਝ ਚਲੋ ਅਸੀਂ ਸਾਡੀ ਡੇਲੀ ਦੀ ਬੇਸਿਕ ਨੀਡ ਹੈ ਉਹਦੇ ਬਿਨਾ ਗੁਜ਼ਾਰਾ ਨਹੀਂ ਹੈਗਾ ਨਹੀਂ ਮੈਨੂੰ ਨਹੀਂ ਪਤਾ ਲੱਗਾ ਜੀ ਦੁੱਧ ਦਹੀਂ ਮੱਖਣ ਓ ਅੱਛਾ ਮੈਂ ਤਾਂ ਬੁਝਾਰਤਾਂ 'ਚ ਮੈਂ ਕੱਚਾ ਬਹੁਤ
ਚਲੋ ਕੋਈ ਗੱਲ ਨਹੀਂ, ਹੁਣ ਤੁਸੀਂ ਇਹ ਰਾਊਂਡ ਹਾਰ ਗਏ ਹੋ ਹੈ ਨਾ, ਅਤੇ ਇਹਦੀ ਸਜ਼ਾ ਹੁਣ ਤੁਹਾਨੂੰ ਮਿਲੇਗੀ। ਇਹਦੇ ਬਦਲੇ ਤੁਸੀਂ ਗਾਣਾ ਸੁਣਾ ਦਿਓ ਸਾਨੂੰ। ਕਿਹੜਾ ਸੁਣਾ? ਦੱਸੋ। ਇੰਤਜ਼ਾਰ। ਇੰਤਜ਼ਾਰ, ਆਹਾ, ਇਹਦੀ ਵੀ ਇੱਕ ਕਹਾਣੀ ਹੈ ਪਤਾ। ਹਾਂ, ਇਹ ਗੀਤ ਮੈਂ ਬਣਾ ਰਿਹਾ ਸੀ, ਇੰਤਜ਼ਾਰ ਕੰਪੋਜੀਸ਼ਨ ਕਰ ਰਿਹਾ ਸੀ, ਅਤੇ ਗੀਤ ਬਣ ਗਿਆ ਸਥਾਈ, ਲੇਕਿਨ ਇਹਦਾ ਅੰਤਰਾ ਨਹੀਂ ਸੀ ਬਣਦਾ। ਅੰਤਰਾ ਪਤਾ ਨਹੀਂ, ਮੈਂ ਫਸ ਗਿਆ, ਕੁਝ ਪਤਾ ਨਾ ਲੱਗੇ ਯਾਰ ਕਿੱਦਾਂ ਕਰੀਏ ਨਾ। ਗਾਣਾ ਹੈ ਬੜਾ ਔਖਾ ਸੀ ਬਣਿਆ ਪਹਿਲਾਂ। ਫਿਰ ਇੱਕ ਵਾਰੀ ਮੈਂ ਆਪਣੇ ਗੁਰੂ ਜੀ ਕੋਲ ਲੈ ਗਿਆ ਨਾ, ਮੈਂ ਕਿਹਾ ਗੁਰੂ ਜੀ ਵੀ ਮੈਂ ਕੋਈ ਕੰਪੋਜੀਸ਼ਨ ਬਣਾਈ, ਉਹਦਾ ਅੰਤਰਾ ਮੈਨੂੰ ਲੱਭਦਾ ਨਹੀਂ, ਕੁਛ ਵੀ ਸੁਝਦਾ ਨਹੀਂ। ਉਹ ਕਿਤੇ ਰਿਆਜ਼ ਕਰ ਰਹੇ ਸੀ, ਮੂਡ 'ਚ ਸੀ ਬੈਠੇ, ਕਹਿੰਦੇ ਸੁਣਾ ਦਾ। ਜਦੋਂ ਮੈਂ ਸੁਣਾਇਆ ਨਾ, ਉਹਦਾ ਮੂਡ ਬਣ ਗਿਆ ਉਹਨਾਂ ਦਾ, ਕਹਿੰਦੇ ਲੈ ਹੁਣ ਇਹਨੂੰ ਬਣਾਉਂਦੇ ਹਾਂ। ਉਹਨਾਂ ਨੇ ਉਹ 'ਚ ਰਾਗ ਚੇਂਜ ਕਰਤਾ ਸੀ, ਮੇਰਾ ਅੰਤਰੇ ਦਾ ਰਾਗ ਹੋ ਰਿਹਾ ਅਤੇ ਜਿਹੜਾ ਸਥਾਈ ਆ ਉਹਦਾ ਰਾਗ ਹੋ ਰਿਹਾ। ਉਹ ਇੱਕ ਇਹ ਵੀ ਇੱਕ ਮਤਲਬ ਮੂਡ ਦੀ ਗੱਲ ਕਹਿ ਲਓ ਵੀ, ਜਾਂ ਗੁਰੂ ਜੀ ਬੈਠੇ ਸੀ ਤਾਂ ਮੈਂ ਚਲਾ ਗਿਆ ਅਤੇ ਗਾਣਾ ਬਣ ਗਿਆ। ਭੁੱਲੀ ਦੁੱਖੜੇ ਬਣਾਉਣੇ, ਹਾਲ ਦਿਲ ਦੇ ਸੁਣਾਉਣੇ, ਭੁੱਲੀ ਦੁੱਖੜੇ ਬਣਾਉਣੇ, ਹਾਲ ਦਿਲ ਦੇ ਸੁਣਾਉਣੇ, ਸਾਡਾ ਤੇਰਿਆਂ ਸਾਡਾ ਤੇਰਿਆਂ ਸਾਡਾ ਤੇਰਿਆਂ ਨੈਣਾਂ 'ਚ ਇੰਤਜ਼ਾਰ ਹੁੰਦਾ ਸੀ ਕਦੇ, ਤੇਰਿਆਂ ਨੈਣਾਂ 'ਚ ਸਾਡਾ ਤੇਰਿਆਂ ਨੈਣਾਂ 'ਚ ਇੰਤਜ਼ਾਰ ਹੁੰਦਾ ਸੀ ਕਦੇ, ਤੇਰਿਆਂ ਨੈਣਾਂ 'ਚ ਕਦੇ, ਤੇਰਿਆਂ ਨੈਣਾਂ 'ਚ। ਇਹ ਗਾਣੇ ਨਾ ਬੜੀਆਂ ਮੁਸ਼ਕਿਲ ਟਿਊਨਾਂ ਹੈ, ਅਤੇ ਅੱਜ ਕੱਲ੍ਹ 20-25 ਸਾਲ ਪਹਿਲਾਂ ਗਾਈਆਂ ਹਨ, ਕਿਤੇ ਕਿਤੇ ਭੁੱਲ ਜਾਂਦੀ ਹਾਂ, ਕਿਉਂਕਿ ਉਹ ਜਦੋਂ ਗਾ ਹੋ ਗਿਆ ਨਾ, ਉਹ ਆਹੀ ਚੀਜ਼ ਸੀ। ਹੁਣ ਸ਼ਾਇਦ ਉੱਦਾਂ ਦਾ ਮੈਂ ਨਾ ਗਾ ਸਕਾਂ, ਕਿਉਂਕਿ ਉਦੋਂ ਰਿਆਜ਼ ਬੜਾ। ਤੁਸੀਂ ਲਾਸਟ ਵਾਲੀ ਲਾਈਨ ਚੇਂਜ ਕੀਤੀ। ਹਾਂ, ਮਾਹੀ ਪਕੜ ਲਿਆ ਬਾਈ, ਪਕੜ ਲਿਆ। ਉਹੀ ਤਾਂ ਔਖਾ ਕੰਮ ਆ, ਉਹੀ ਤਾਂ ਔਖਾ ਕੰਮ। ਹਾਂ, ਨੈਣਾ ਦੀ ਇੱਦਾਂ ਕਰ, ਮੈਂ ਕਿਹਾ ਉੱਚਾ ਸੁਰ ਕੀ ਲਾਉਣਾ, ਇੰਟਰਵਿਊ ਚੱਲਦੀ ਹੈ, ਮੈਂ ਭਲਿਆ ਕੰਜੂਸੀ ਕਰ ਲੈਂਦੇ ਹਾਂ। ਮੈਂ ਫੜ ਲਿਆ ਹੈ। ਹਾਂ, ਇੱਕ ਮੇਰੇ ਨੈਣ ਦੋਨੋਂ ਰਹਿਣ ਡੁੱਲਦੇ, ਇੱਕ ਤੇਰਾ ਪਿੰਡ ਇੱਕ ਤੇਰਾ ਨਾਂ, ਇੱਕ ਤੇਰਾ ਪਿੰਡ ਇੱਕ ਤੇਰਾ ਨਾਂ, ਦੋਨੋਂ ਨਹੀਂ ਭੁੱਲਦੇ। ਇੱਕ ਮੇਰਾ ਦਿਲ ਇੱਕ ਮੇਰੇ ਨੈਣ ਦੋਨੋਂ ਰਹਿਣ ਡੁੱਲਦੇ। ਕੀ ਬਾਤ ਹੈ, ਮੈਨੂੰ ਲੱਗਿਆ ਤੁਸੀਂ ਮੇਰਾ ਹੀ ਕੋਈ ਫੇਵਰਿਟ ਸੁਣਾਓਗੇ। ਤੁਸੀਂ ਸੁਣ ਲਓ, ਕਿਹੜਾ ਸੁਣਨਾ? ਮੈਂ ਉਹ ਮੈਂ ਤੁਹਾਡੇ ਤੋਂ ਬਾਅਦ 'ਚ ਸੁਣੂੰਗੀ, ਉਹ ਗਾਣਾ ਹੈ ਦੁੱਖ। ਅੱਛਾ, ਉਹ ਵੀ ਸੁਣਾ ਦਾਂਗੇ ਆਪਾਂ, ਹੈ ਨਾ। ਅਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਗਾਣਾ ਗਾਉਂਦੇ ਹੋ, ਤੁਹਾਨੂੰ ਗਾਣਾ ਗਾਉਣ ਤੁਸੀਂ ਗਾਣਾ
ਤੁਹਾਨੂੰ ਗਾਉਣਾ ਔਖਾ ਲੱਗਦਾ ਜਾਂ ਕੰਪੋਜ਼ ਕਰਨਾ ਔਖਾ ਹੁੰਦਾ? ਦੇਖੋ ਕੰਮ ਦੋਨੋਂ ਔਖਾ ਹੀ ਹੈ ਵੈਸੇ, ਹੈ ਨਾ, ਕਿਉਂਕਿ ਕੰਪੋਜੀਸ਼ਨ ਕਰਨੀ ਵੀ ਔਖੀ ਆ। ਹਾਂਜੀ, ਬਹੁਤ ਔਖੀ ਹੈ। ਜਦੋਂ ਗਾਣਾ ਪੜ੍ਹਦੇ ਹਾਂ ਨਾ, ਤਾਂ ਗਾਣਾ ਹੀ ਤੁਹਾਨੂੰ ਦੱਸ ਦਿੰਦਾ ਕਿ ਇਹ ਇੱਦਾਂ ਬਣਨਾ, ਪਰ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਅੜ ਜਾਂਦੇ ਆ। ਜਿੱਦਾਂ ਮੈਂ ਪਹਿਲੇ ਗਾਣੇ ਦੀ ਗੱਲ ਕੀਤੀ ਨਾ, ਕਈ ਵਾਰੀ ਐਸਾ ਮੂਡ ਬਣਿਆ ਹੁੰਦਾ ਕਿ ਗਾਣਾ ਸਾਹਮਣੇ ਪਿਆ, ਤੁਸੀਂ 15-20 ਮਿੰਟ ਵਾਜੇ 'ਤੇ ਬੈਠੇ ਆ, ਉਂਗਲਾਂ ਉਂਗਲਾਂ ਘੁਮਾਉਂਦੇ ਆ, ਕੋਈ ਰਾਗਦਾਰੀ ਆ ਗਈ ਅਤੇ ਉਹ ਗਾਣਾ ਬਣ ਗਿਆ, ਸਾਰੇ ਬਣ ਗਿਆ, ਸਥਾਈ ਵੀ ਬਣ ਗਈ, ਅੰਤਰਾ ਵੀ ਬਣ ਗਿਆ। ਕਈ ਵਾਰੀ ਸਥਾਈ ਬਣ ਗਈ, ਅੰਤਰਾ ਹੀ ਨਹੀਂ ਬਣਦਾ, ਫਿਰ ਬੰਦਾ ਛੱਡ ਦਿੰਦਾ, ਫਿਰ ਕਹਿੰਦਾ ਕੋਈ ਨਹੀਂ ਯਾਰ 2-4 ਦਿਨ ਘੁੰਮੋ ਫਿਰੋ। ਉਹ ਗਾਣਾ ਤੁਹਾਡੇ ਨਾ ਚੱਲਦਾ ਰਹਿੰਦਾ ਦਿਮਾਗ 'ਚ, ਫਿਰ ਕਈ ਵਾਰੀ ਤੁਰੇ ਫਿਰਦੇ ਸੈਰ ਕਰਦੇ ਸੁੱਤੇ ਪਏ, ਤੁਹਾਨੂੰ ਨੀਂਦ ਆ ਰਹੀ ਆ, ਸੁੱਤੇ ਪਏ ਗਾਣਾ ਤੁਹਾਡੇ ਦਿਮਾਗ 'ਚ ਚੱਲਦਾ ਅਤੇ ਅੰਤਰਾ ਬਣ ਜਾਂਦਾ ਸੁੱਤੇ ਪਏ, ਫਿਰ ਕੋਈ ਫੋਨ 'ਤੇ ਉਹ ਨਾ ਉਹ ਰਿਕਾਰਡ ਕਰ ਲੈਣਾ। ਸੋ ਕਈ ਵਾਰੀ ਇੱਦਾਂ ਵੀ ਗਾਣਾ ਬਣਦਾ, ਗਾਣੇ ਤਾਂ ਨਾ ਇੱਕ ਭਾਗ ਹੀ ਹੁੰਦੇ ਆ। ਹੁਣ ਇਹ ਜਿਹੜਾ ਇੱਕ ਮੇਰਾ ਦਿਲ ਆ ਜਾਂ ਤੂੰ ਚੇਤੇ ਐਵੇਂ ਗਾਣੇ ਆ, ਉਹ ਇੱਦਾਂ ਬਣੇ ਕਿ ਗਾਣਾ ਮੋਹਰੇ ਰੱਖਿਆ, ਮੂਡ ਬਣਿਆ, ਆਵਾਜ਼ਾਂ ਲੈ ਕੇ ਬੈਠੇ ਆ, ਦੋ ਸੱਜਣ ਕੋਲ ਬੈਠੇ ਆ, ਮਾੜਾ ਜਿਹਾ ਇੱਕ ਉਹ ਯਾਰ ਕਿਆ ਬਾਤ ਹੈ, ਅੱਛਾ ਅੱਛਾ ਅੱਗੇ, ਉਹ ਮਤਲਬ ਮੂਡ ਮੂਡ 'ਚ ਹੀ ਉਹ ਗਾਣਾ ਕੰਪਲੀਟ ਹੋ ਗਿਆ। ਅੱਛਾ, ਸੋ ਗਾਉਣਾ ਜਿਹੜਾ ਉਹ ਵੀ ਔਖਾ ਇੱਦਾਂ ਆ ਕਿ ਜਦੋਂ ਤੁਸੀਂ ਉਹਨੂੰ ਗਾਣੇ ਨਾਲ ਇਨਸਾਫ ਕਰਨਾ, ਤਾਂ ਫਿਰ ਤੁਹਾਨੂੰ ਉਹ 'ਚ ਫੀਲ ਦੇਣੀ ਪੈਣੀ ਆ। ਬਿਲਕੁਲ, ਫਿਰ ਤੁਸੀਂ ਜਿੰਨਾ ਮਰਜ਼ੀ ਹਰਕਤ ਮੁਰਕੀ ਤਾਲ ਲਾ ਦਿਓ ਨਾ, ਉਹਦਾ ਅਸਰ ਨਹੀਂ ਹੋਣਾ ਜਿੰਨਾ ਚਿਰ ਗਾਣੇ ਦੇ ਹਿਸਾਬ ਨਾਲ ਤੁਸੀਂ ਉਹਨੂੰ ਫੀਲ ਨਾ ਗਾਇਆ। ਸੋ ਉਹ ਵੀ ਔਖਾ, ਬਣਾਉਣਾ ਵੀ ਔਖਾ। ਕੰਪੋਜ਼ ਮੈਨੂੰ ਲੱਗਦਾ ਔਖੀ ਹੁੰਦੀ ਹੈ, ਕਿਉਂਕਿ ਸਾਨੂੰ ਇਹ ਵੀ ਧਿਆਨ 'ਚ ਰੱਖਣਾ ਪੈਂਦਾ ਯਾਰ ਰਿਪੀਟ ਨਾ ਹੋ ਜਾਏ, ਫੀਲ ਨਾ ਰਿਪੀਟ ਹੋ ਜਾਏ, ਹੈ ਨਾ। ਭਾਵੇਂ ਇੱਕ ਸ਼ਰੂਤੀ ਤੁਸੀਂ ਚੇਂਜ ਕਰ ਲਓ, ਕਿਉਂਕਿ ਦੇਖੋ ਰਾਗ ਤਾਂ ਉਹੀ 7 ਆ ਗਿਆ, ਉਹੀ ਸੁਰ ਆ, ਉਹਨਾਂ ਸੁਰਾਂ 'ਚ ਹਜ਼ਾਰਾਂ ਗਾਣੇ ਬਣ ਜਾਣੇ। ਬਿਲਕੁਲ, ਹਰ ਇੱਕ ਬੰਦਾ ਨਾ ਆਪਣੀ ਆਵਾਜ਼ ਨਾਲ ਉਹ 'ਚ ਨਵੀਨਤਾ ਲਿਆਉਂਦਾ, ਹਲਕੀ ਜਿਹੀ ਨਵੀਨਤਾ, ਉਹੀ ਰਾਗ ਆ, ਉਦਾਂ ਦੇ ਗਾਣਾ ਆ। ਹੁਣ ਚੇਤੇ ਆ ਆਵੇਂ ਵਰਗੇ ਕਈ ਗੀਤ ਆ ਗਏ, ਇੱਕ ਮੈਂ ਬਾਪੂ ਗਾਣਾ ਗਾਇਆ, ਹੁਣ ਕਿੰਨੇ ਬਾਪੂ ਗਾਣੇ ਆ ਗਏ, ਲਗਭਗ ਉਸੇ ਰਾਗ 'ਚ ਲੋਕਾਂ ਨੇ ਗਾਇਆ, ਲੇਕਿਨ ਜਿਹੜਾ ਕੋਈ ਗਾਉਂਦਾ ਉਹਦਾ ਹਲਕਾ ਜਿਹਾ ਉਹ ਆਪਣੇ ਹਿਸਾਬ ਨਾਲ ਗਾਉਂਦਾ, ਉਹ 'ਚ ਨਵੀਨਤਾ ਲੱਗਦੀ ਹੈ। ਸੋ ਕੰਮ ਦੋਨੋਂ ਔਖੇ ਆ, ਅਤੇ ਉਸ ਤੋਂ ਵੱਡਾ ਔਖਾ ਕੰਮ ਹੈ ਕਿ ਲੋਕ ਕਬੂਲ ਲੈਣ ਜੋ ਤੁਸੀਂ ਬਣਾਇਆ ਨਾ, ਅਤੇ ਜਦੋਂ ਉਹ ਕਬੂਲ ਲੈਂਦੇ ਫਿਰ ਥੋੜ੍ਹਾ ਲੱਗਦਾ ਕਿ ਠੀਕ ਹੈ ਯਾਰ ਮਿਹਨਤ ਨੂੰ ਫਲ ਲੱਗ ਗਿਆ। ਹੰਸਰਾਜ ਹੰਸ ਜੀ ਦੇ ਅਤੇ ਸਰਦੂਲ ਸਿਕੰਦਰ ਜੀ ਦੇ ਫੈਨ ਹੋ, ਕਦੇ ਉਹਨਾਂ ਨਾਲ ਸਟੇਜ ਸ਼ੇਅਰ ਕੀਤੀ? ਹਾਂ ਬਿਲਕੁਲ, ਮੈਂ ਅਤੇ ਹੰਸ ਭਾਅ ਜੀ ਨੇ ਇਕੱਠਿਆਂ ਨੇ, ਹੰਸ ਭਾਅ ਜੀ ਨੇ ਮੇਰਾ ਗੀਤ ਗਾਇਆ ਇੱਕ ਮੇਰਾ ਦਿਲ, ਅਸੀਂ ਇਕੱਠਿਆਂ ਨੇ, ਤੁਸੀਂ ਯੂਟਿਊਬ 'ਤੇ ਦੇਖੀ ਕਿਤੇ ਪਿਆ ਹੋਣਾ ਉਹ। ਕਿਵੇਂ ਫੀਲ ਹੋਇਆ ਤੁਹਾਨੂੰ ਵੀ ਜਿਹਨੂੰ ਤੁਸੀਂ ਸੁਣਦੇ ਹੋ, ਪਸੰਦ ਕਰਦੇ ਹੋ, ਉਹ ਸ਼ਖਸ ਤੁਹਾਡੇ ਸਾਹਮਣੇ ਆ ਕੇ ਬਹਿ ਗਿਆ? ਬਹੁਤ ਬਹੁਤ ਪ੍ਰਾਊਡ ਹੁੰਦਾ। ਸਰਦੂਲ ਭਾਅ ਜੀ ਨਾਲ ਤਾਂ ਮੇਰਾ ਬਹੁਤ ਸੀ, ਬਹੁਤ ਜ਼ਿਆਦਾ ਪਿਆਰ, ਹੰਸ ਭਾਅ ਜੀ ਨਾਲ ਵੀ ਉਹਨੇ, ਪਰ ਸਰਦੂਲ ਭਾਅ ਜੀ ਨਾ ਹੰਸ ਭਾਅ ਜੀ ਨਾਲ ਗੱਲ ਕਰਦੇ ਥੋੜ੍ਹਾ ਝਿਜਕਦੇ ਆ, ਕਿਉਂਕਿ ਉਹਨਾਂ ਦਾ ਔਰਾ ਹੈ ਥੋੜ੍ਹਾ ਜਿਹਾ, ਇੱਕ ਨਾ ਉਹ ਕਈ ਵਾਰੀ ਤਾਂ ਬਹੁਤ ਫਰੈਂਕਲੀ ਹੋ ਜਾਂਦੇ ਤੁਹਾਡੇ ਨਾਲ ਹੰਸ ਭਾਅ ਜੀ, ਕਈ ਵਾਰੀ ਉਹ ਬਿਲਕੁਲ ਸ਼ਾਂਤ ਹੋ ਜਾਂਦੇ ਆ, ਇਸ ਕਰਕੇ ਉਹਨਾਂ ਨਾਲ ਕਈ ਵਾਰੀ ਗੱਲ ਕਰਨ ਲੱਗੇ ਥੋੜ੍ਹੇ ਝਿਜਕਦੇ ਆ, ਲੇਕਿਨ ਸਰਦੂਲ ਭਾਅ ਜੀ ਨਾ ਇੱਦਾਂ ਨਹੀਂ ਸੀ ਲੱਗਦਾ, ਉਹ ਇੱਦਾਂ ਲੱਗਦਾ ਜਿੱਦਾਂ ਯਾਰ ਉਹ ਜਿੰਨੇ ਵੱਡੇ ਆਰਟਿਸਟ ਸੀ ਨਾ ਉਹਨੇ ਉਹ ਡਾਊਨ ਟੂ ਅਰਥ ਸੀ, ਉਹ ਇੱਦਾਂ ਉਹਨਾਂ ਨਾਲ ਬਹਿ ਕੇ ਇੱਦਾਂ ਲੱਗਦਾ ਨਹੀਂ ਮੈਂ ਛੋਟਾ ਹਾਂ, ਉਹ ਇੱਦਾਂ ਦਾ ਅਹਿਸਾਸ ਨਹੀਂ ਸੀ ਕਰਾਉਂਦੇ, ਅਰੇ ਮੈਂ ਵੀ ਤੇਰੇ ਵਰਗਾ ਯਾਰ ਕੋਈ ਗੱਲ ਨਹੀਂ, ਹੈ ਨਾ। ਉਹਨਾਂ ਨਾਲ ਖੁੱਲੀਆਂ ਗੱਲਾਂ ਕਰ ਲੈਂਦੇ, ਉਹ ਛੇੜ ਵੀ ਨਹੀਂ ਦਿੰਦੇ, ਕਿੱਥੋਂ ਆਇਆ ਹੋਇਆ ਤੂੰ ਅੱਜ, ਬੜਾ ਤੂੰ ਸੂਟ ਬੂਟ ਪਾਇਆ, ਮਤਲਬ ਇੱਦਾਂ ਦੀਆਂ ਵੀ ਹੈ ਨਾ। ਅੱਛਾ, ਉਹ ਜਿੱਦਾਂ ਦੇ ਉਹ ਕਲਾਕਾਰ ਇੱਦਾਂ ਕਦੇ ਮਿਲਦੇ ਹੁੰਦੇ ਸੀ ਲੰਚ ਤੇ ਕਦੇ ਡਿਨਰ ਤੇ? ਹਾਂ ਕਈ ਵਾਰੀ ਮੈਂ ਕਦੇ ਖੰਨੇ ਜਾਂਦਾ ਸੀ ਨਾ, ਉਦੋਂ ਕਦੇ ਦਿੱਲੀ ਨੂੰ ਜਾਣਾ, ਖੰਨਾ ਕਦੇ ਲੰਘਿਆ ਨਹੀਂ ਸੀ ਸਾਨੂੰ, ਘਰ ਹੋ ਕੇ ਜਾਣਾ, ਭਾਅ ਜੀ ਨੂੰ ਪਤਾ ਲੱਗਿਆ, ਫਿਰ ਜਾਣਾ ਸਾਡੀ ਮਰਜ਼ੀ ਦਾ ਹੁੰਦਾ ਸੀ, ਆਉਣਾ ਉਹਨਾਂ ਦੀ ਮਰਜ਼ੀ ਦਾ, ਜਦੋਂ ਤੁਹਾਨੂੰ ਛੱਡਣ ਮਿਹਨਤਾਂ ਕਰਕੇ ਆਈਦਾ, ਭਾਅ ਜੀ ਮੇਰਾ ਪ੍ਰੋਗਰਾਮ ਆ, ਝੂਠ ਬੋਲਦਾ ਬਹਿ ਜਾ ਨਾ, ਰੋਟੀ ਖਾ ਕੇ ਜਾ, ਹਾਂ ਉਹਨਾਂ ਦਾ ਸੁਭਾਅ ਇੱਦਾਂ ਦਾ, ਸਾਰੀ ਫੈਮਿਲੀ ਇੱਦਾਂ ਨਾ, ਭਾਬੀ ਜੀ ਵੀ ਬੜਾ ਪਿਆਰ ਕਰਦੇ ਆ, ਅਜੇ ਵੀ ਚਲੋ ਸਾਡਾ ਉਹਨਾਂ ਨਾਲ ਰਾਬਤਾ ਬਣਿਆ, ਭਾਬੀ ਨਾਲ ਅਕਸਰ ਗੱਲ ਹੁੰਦੀ ਰਹਿੰਦੀ ਹੈ। ਬਿਲਕੁਲ, ਉਹਨਾਂ ਉਦਾਂ ਦੇ ਆਰਟਿਸਟ ਦੁਆਰਾ ਪੈਦਾ ਨਹੀਂ ਹੋਣੇ, ਉਹ ਕਮਾਲ ਦੇ ਆਰਟਿਸਟ, ਇਹ ਤਾਂ ਹੈ।
ਖੰਨੇ ਤੋਂ ਉਹਨਾਂ ਦੀ ਗਾਣੇ ਦੀ ਲਾਈਨ ਯਾਦ ਆ ਗਈ ਮੈਨੂੰ। ਸੁਣਾਓ ਕਿਹੜੀ ਸੀ? ਮੈਂ ਸੁਣਾਓ ਉਦਾਂ ਯਾਦ ਹੈ ਉਦਾਂ ਸੁਣਾ ਦੇ ਬੋਲ ਕੇ। ਨਹੀਂ ਉਹ ਇੱਕ ਲਾਈਨ ਨਹੀਂ ਸੀ, ਤੈਨੂੰ ਖੰਨਾ ਯਾਰ ਉਹ ਕਿਹੜਾ ਗਾਣਾ ਸੀ? ਨਹੀਂ 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 ਉਹ ਸੈਡ ਸੌਂਗ ਹੈ, ਬਹੁਤ ਤਗੜਾ ਸੈਡ ਸੌਂਗ ਹੈ। ਕੀ ਸੀਗਾ? ਚੱਲ ਹੁਣ ਆਪਾਂ ਵੀ ਛੱਡੋ, ਬੱਤੀਆਂ ਬੁੱਝ ਜਾਣੀ ਉਧਰ, ਮੋਮਬੱਤੀਆਂ ਨਾ ਬੁੱਝ ਜਾਣਾ। ਇਹ ਮੈਂ ਕੱਟ ਕਰ ਦੇਣਾ, ਦਿਸ ਇਜ਼ ਮਾਈ ਸ਼ੋਅ। ਤੁਸੀਂ ਤਿੰਨ ਚਾਰ ਵਾਰੀ ਕਿਹਾ, ਮੈਂ ਤਾਂ ਇੱਕ ਵਾਰੀ ਕਿਹਾ। ਐਵੇਂ ਕਿਵੇਂ ਐਵੇਂ ਕਿਵੇਂ? ਚਲੋ ਅੱਛਾ ਕਲੀਰ ਜੀ, ਮੈਂ ਆਪਣੇ ਆਫਕੋਰਸ ਮੈਂ ਕਿੰਨੀ ਟਾਈਮ ਹੋ ਗਿਆ ਮੈਨੂੰ ਕੰਮ ਕਰਦੇ, ਹੈ ਨਾ, ਮੈਂ ਆਪਣੇ ਕੋਈ ਪੁਰਾਣਾ ਵੀਡੀਓ ਦੇਖਦੀ ਹਾਂ ਤੇ ਮੈਂ ਸੋਚਦੀ ਯਾਰ ਮਾਹੀ ਤੂੰ ਇੱਥੇ ਕੀ ਕਰਦੀ ਸੀ, ਇੱਥੇ ਕਿੱਦਾਂ ਦਾ ਕੱਪੜੇ ਪਾਏ? ਤੁਸੀਂ ਕਦੇ ਇੱਦਾਂ ਸੋਚਿਆ ਵੀ ਮੈਂ ਇੱਥੇ ਕੀ ਕਰਦਾ ਸੀ ਕਲੇਰਾ? ਅਸਲ 'ਚ ਨਾ, ਅਸਲ 'ਚ ਜਦੋਂ ਆਪਾਂ ਸ਼ੁਰੂ ਹੁੰਦੇ ਨਾ, ਤੁਸੀਂ ਅੱਜ ਕੋਈ ਪੁਰਾਣੀਆਂ ਪਿਕਚਰਾਂ ਦੇਖ ਲਓ, ਤੁਸੀਂ ਚਾਹੇ ਸਲਮਾਨ ਖਾਨ ਦੀ ਕਿਸੇ ਦੀ ਪਿਕਚਰ ਦੇਖ ਲਓ, ਉਹਦੇ ਵਿੱਚ ਹੋਰ ਹੀ ਸਟਾਈਲ, ਖੁੱਲ੍ਹੇ ਖੁੱਲ੍ਹੇ ਜਾਂ ਕੋਟ, ਖੁੱਲ੍ਹੀਆਂ ਖੁੱਲ੍ਹੀਆਂ ਪੈਂਟਾਂ। ਆਪਾਂ ਵੀ ਜਦੋਂ ਕੰਮ ਕਰਦੇ ਨਾ, ਉਦੋਂ ਕੋਈ ਫੈਸ਼ਨ ਹੋਰ ਚੱਲਦਾ ਸੀ, ਉਦੋਂ ਆਪਾਂ ਨੂੰ ਉਹ ਸੋਹਣਾ ਲੱਗਦਾ ਸੀ, ਜਾਂ ਜਿਹੜੇ ਆਪਣੇ ਵੀਡੀਓ ਡਾਇਰੈਕਟਰ ਉਹ ਕਹਿੰਦੇ ਸੀ ਯਾਰ ਇੱਦਾਂ ਦਾ ਹੀ ਪਾਓ, ਆਹ ਅੱਛਾ ਲੱਗੇਗਾ। ਜਿੱਦਾਂ ਜਿੱਦਾਂ ਉਹ ਦੌਰ ਚੇਂਜ ਹੋਈ ਜਾਂਦਾ, ਉਦੋਂ ਦਾ ਫੈਸ਼ਨ ਵੀ ਚੇਂਜ ਹੋ ਜਾਂਦਾ, ਫਿਰ ਤੁਹਾਨੂੰ ਲੱਗਦਾ ਯਾਰ ਆਹ ਮੈਂ ਕੀ ਪਾਇਆ ਸੀ, ਮੈਂ ਕੀ ਬਣਿਆ ਕੀ ਹੈ, ਮੈਂ ਬਣਿਆ ਕੀ ਹਾਂ। ਕੋਈ ਇੱਦਾਂ ਦਾ ਵੀਡੀਓ ਜਿਹੜਾ ਜਿੱਥੇ ਜ਼ਿਆਦਾ ਹਾਸਾ ਆਉਂਦਾ? ਮੇਰੇ ਤਾਂ ਬਹੁਤ ਹੀ ਹਾਸੇ ਵਾਲੇ ਆ ਨਾ, ਤੁਸੀਂ ਕਹਿੰਦੇ ਯਾਰ ਇਹ ਨਾ ਲਾਓ। ਮੈਨੂੰ ਤਾਂ ਹੋਣਾ, ਦੇਖੋ ਨਾ ਇਹ ਜ਼ਿੰਦਗੀ ਆ, ਤੁਹਾਨੂੰ ਪਤਾ ਲੱਗਦਾ ਕਦੋਂ ਤੁਹਾਡੀ ਲੰਘੀ ਜਾ ਰਹੀ ਨਾ। ਮੈਨੂੰ ਹੁਣ ਲੱਗਦਾ ਜਿੱਦਾਂ ਕਿ ਯਾਰ ਵੀ ਹੁਣ ਨਾ ਕੰਮ ਕਰਨ ਦਾ ਥੋੜ੍ਹਾ ਜਿਹਾ ਵੱਲ ਆਇਆ ਸੀ, ਥੋੜ੍ਹਾ ਜਿਹਾ ਜਿੱਦਾਂ ਕੰਮ ਕਰਨ ਦਾ ਤਰੀਕਾ ਆਇਆ ਮਾੜਾ ਜਿਹਾ, ਅਤੇ ਹੁਣ ਉਮਰ ਭੱਜੀ ਜਾ ਰਹੀ ਆ। ਉਹ ਬੰਦੇ ਨੂੰ ਇਹ ਵੀ ਹੁੰਦਾ ਕਿ ਜਦੋਂ 25-30 ਸਾਲ ਪਹਿਲਾਂ ਜੇ ਕਹਿ ਲਓ, ਉਦੋਂ ਇੰਨਾ ਕੁ ਕੰਮ ਕਰਨਾ ਆਉਂਦਾ ਤਾਂ ਕਿੰਨਾ ਵਧੀਆ ਸੀ। ਤੁਸੀਂ ਤਾਂ ਹੀ ਕਹਿ ਰਹੇ ਸੀ ਵੀ ਮੈਂ ਜੇ ਮੇਰੇ ਕੋਲ ਸੁਪਰ ਪਾਵਰ ਹੋਵੇ, ਕਿਉਂਕਿ ਹੁਣ ਮਾੜਾ ਜਿਹਾ ਕੰਮ ਕਰਨ ਦਾ ਵੱਲ ਆਇਆ ਥੋੜ੍ਹਾ ਜਿਹਾ। ਤੁਹਾਡੀ ਉਮਰ ਕਿਤੇ ਨਹੀਂ ਭੱਜ ਰਹੀ, ਅਤੇ ਫਿਰ ਵੀ ਚਲੋ ਮੈਂ ਲੱਗਣ ਨਹੀਂ ਦਿੰਦਾ, ਭੱਜ ਤਾਂ ਰਹੀ ਹੈ। ਨਹੀਂ 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 ਭੱਜ ਰਹੀ, ਨਹੀਂ ਭੱਜ ਰਹੀ, ਅਤੇ ਮਾਲਕ ਤੁਹਾਨੂੰ ਇੱਦਾਂ ਹੀ ਤੰਦਰੁਸਤ ਰੱਖੇ। ਥੈਂਕ ਯੂ, ਅਤੇ ਤੁਸੀਂ ਇੱਦਾਂ ਹੀ ਯੰਗ ਰਹੋ। ਮਿਹਰਬਾਨੀ ਮਿਹਰਬਾਨੀ, ਬਸ ਇਹ ਦੁਆਵਾਂ ਹੀ ਰੱਖਦੀਆਂ ਜੰਗ, ਹੈ ਨਾ। ਸਾਡੀਆਂ ਗੱਲਾਂ ਨਹੀਂ ਮੁੱਕਣੀਆਂ ਸਰ, ਸਾਨੂੰ ਮੁਕਾਉਣੀਆਂ ਹੀ ਪੈਣੀਆਂ। ਅੱਛਾ ਟਾਈਮ ਹੋ ਗਿਆ? ਹਾਂਜੀ, ਸਾਡੇ ਸਵਾਲ ਵੀ ਖਤਮ ਹੋ ਗਏ। ਤੁਸੀਂ ਕੁਛ ਏਦਾਂ ਮਤਲਬ ਵਧੀਆ ਗੱਲਾਂ ਵੀ ਕੀਤੀਆਂ ਸੀ ਵੀ ਤੈਨੂੰ ਏਦਾਂ ਨੀ, ਤੁਹਾਨੂੰ ਏਦਾਂ ਕਰਨਾ ਚਾਹੀਦਾ, ਹੈ ਨਾ। ਮੈਨੂੰ ਏਦਾਂ ਲੱਗਦਾ ਆਪਾਂ ਜਿੱਦਾਂ ਬਈ ਕੋਈ ਇੰਟਰਵਿਊ ਨਹੀਂ, ਵੀ ਆਪਾਂ ਕੋਈ ਮਿੱਥੀ ਕੁਛ ਕਰ ਰਹੇ ਹਾਂ। ਹਾਂਜੀ, ਜੋ ਹੋਇਆ ਉਹ ਇਹ ਏਦਾਂ ਹੀ ਹੈ। ਮਹਿਫਿਲ ਤਾਂ ਇੱਥੇ ਇੰਟਰਵਿਊ ਵਾਲਾ ਸ਼ਬਦ ਹੀ ਨਹੀਂ ਹੈ। ਹਾਂਜੀ, ਮਹਿਫਲ 'ਚ ਮੈਨੂੰ ਬਹੁਤ ਮਜ਼ਾ ਆਇਆ, ਬਹੁਤ ਚੰਗਾ ਮਜ਼ਾ ਆਇਆ ਨਾ। ਤੁਸੀਂ ਚਾਹ ਪਾਣੀ ਲਾਓਗੇ? ਅੱਛਾ, ਚਾਹ ਪਾਣੀ ਤੁਸੀਂ ਬਾਅਦ 'ਚ ਪਿਓਨੇ ਆ? ਅਸੀਂ ਸੋਚਿਆ ਵੀ ਮਤਲਬ ਪਹਿਲਾਂ ਗੱਲਾਂ ਬਾਤਾਂ ਹੋ ਜਾਣ, ਫਿਰ ਚਾਹ ਪਾਣੀ ਪੀ ਲਾਂਗੇ। ਹਾਂ, ਮੰਗਾ ਲੈਂਦੇ ਅਸੀਂ ਪਕੌੜੇ। ਨਹੀਂ, ਪਕੌੜੇ ਕਲਾਕਾਰ ਥੋੜੀ ਖਾਂਦੇ ਆ ਨਾ। ਕੀ ਖਾਓਗੇ ਤੁਸੀਂ? ਕਾਫੀ ਵੀ ਮੰਗਾ ਲਓ। ਨਹੀਂ ਨਹੀਂ, ਸੈਂਡਵਿਚ ਜਿਹਾ ਖਾ ਲਾਂਗੇ, ਕੋਈ ਸਿੰਪਲ ਸੈਂਡਵਿਚ। ਇਹ ਵੀ ਡਾਈਟ ਵਾਲੀ ਚੀਜ਼ ਹੈ। ਮਿੱਠਾ ਲਾਓਗੇ? ਨਹੀਂ, ਮਿੱਠਾ ਤਾਂ ਬਿਲਕੁਲ ਨਹੀਂ ਗਾਇਸ। ਤੇ ਹੁਣ ਅਗਰ ਤੁਹਾਡੇ ਦਿਲ 'ਚ ਕੋਈ ਸਵਾਲ ਹੋਵੇ, ਵੀ ਮਾਹੀ ਮੈਂ ਤੈਨੂੰ ਇੱਕ ਸਵਾਲ ਕਰਨਾ ਚਾਹੁੰਦਾ, ਦੋ ਕਰਨਾ ਚਾਹੁੰਦਾ, ਤੁਸੀਂ ਵੀ ਕਰ ਸਕਦੇ ਹੋ, ਆਫਕੋਰਸ ਆਫਟਰ ਆਲ ਮੈਂ ਵੀ ਆਰਟਿਸਟ ਹਾਂ। ਜਦੋਂ ਆਪਾਂ ਜਦੋਂ ਆਪਾਂ ਗਾਣਾ ਕੀਤਾ ਸੀ ਨਾ, ਉਦੋਂ ਮਾਹੀ ਥੋੜ੍ਹੀ ਜਿਹੀ ਵੱਡੀ ਲੱਗਦੀ ਸੀ, ਹੁਣ ਛੋਟੀ ਹੋ ਗਈ, ਕੀ ਰਾਜ ਹੈ? ਇਹ ਤੁਸੀਂ ਮੇਰੇ ਵਾਲੀ ਗੱਲ ਮੇਰੇ ਤੇ ਮਾਰੀ ਹੈ। ਨਹੀਂ ਨਹੀਂ, ਸੱਚੀ ਗੱਲ, ਸੌ ਖਾਓ। ਹਾਂ ਬਿਲਕੁਲ, ਸਕਿਨੀ ਹੋ ਗਿਆ ਫੇਸ, ਹੋਰ ਮੈਨੂੰ ਏਦਾਂ ਲੱਗ ਰਿਹਾ ਮੈਂ ਮੋਟੀ ਹੋ ਗਈ ਹਾਂ। ਨਹੀਂ ਨਹੀਂ ਨਹੀਂ, ਪਿਛਲਾ ਵੀਡੀਓ ਹੁਣੇ ਕੱਢ ਕੇ ਵੇਖ ਲਓ। ਮੈਂ ਕੱਲ ਹੀ ਦੇਖਿਆ। ਹਾਂ ਤਾਂ ਫਿਰ ਅੱਗੇ ਨਾਲੋਂ ਸਕਿਨੀ ਹੋਏ ਆ? ਨਹੀਂ, ਮੈਨੂੰ ਤਾਂ ਕੱਲ ਕੋਈ ਸਾਡੇ ਸ਼ੋਅ ਦੇ ਰਾਈਟਰ ਸਾਹਿਬ ਕਹਿ ਰਹੇ ਸੀ, ਮਾਹੀ ਜੀ ਤੁਸੀਂ ਤਾਂ ਪਹਿਲਾਂ ਵੀ ਇਦਾਂ ਦੇ ਸੀਗੇ, ਅੱਜ ਵੀ ਇਦਾਂ ਦੇ ਹੋ। ਉਹਨਾਂ ਨੇ ਫਿਰ ਮੇਰੀ ਨਜ਼ਰ ਨਾਲ ਨਹੀਂ ਦੇਖਿਆ। ਹੁਣ ਮਤਲਬ ਕਹਿਣ ਦਾ ਭਾਵ ਹੈ
ਕਿ ਮੈਂ ਜ਼ਿਆਦਾ ਸੋਹਣੀ ਹੋ ਗਈ ਹਾਂ? ਪਤਲੇ ਵੀ ਹੋ ਗਏ ਅੱਗੇ ਨਾਲੋਂ, ਸੋਹਣੇ ਵੀ, ਸੋਹਣੇ ਤਾਂ ਤੁਸੀਂ ਪਹਿਲਾਂ ਸੀ, ਅੱਗੇ ਨਾਲੋਂ ਸਕਿਨ ਹੀ ਹੋ ਗਏ। ਵਧੀਆ, ਇੱਧਰ ਰਹੋ, ਤੁਸੀਂ ਮੇਰੀਆਂ ਵੀ ਦੁਆਵਾਂ। ਮੇਰੀ ਹਵਾ ਥੋੜ੍ਹੀ ਟਾਈਟ ਹੋ ਗਈ ਹੈ। ਹਵਾ ਨਹੀਂ ਖਰਾਬ ਕਰੀ ਦੀ, ਬਸ ਮੇਰੀ ਬਾਲੀ ਇੱਥੇ ਰੱਖੀ ਦੀ, ਇੱਥੇ ਨਹੀਂ ਰੱਖੀ ਦੀ। ਨਹੀਂ, ਮੇਰੀ ਇੱਥੇ ਹੀ ਹੈ ਸਰ। ਬਸ ਇੱਦਾਂ ਹੀ, ਜਿਨ੍ਹਾਂ ਨਾਲ ਇੱਥੇ ਰੱਖਣੀ ਉਹਨਾਂ ਨਾਲ ਰੱਖਣੀ ਵੀ ਪੈਂਦੀ ਹੈ। ਹਾਂ, ਇਹ ਵੀ ਇੰਡਸਟਰੀ ਦਾ ਅਸੂਲ ਹੈ, ਅਸੂਲ ਨੰਬਰ 1 ਹੈ। ਹਾਂ, ਜਿੱਥੇ ਐਟੀਟਿਊਡ ਦੀ ਲੋੜ ਆ ਉੱਥੇ ਦਿਖਾਓ। ਮੇਰਾ ਵੀ ਕੁਝ ਇਦਾਂ ਦਾ ਸੁਭਾਅ ਹੈ ਕਿ ਬੇਫਜ਼ੂਲਾ ਕੰਠ ਕਲੀਅਰ ਨਹੀਂ ਅੜਿਆ ਰਹਿਣਾ ਚਾਹੀਦਾ 24 ਘੰਟੇ। ਠੀਕ ਨੀ, ਜ਼ਿੰਦਗੀ 'ਚ ਨੋਰਮਲ ਰਹੋ, ਸਾਰੇ ਇੱਕੋ ਜਿਹਾ ਹੀ ਆ, ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ, ਹਰ ਇੱਕ ਨੂੰ ਆਪਣਾ ਕੰਮ ਚੰਗਾ ਲੱਗਦਾ। ਹਾਂ, ਜਿੱਥੇ ਤੁਹਾਨੂੰ ਕਿਤੇ ਲੋੜ ਪੈਂਦੀ ਹੈ। ਅਜੇ ਮੇਰਾ ਬ੍ਰਦਰ, ਜੇ ਮੈਂ ਇੱਕ ਮਿੰਟ ਸਮਰੀ ਦੀ ਵੀ ਗੱਲ ਕਰਦਾ, ਮੇਰੇ ਪੈਰ 'ਤੇ ਪੈਰ ਮਾਰੋ, ਉਹ ਭਾਜੀ ਮਾੜਾ ਜਿਹਾ ਰੱਖੋ, ਮੈਂ ਕੀ ਹੋਇਆ ਯਾਰ, ਤੁਸੀਂ ਕਹਿੰਦੇ ਨਹੀਂ ਕੁਛ, ਮੈਂ ਕਿਹਾ ਯਾਰ ਕੀ ਕਹਿਣਾ, ਠੀਕ ਤਾਂ ਹੈਗਾ ਸਾਰਾ ਕੁਛ, ਹੈ ਨਾ। ਅੱਛਾ, ਜੇ ਹੋਟਲ ਥੋੜ੍ਹਾ ਜਿਹਾ ਠੀਕ ਨਹੀਂ ਕਰਾਇਆ ਅਗਲਿਆਂ ਨੇ, ਭਾਜੀ ਚੱਕ ਦਿਓ। ਮੈਂ ਕਿਹਾ ਯਾਰ, ਗੱਲਾਂ ਨੂੰ ਮੈਂ ਬਹੁਤ ਸ਼ੇਰ ਆ, ਮੈਂ ਥੋੜ੍ਹਾ ਜਿਹਾ ਘੱਟ ਸ਼ੇਰ ਆ। ਮੈਂ ਕਹਿੰਦਾ ਯਾਰ, 2 ਘੰਟਿਆਂ ਨੂੰ ਸਟੇਜ 'ਤੇ ਚੱਲ ਜਾਣਾ, ਜੇ 3 ਸਟਾਰ ਹੈ ਤਾਂ ਬੁੱਤਾ ਲਾਓ, ਕੋਈ ਗੱਲ ਨਹੀਂ ਯਾਰ। ਅੱਛਾ, ਜੇ ਕਿਸੇ ਨੂੰ 4 ਕਮਰੇ ਕਹੇ, 2 ਕਿਰਾਇਆ, ਤਾਂ ਚੱਕ ਦਿਓ ਯਾਰ, ਤਾਂ ਚੱਕ ਦਿਓ, ਕੁਛ ਨਹੀਂ। ਉਹ ਯਾਰ ਸਹੀ ਕਹਿੰਦੇ ਹੁੰਦੇ, ਮੈਨੇਜਰ ਦੀ ਸੁਣਨੀ ਚਾਹੀਦੀ ਹੈ, ਪਰ ਕਿਤੇ ਕਿਤੇ ਮੈਨੇਜਰ ਗਲਤ ਵੀ ਹੁੰਦੇ। ਪਰ ਜ਼ਿਆਦਾ ਨਹੀਂ ਕਰਨਾ ਚਾਹੀਦਾ, ਅਗਲੇ ਨੂੰ ਲੱਗੇ ਨਾ ਯਾਰ ਸਾਨੂੰ ਤਾਂ ਇਰੀਟੇਟ ਹੀ ਕਰ ਰਿਹਾ ਬੰਦਾ। ਮੇਰੀ ਟੀਮ ਨੂੰ ਪਤਾ ਹੈ, ਤਾਂ ਆਪ ਹੀ ਚੱਕ ਕੇ ਰੱਖਦੀ ਹੈ ਕੰਮ, ਅਸੀਂ ਕੀ ਕਹਿਣਾ। ਮੈਂ ਵੀ ਥੋੜ੍ਹਾ ਹੁਣ ਚੱਕ ਕੇ ਰੱਖਿਆ ਕਰੂੰਗਾ, ਹੈ ਨਾ। ਸਨੈਪਚੈਟ ਵੀ ਯੂਜ਼ ਕਰਦੇ ਤੁਸੀਂ? ਹਾਂਜੀ, ਕਦੇ ਕਦੇ, ਕਦੇ ਕਦੇ ਕਰ ਲਿਆ। ਮੈਂ ਬਹੁਤ, ਤੁਸੀਂ ਦੇਖੋ ਤੇ ਮੇਰੇ ਫਾਲੋਅਰ ਬੜੇ ਘੱਟ ਹੋਣੇ ਆ, ਹੁਣ ਸ਼ਾਇਦ ਵਧਣੇ ਸ਼ੁਰੂ ਹੋ ਜਾਣ। ਮੈਂ ਕਹੀ ਜਾਣਾ ਘੱਟਿਆ ਨਾ, ਹੈ ਨਾ, ਕਿਉਂਕਿ ਮੈਂ ਗੱਲ ਹੀ ਘੱਟ ਕਰਦਾ ਤੇ ਹੁਣ ਜ਼ਿਆਦਾ ਗੱਲਾਂ ਕਰਿਆ ਕਰੋ। ਚਲੋ, ਹੁਣ ਮੈਂ ਸਨੈਪਚੈਟਾਂ ਦੀ ਸਟੋਰੀਆਂ ਪਾ ਦਿਆ ਕਰਨੀਆਂ, ਦੱਬ ਕੇ ਪਾ ਦਿਆ ਕਰਨੀਆਂ, ਦੱਬ ਕੇ ਪਾਓ, ਪਤਾ ਲੱਗੇ ਵੀ ਕਿ ਤੁਸੀਂ ਕੀ ਖਾ ਰਹੇ ਹੋ, ਅੱਜ ਕੀ ਖਾ ਰਹੇ ਹੋ, ਕਿੰਨੇ ਟਾਈਮ ਤੇ ਉੱਠ ਰਹੇ ਹੋ, ਕੀ ਕਰ ਰਹੇ ਹੋ, ਸ਼ੂ ਅੱਜ ਮੈਂ ਕਿਹੜੇ ਲਏ ਆ, ਸ਼ੂ ਅੱਜ ਕਿਹੜੇ, ਹਾਂ ਅੱਜ ਕੱਲ ਇਹ ਵੀ ਬਹੁਤ ਚੱਲਦਾ, ਸ਼ੂ ਮੈਂ ਅੱਜ ਆਹ ਲਏ ਆ, ਅੱਜ ਮੈਂ ਬਰਗਰ ਖਾ ਲਿਆ, ਅੱਜ ਮੈਂ ਜਿਮ ਚੱਲਿਆ ਹੁਣੇ, ਅੱਜ ਮੈਂ ਘੜੀ ਆ ਪਾਈ ਆ, ਹੈਂਜੀ। ਤੇ ਪਰ ਪਤਾ ਮੈਨੂੰ ਪਤਾ ਕੀ ਲੱਗਦਾ ਯਾਰ, ਇਹ ਕੀ ਆ ਗੱਲਾਂ ਨਾ, ਅੱਜ ਕੱਲ੍ਹ ਮੈਂ ਦੇਖਦਾ ਜਦੋਂ ਕਿਸੇ ਸਨੈਪਚੈਟ ਨਾ ਜਾਂ ਸਟੋਰੀਆਂ, ਕੁਛ ਇੱਦਾਂ ਦਾ ਹੁੰਦਾ, ਬਰਗਰ ਦੀ ਐਂ ਕਲੋਜ਼ ਐਂ ਦੂਰੋਂ ਨਾਲੇ ਮਾਰਿਆ ਹੁੰਦਾ ਨਾ, ਚਾਹ ਦੇ ਕੱਪ 'ਤੇ ਮਾਰਿਆ ਹੁੰਦਾ ਨਾ, ਕਲੋਜ਼ ਆ ਦੂਰੋਂ ਨੇੜੇ, ਮੈਂ ਯਾਰ ਇਹ ਮਤਲਬ ਕੀ ਆ, ਚਾਹ ਤਾਂ ਸਾਰੇ ਪੀਂਦੇ ਨੇ ਪਰ ਪੌਂਦੇ ਆ ਇੱਦਾਂ ਸਾਰੇ, ਪੌਣੀਆਂ ਪੈਂਦੀਆਂ। ਉਹ ਮੈਨੂੰ ਲੱਗਦਾ ਯਾਰ ਅਜੀਬ ਜਿਹੀ ਗੱਲ ਸ਼ਾਇਦ ਇਹ ਨਹੀਂ, ਉਹ ਆਰਟਿਸਟ ਨਾਲ ਨਾ ਤੁਹਾਡੀ ਆਡੀਅੰਸ ਕਨੈਕਟ ਰਹਿੰਦੀ ਹੈ, ਉਹ ਇਦਾਂ ਫੀਲ ਕਰਦੀ ਹੈ ਕਿ ਯਾਰ ਅਸੀਂ ਇਹਨੂੰ ਜਾਣਦੇ ਹਾਂ ਪਰਸਨਲੀ। ਅੱਛਾ, ਇਦਾਂ ਲੱਗਦਾ, ਮੈਨੂੰ ਲੱਗਦਾ ਐਵੇਂ ਕਹਿਣ ਫੁਕਰਾ ਹੀ ਯਾਰ, ਮੁਹੱਬਤ ਰਹਿੰਦੀ ਹੈ। ਨਹੀਂ ਨਹੀਂ ਨਹੀਂ, ਫੁਕਰਾ ਤਾਂ ਨਹੀਂ ਕਹਿੰਦੇ, ਨਹੀਂ ਜਿੱਤੋਂ ਆਪਾਂ ਸ਼ੋਅ ਆਫ ਕਰਨਾ, ਮੰਨ ਲਓ ਹੁਣ ਨਹੀਂ, ਮੈਂ ਤਾਂ ਕਰਦੀ ਨਹੀਂ ਸ਼ੋਅ, ਮੈਂ ਆਪਣੇ ਸ਼ੂਜ਼ ਦੀ ਫੋਟੋ ਪਾਵਾਂ, ਮੈਂ ਆ ਲਿਆ, ਮੈਂ ਫੋਨ ਆ ਲਿਆ, ਇਹ ਤਾਂ ਮੈਂ ਵੀ ਨਹੀਂ ਕਰਦੀ। ਹਾਂ, ਮੈਂ ਵੀ ਨਹੀਂ ਕਰਦੀ ਇਹ ਤਾਂ, ਅਸੀਂ ਸ਼ੂਜ਼ ਆਦੀ ਤਾਂ ਕਦੇ ਆ ਮੈਂ ਵੀ ਨਹੀਂ ਪਾਈ, ਪਰ ਕਦੇ ਕਿਸੇ ਨੂੰ ਜਿੱਦ 'ਚ ਦਿਖਾਉਣਾ ਹੋਵੇ ਫਿਰ ਅਸੀਂ ਕਰਦੇ। ਅੱਛਾ, ਜਿੱਦ ਵੀ ਕਰ ਲੈਂਦੇ ਹਾਂ? ਜਿੱਦ ਵੀ ਕਰ ਲੈਂਦੇ। ਜਿੱਦ ਨਹੀਂ ਕਰੀ? ਆਪਣੇ ਆਪ ਨਾਲ ਨਹੀਂ ਕਰਦੇ। ਹਾਂ, ਉਦਾਂ ਕਿਸੇ ਨਾਲ ਵੀ ਨਹੀਂ ਕਰੀਦੀ, ਉਹ ਜੇ ਕਰਦਾ ਹੋਊਗਾ ਤੇਰਾ ਭਲਾ ਹੋਵੇ, ਠੀਕ ਆ, ਖੁਸ਼ ਰਹਿ ਤੂੰ। ਕੋਈ ਦੇਖੋ, ਜਿੱਦ ਕਰਕੇ ਆਪਾਂ ਕੁਛ ਨਹੀਂ, ਆਪਣਾ ਗਵਾਵਾਂਗੇ, ਪੜਾਵਾਂਗੇ ਨਹੀਂ ਕਿਸੇ ਲਈ, ਆਪਾਂ ਮਾੜਾ ਜਿਹਾ ਵੀ ਸਾੜਾ ਰੱਖਾਂਗੇ, ਆਪਣੀ ਸਿਹਤ 'ਤੇ ਨੁਕਸਾਨ ਹੋਣਾ। ਤੁਸੀਂ ਬਸ ਕਹੋ ਤੂੰ ਆਪਣੇ ਥਾਂ ਖੁਸ਼ ਆ, ਆਪਾਂ ਆਪਣੇ ਥਾਂ। ਕੋਈ ਹੋਰ ਸਵਾਲ ਮੈਨੂੰ? ਬਸ ਠੀਕ ਹੈ, ਤੁਸੀਂ ਬਹੁਤ ਅੱਛਾ ਮੈਨੂੰ ਸਵਾਲ ਜਿਹੜੇ ਕੀਤੇ, ਸਾਰੇ ਸਵਾਲ ਮੈਨੂੰ ਲੱਗਦਾ ਹੋ ਹੀ ਗਏ, ਤੁਸੀਂ ਬਹੁਤ ਸਵਾਲ ਕਰਦੀਆਂ, ਅਸੀਂ ਤਾਂ ਗੱਲਾਂ ਹੀ ਕੀਤੀਆਂ ਜੀ, ਤੁਸੀਂ ਸਾਡੀਆਂ ਗੱਲਾਂ ਹੀ ਕਬੂਲ ਕਰੋ। ਹਾਂ, ਬਹੁਤ ਮੈਨੂੰ ਚੰਗਾ ਲੱਗਾ ਤੁਹਾਨੂੰ ਦੁਬਾਰਾ ਮਿਲ ਕੇ, ਤੁਹਾਡੀ ਮਹਿਫਿਲ 'ਚ ਆ ਕੇ। ਸ਼ੁਕਰੀਆ, ਇੱਦਾਂ ਇਹ ਮਹਿਫਲਾਂ ਜੁੜਦੀਆਂ ਰਹਿਣ, ਬਣਦੀਆਂ ਰਹਿਣ, ਬਿਲਕੁਲ ਬਿਲਕੁਲ, ਬੜਾ ਚੰਗਾ ਲੱਗਾ, ਥੈਂਕ ਯੂ। ਤੇ ਜਾਂਦੀ ਵਾਰ ਆਡੀਅੰਸ ਲਈ ਕੋਈ ਸੰਦੇਸ਼ ਜਾਂ ਗਾਣਾ? ਬਸ ਇੱਦਾਂ ਹੀ ਤੁਸੀਂ ਸੰਗੀਤ ਨੂੰ ਪਿਆਰ ਕਰਦੇ ਰਹੋ ਜੀ, ਨਸ਼ਿਆਂ ਤੋਂ ਦੂਰ ਰਹੋ ਜੀ, ਤੇ ਚੰਗਾ ਸੰਗੀਤ ਤੁਹਾਡੇ ਕਰਕੇ ਜਿਉਂਦਾ, ਤੁਸੀਂ ਚੰਗੇ ਸੰਗੀਤ ਨੂੰ ਪ੍ਰਮੋਟ ਕਰੋ, ਸੁਣੋ,
ਤੇ ਚੰਗਿਆਂ ਨੂੰ ਪ੍ਰਵਾਨਗੀ ਦਿਓ, ਇਹੀ ਹੱਥ ਜੋੜ ਕੇ ਬੇਨਤੀ ਹੈ। ਤੇ ਗੀਤ ਜਿਹੜਾ ਤੁਸੀਂ ਕਹਿੰਦੇ ਹੋ ਸੁਣਾ ਦਿੰਦੇ ਹਾਂ, ਆਉਣ ਦਿਓ ਨੀ ਸੁਣਾਓ ਕਿਹੜਾ। ਲੈ ਮੈਂ ਤੁਹਾਨੂੰ ਦੱਸਿਆ ਹੋਇਆ ਦੁੱਖ। ਅੱਛਾ ਦੁੱਖ। ਪਹਿਲਾਂ ਆਪਣਾ ਬਣਾ ਕੇ ਸਾਨੂੰ ਦਿਲ 'ਚ ਵਸਾ ਕੇ, ਉਹ ਪਹਿਲਾਂ ਆਪਣਾ ਬਣਾ ਕੇ ਸਾਨੂੰ ਦਿਲ 'ਚ ਵਸਾ ਕੇ, ਕੀਤਾ ਝੂਠੀਏ ਮਜ਼ਾਕ ਝੂਠੀਏ ਮਜ਼ਾਕ, ਸਾਡੇ ਸੱਚੇ ਪਿਆਰ ਦਾ ਨੀ ਉਹ ਗੱਲ ਦਿਲ 'ਤੇ, ਮੇਰੇ ਦਿਲ 'ਤੇ ਗੱਲ ਦਿਲ 'ਤੇ ਲੱਗੀ ਹੈ, ਦੁੱਖ ਇਹੋ ਮਾਰਦਾ ਨੀ ਗੱਲ ਦਿਲ 'ਤੇ ਲੱਗੀ ਹੈ, ਦੁੱਖ ਇਹੋ ਮਾਰਦਾ ਨੀ ਪਹਿਲਾਂ ਆਪਣਾ ਬਣਾ ਕੇ। ਹੁਣ ਮੈਂ ਪੂਰਾ ਗਾਇਆ, ਮੈਂ ਲਾਇਆ ਰਾਧਾ ਜੀ। ਹਾਂਜੀ ਮੈਂ ਦੇਖ ਰਹੀ ਹਾਂ। ਮੈਂ ਕਿਹਾ ਫਿਰ ਮਾਹੀ ਨੇ ਕਹਿਣਾ ਤੁਸੀਂ ਉਹ ਤਾਂ ਲਾਇਆ ਨੀ ਜਿਹੜਾ ਨਹੀਂ, ਸਟਾਰਟਿੰਗ 'ਚ ਉਹ ਨਹੀਂ ਲਾਇਆ ਜਿਹੜਾ ਹੈਗਾ, ਉਹ ਫਿਰ ਭੁੱਲ ਜਾਂਦਾ ਨਾ ਬੰਦਾ, ਹੈ ਨਾ। ਥੈਂਕ ਯੂ ਵੀ ਤੁਸੀਂ ਮੇਰੇ ਗਾਣੇ ਬਹੁਤ ਧਿਆਨ ਨਾਲ ਸੁਣਦੇ ਹੋ। ਤੇ ਸਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਮਾਹੀ ਦੀ ਮਹਿਫਲ 'ਚ ਆਏ ਤੇ ਇਹਨੂੰ ਚਾਰ ਚੰਨ ਲਾਏ, ਸਾਡੀ ਮਹਿਫਲ ਹੋਰ ਸੋਹਣੀ ਹੋ ਗਈ। ਬਹੁਤ ਮਿਹਰਬਾਨੀ ਇੱਕ ਵਾਰੀ ਫਿਰ ਤੋਂ ਤੁਹਾਡਾ, ਸਾਰਾ ਸਾਰੀ ਟੀਮ ਦਾ ਬਹੁਤ ਬਹੁਤ ਸਤਿਕਾਰ, ਬਹੁਤ ਬਹੁਤ ਧੰਨਵਾਦ। ਥੈਂਕਸ ਕਰ ਦੋ, ਬਾਅਦ 'ਚ ਮੈਨੂੰ ਮਿਹਣੇ ਦੇਏਗੀ। ਮੈਂ ਤਾਂ ਪਹਿਲਾਂ ਕਹਿੰਦਾ ਨਾ ਸਾਰੀ ਟੀਮ ਦਾ ਬਹੁਤ ਬਹੁਤ ਸਤਿਕਾਰ ਹੈ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਬਹੁਤ ਪ੍ਰੋਗਰਾਮ ਬਹੁਤ ਅੱਛਾ, ਇਨਸ਼ਾਅੱਲਾ ਮੇਰੀਆਂ ਬਹੁਤ ਸਾਰੀਆਂ ਦੁਆਵਾਂ ਕਿ ਤੁਹਾਡਾ ਇਹ ਪ੍ਰੋਗਰਾਮ ਮਾਹੀ ਦੀ ਮਹਿਫਿਲ ਸੁਪਰ ਡੁਪਰ ਹਿੱਟ ਹੋਏਗਾ, ਇਹ ਮੈਨੂੰ ਪੂਰੀ ਉਮੀਦ ਹੈ, ਕਿਉਂਕਿ ਤੁਹਾਡਾ ਸੈਟਅਪ ਔਰ ਤੁਹਾਡਾ ਇਹ ਤਰੀਕਾ ਜਿਹੜਾ ਇੰਟਰਵਿਊ ਕਰਨ ਦਾ, ਮਹਿਫਿਲ ਲਾਉਣ ਦਾ, ਇਹ ਮੈਨੂੰ ਬਹੁਤ ਹੀ ਚੰਗਾ ਲੱਗਾ। ਸੋ ਮੇਰੀਆਂ ਬਹੁਤ ਸਾਰੀਆਂ ਦੁਆਵਾਂ ਅਤੇ ਥੈਂਕ ਯੂ ਸੋ ਮੱਚ। ਥੈਂਕ ਯੂ ਜੀ, ਥੈਂਕ ਯੂ। ਅਸੀਂ ਬਸ ਸਰ ਜਿਹੜੀਆਂ ਤੁਸੀਂ ਗੇਮਸ ਖੇਡੀਆਂ ਨੇ ਤੇ ਅਸੀਂ ਉਹਦੇ ਲਈ ਇੱਕ ਗਿਫਟ ਹੈਂਪਰ ਰੱਖਿਆ ਤੁਹਾਡੇ ਲਈ, ਉਹ ਅਸੀਂ ਤੁਹਾਨੂੰ ਦੇਣਾ ਚਾਹੁੰਦੇ ਹਾਂ। ਠੀਕ ਹੈ ਜੀ, ਮਿਹਰਬਾਨੀ ਜੀ, ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਇਹ ਇੱਧਰ ਕੀ ਧੰਨਵਾਦ, ਇੱਧਰ ਕੀ ਧੰਨਵਾਦ ਕਹਿ ਦਿੰਦੇ ਆ। ਚਲੋ ਥੈਂਕ ਯੂ ਸੋ ਮੱਚ। ਸਾਡੇ ਨਾਲ ਮੌਜੂਦ ਸੀ ਕਲੇਰ ਕੰਠ ਜੀ ਤੇ ਜਿਨ੍ਹਾਂ ਨੇ ਸਾਡੀ ਮਹਿਫਿਲ 'ਚ ਆ ਕੇ ਬਹੁਤ ਸਾਰੀਆਂ ਰੌਣਕਾਂ ਲਾਈਆਂ, ਮੈਂ ਵੀ ਲਾਈਆਂ ਵਿੱਚ। ਤੇ ਅਗਲੇ ਐਪੀਸੋਡ 'ਚ ਕੌਣ ਆ ਰਿਹਾ ਤੁਹਾਨੂੰ ਜਲਦੀ ਪਤਾ ਲੱਗੇਗਾ। ਪਲੀਜ਼ ਤੁਸੀਂ ਦੇਖਦੇ ਰਹੋ ਮਾਹੀ ਦੀ ਮਹਿਫਿਲ।